ਇੱਕ ਕਿ ਸੋਚਿਆ ਸੀ ਕਿ ਤੁਸੀਂ ਸਟੂਡੈਂਟ ਲਾਈਫ ਤੇ ਕੰਮ ਕਰਨਾ ਇੱਕ ਤਾਂ ਮੈਂ ਮੇਰੇ ਮਾਂ ਜੇ ਸੀ ਮੈਂ ਨਾ ਆਪ ਮੈਨੂੰ ਉਹ ਉਹ ਬੰਦੇ ਆਪਦੇ ਵਰਗੇ ਲੱਗਦੇ ਸੀ ਜਦੋਂ ਮੈਨੂੰ ਕੋਈ ਬੁਜਵਾ ਕੇ ਕਹਿੰਦਾ ਵੀ ਬਾਈ ਮੇਰੇ ਬੈਂਡ ਨੇ ਉਹਦੇ ਮੈਨੂੰ ਹੁਣ ਮਨ ਨੂੰ ਕੀ ਦੱਸਾਂ ਕਿ ਪਤੰਦਰਾ ਮੇਰੇ ਤਾਂ ਖੁੱਦੇ ਹੀ ਨਹੀਂ ਆਏ ਸੀ ਮੈਂ ਹਰ ਪੁਲਿਸ ਵਾਲੇ ਕਿਹਾ ਮੈਂ ਕਮੇਜ ਹੁੰਦੇ ਆ ਮੈਂ ਬਸ ਸਟੂਡੈਂਟ ਮਹਿਕਮਾ ਰੱਖਦੇ ਆ ਤੇਰਾ ਸੀ ਨਾਮ ਰੱਖਿਆ ਸਟੂਡੈਂਟ ਮਹਿਕਮਾ ਦੀ ਸਟੂਡੈਂਟ ਮਹਿਕਮਾ ਰੱਖ ਕੇ ਨਾਲ ਦੀ ਨਾਲ ਅਸੀਂ ਤਾਂ ਮੈਕ ਲੈਣ ਗਿਆ ਜਿਸ ਦਿਨ ਮੈਂ ਉਹੀ ਗੱਲ ਪੁਰਾਣੀ ਗੱਲਾਂ ਯਾਦ ਕਰਕੇ ਬੰਦਾ ਰੋਣਾ ਆ ਜਾਂਦਾ ਵੀ ਇਹ ਰੂਬੀ ਟਾਈਮ ਸੀ ਕਦੀ ਤੇ ਮੈਨੂੰ ਐ ਹੋ ਗਿਆ ਮੈਂ ਯਾਰ ਹੁਣ ਕਰਾਂ ਕਿ ਚਲ ਨਾਲ ਵਾਲਾ ਬੰਦਾ ਚੰਗਾ ਸੀਗਾ ਨਾ ਤੇ ਉਹਨੇ ਰੁਪਏ ਪਾਜ ਦੇ ਮੇਰਾ ਮੈਕ ਆ ਗਿਆ ਤੇ ਉਹ ਮੈਕ ਲੈ ਕੇ ਅਸੀਂ ਫੋਨ ਤੇ ਕਾਲਜ ਵੀਡੀਓ ਸ਼ੂਟ ਕੀਤੀ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਉਹ ਵੈਗੁਰਦੀ ਮੈਂ ਨਾ ਸੋਣੀ ਚੱਲ ਗਈ ਤੇ ਮੈਂ ਥੱਲੇ ਖੜਿਆ ਸਕਿਉਰਿਟੀ ਗਾਰਡ ਆਇਆ ਤੇ ਉਹਨੇ ਫੜ ਕੇ ਬਾਹਰ ਤੋ ਮੈਨੂੰ ਪਰਾਂ ਮਾਰਿਆ ਧੱਕਾ ਕਹਿੰਦਾ ਕਿਉਂ ਗੰਦਾ ਬਾਰਖਿਆ ਓਏ ਤੇ ਮੈਂ ਐਡਾ ਮੈਂ ਮਤਲਬ ਜਿਗਰਿਆਲਾ ਨਹੀਂ ਸੀ ਮੇਰੀ ਅੱਖਾਂ ਚੋਂ ਪਾਣੀ ਆ ਗਿਆ ਮੈਂ ਯਾਰ ਬੇਇਜ਼ਤੀ ਹੋ ਗਈ ਨਾ ਸਾਰੇ ਸਾਹਮਣੇ ਵੀ ਮੈਂ ਤਾਂ ਇੱਕ ਵਾਰੀ ਸ਼ੂਟ ਕਰਦਾ ਫਿਰਦਾ ਸੀ ਤੇ ਅੱਜ ਮੈਨੂੰ ਉਹਨਾਂ ਸਾਹਦੇ ਤੇ ਮੈਂ ਰੋ ਮਹਾਰਵੀ ਐ ਮਾਲਕ ਗੁਰੇ ਸੇ ਵੀ ਤੂੰ ਉਹਦਾ ਉਹਦਾ ਮਾਸ ਖਾ ਕੇ ਤੂੰ ਅਜਿਹਾ ਦਾ ਉੱਪਰ ਹੋ ਰਿਹਾ ਵੀ ਤੂੰ ਮਾਝੇ ਵੇਚੀ ਤਾ ਅਦਰਾ ਕੈਮਰਾ ਆ ਮੈਨੂੰ ਬੜਾ ਦੁੱਖ ਲਾਇ ਮੈਂ ਰੋਇਆ ਮੇਰੇ ਸੈਲ ਸੁੱਲ ਘੱਟ ਗਈ ਵੀ ਸਾਡੇ ਨਾਲ ਮੈਸਾ ਵੀ ਗਏ ਮੇਰੇ ਵਿੱਚੀਆਂ ਨਾ ਫਿਰ ਮੈਂ ਚਾਹ ਮੈਂ ਚੱਲ ਕੋਈ ਨੀ ਮੁੱਲ ਮੋੜੂਗਾ ਕੋਈ ਇਹ ਜਿਹਾ ਦੋਸਤ ਹੈਗਾ ਜਿਹਨੂੰ ਤੁਸੀਂ ਹੁਣੇ ਫੋਨ ਕਰ ਲੋਂਗੇ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਉਹ ਜਦੀ ਭੇਜ ਦੂਗਾ ਕੋਈ ਹੈਗਾ ਇਹ ਜਿਹਾ ਇਹ ਜਿਹੇ ਹੈਗੇ ਤਾਂ ਪਰ ਮੌਕੇ ਨਹੀਂ ਸਾਡੇ ਸਾਡੇ ਕਰਦੇ ਕਿਤੇ ਵੇਚਣਾ ਹੋ ਜੀ ਸਾਡੇ ਲਈ ਕਰ ਦਿੰਦੇ ਆ ਹੈਗੇ ਪਰ ਐਵੇਂ ਕਹਿ ਵੀ ਗਾਲ ਗੁੱਲ ਨਾ ਕੱਢ ਦੇਣਾ ਮੈਨੂੰ ਕਿਸੇ ਮਹੱਲਾਏ ਗੁਰੀਸਾਂ ਹੋਣ ਕੋ ਲਗੇ ਭਾਗਤਰੀ ਹੁਣ ਤਾਂ ਮੈਂ ਤੇਰੀ ਕਿਸਮਤ ਜਾਗਦੀ ਉਹ ਕਹਿੰਦਾ ਰੁਪਿਆ ਦਵਾਂਗੇ 1500 ਮਹੱਲਾਏ ਵੀ ਦੋਸਤ ਦਾ ਪਾਵਾਂਗੇ ਦੇਲ 1300 ਰੁਪਏ ਪਾਵਾਂਗੇ ਦੇਲ ਚ ਹੁਣ ਮੈਂ ਜੱਟ ਦੇ ਮੀਰੀ ਆ ਗਿਆ ਅੱਖਾਂ 'ਚ ਮੇਰੇ ਪਾਣੀ ਆ ਗਿਆ ਮੈਂ ਵੱਡੀਆਂ ਫੀਲਿੰਗਾਂ 'ਚ ਮਹੱਲਾਏ ਵੀ ਗੁਰੀਸਾਂ ਅੱਜ ਜਾਚ ਬੈਠਣ ਜੋਗੇ ਹੋ ਅੱਜ ਮੁੱਲ ਪੈ ਗਿਆ ਤਨ ਚਲ ਘੰਟੇ 'ਚ ਅਸੀਂ ਦੋ ਬਈ ਪਹੁੰਚ ਗਏ ਮਹੱਲਾਏ ਗੁਰੀਸਾਂ ਰ ਹੈ ਗਿਆ ਬਾਕੀ ਕੰਟਰੀ ਹੈ ਰੜੀ ਬਿਲਡ ਆਪਣਾ ਪਤਾ ਕੀ ਆਪਾਂ ਨੂੰ ਬਿਲਡਿੰਗਾਂ ਦੇਖ ਦੇ ਕੀ ਜੋ ਚੜ ਜਾਂਦਾ ਹਾਂ ਉਹਦਾ ਬਾਹਰ ਵੀ ਬੜਾ ਕੁਝ ਨਹੀਂ ਬਿਲਡਿੰਗਾਂ ਦੇਖ ਦੇ ਕੀ ਮ ਚਾਹੇ ਉਹ ਅਬਦਾ ਯਾਰ ਮੇਤਰਾ ਦਾ ਗਲਤੀ ਉਪਰ ਵੀ ਗਲਤੀ ਚ ਵੀ ਖੜੂਗਾ ਨੂੰ ਪਤਾ ਮੇਰਾ ਯਾਰ ਆ ਪਰ ਪ੍ਰਾਣੀ ਪਰਾਂ ਨੂੰ ਪਤਾ ਵੀ ਨਾ ਜੇ ਗੱਲ ਗੁਨੀ ਇੱਕੀ ਉਹਦਾ ਬਦਨਾਮੀ ਕੀਦੀ ਐ ਸਾਡੀ ਬਦਨਾਮੀ ਐ ਉਹ ਮੈਨੂੰ ਕੋਈ ਉਹ ਮੈਨੂੰ ਰੋਗ ਦਿੰਦੇ ਹੁਣ ਰੋਟੀ ਐ ਅਸੀਂ ਬਾਈ ਬਾਈ ਤੇ ਅਸੀਂ ਡੇਲੀ ਰੋਟੀ ਦੋਨੋਂ ਭਰਾ ਇਕੱਠੇ ਖਾਣੇ ਆ ਠੇ ਅਸੀਂ ਦੋਨੋਂ ਭਾਈ ਪੈਨੇ ਪੱਟ ਤੇ ਇਕੱਠੀਆਂ ਸਾਡੀਆਂ ਰਾਇ ਬਾੜੀਆਂ ਨੇ ਟੇਲੀ ਦੀਆਂ ਡੇਲੀ ਅਸੀਂ ਸਵੇਰੇ ਛੋਟਾ ਜਿਹਾ ਘਰ ਬਣਾ ਲੈਨੇ ਰਾਇ ਬਣਨੇ ਫੇਰ ਢਾ ਲੈਨੇ ਦੁਪਹਿਰੇ ਫੇਰ ਬਣਾ ਲੈਨੇ ਫੇਰ ਢਾ ਲੈਨੇ ਜਦੋਂ ਸੀ ਨਾ ਜਦੋਂ ਅਸੀਂ ਹੁਣ ਏਜੰਟਾਂ ਕੋਲੇ ਜਾਂਦੇ ਸੀ ਮੇਰਾ ਭਰਾ ਮੇਰੇ ਨਾਲ ਜਾਂਦਾ ਸੀਗਾ ਅਸੀਂ ਦੋਨੋਂ ਐ ਹੱਥ ਜੋੜ ਦਿੰਦੇ ਹੁੰਦੇ ਸੀਗੇ ਵੀ ਸਾਡੇ ਕੋਲ ਇੰਨਾ ਪੈਸਾ ਨਹੀਂ ਕਿ ਮੇਰਾ ਬਾਹਰ ਦਾ ਕਰ ਤੂੰ ਜੀ ਤਾਂ ਉਹਨੇ ਚੀਜ਼ਾਂ ਦੇਖਿਆ ਨੀ ਯਾਰ ਸਾ ਅਸੀਂ ਪੈਸੇ ਹੀ ਕਰਕੇ ਰਹੇ ਆ ਫਿਰ ਉਹਨਾਂ ਤਾਂ ਵੀ ਨਹੀਂ ਯਾਰ ਹੁਣ ਪੈਸਾ ਕਮਾਈ ਫਿਰ ਮੈਂ ਮਜ਼ੀ ਨਹੀਂ ਕਰਦਾ ਫਿਰ ਸਾਰੇ ਆ ਜਿਹੜੇ ਪਿਆਰ ਪੂਰ ਨੇ ਕਿਤੇ ਬਸਾਂ ਤਾਂ ਵੀ ਨਹੀਂ ਯਾਰ ਗੱਲ ਹੀ ਜਦੋਂ ਪੈਸੇ ਦੇ ਖੜੀ ਐ ਤਾਂ ਮੈਨੂੰ ਲੱਗਦਾ ਹੁੰਦਾ ਵੀ ਜਿੱਥੇ ਮਰਜੀ ਭੱਜ ਲੋ ਜਿੱਦਾਂ ਮਰਜੀ ਕੋਈ ਥੋੜਾ ਕੋਈ ਵੀ ਕੋਈ ਸਕਸਕੇਲ ਆ ਕੁਝ ਵੀ ਐ ਜਿੱਥੇ ਭਰਾ ਖੜੂ ਉਥੇ ਕੋਈ ਨਹੀਂ ਖੜਦਾ ਸਸ਼ੇਕਾਲ ਜੀ ਮੈਂ ਹਿਸ਼ਪ੍ਰਿਤ ਗੌਰ ਅੱਜ ਜੋ ਮੇਰੇ ਨਾਲ ਮੁੱਖ ਮਹਿਮਾਨ ਨੇ ਉਹਨਾਂ ਨੂੰ ਤੁਸੀਂ ਖਾਸ ਕਰਕੇ ਨਾ ਜਿਹੜੇ ਬੱਚੇ ਆਇਲਸ ਕਰਦੇ ਨੇ ਉਹਨਾਂ ਨਾਲ ਗੱਲਬਾਤਾਂ ਕਰਦਿਆਂ ਨੂੰ ਵੇਖਿਆ ਹਾਂਗਾ ਅੱਜ ਅਸੀਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਉਹਨਾਂ ਦੇ ਕੰਮ ਬਾਰੇ ਤੇ ਇਹਨਾਂ ਚੀਜ਼ਾਂ ਤੋਂ ਹਟ ਕੇ ਕਈ ਅਹਿਮ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀਜ਼ਿਟ ਇਸ ਸਮੇਂ ਪਹਿਲਾਂ ਤਾਂ ਵੀ ਧੰਨਵਾਦ ਕਰਦਾ ਹਾਂ ਹਾਂ ਪੀਵੀ27 ਮੀਡੀਆ ਦਾ ਸੋ ਜਿਨ੍ਹਾਂ ਨੇ ਵੀ ਸਾਨੂੰ ਮੌਕਾ ਦਿੱਤਾ ਬੁਲਾਉਣ ਦਾ ਹਨਾ ਅੱਜ ਕੁਝ ਗੱਲਾਂ ਬਾਤਾਂ ਹੋਣ ਦਿਨ ਉਹ ਹੀ ਗੱਲ ਹੈ ਵੀ ਅਸੀਂ ਲੋਕਾਂ ਦੀ ਬਹੁਤ ਸੁਣਦੇ ਆਂ ਭਾਈ ਜਵਾਕ ਦੀਆਂ ਗੱਲਾਂ ਬਾਤਾਂ ਤੇ ਅੱਜ ਕੁਝ ਕਿਹੜੀਆਂ ਸਾਡੀਆਂ ਗੱਲਾਂ ਬਸ ਅਸੀਂ ਭਰੇ ਪਏ ਅੰਦਰ ਤੇ ਅੱਜ ਅਸੀਂ ਉਹ ਗੱਲਾਂ ਬਾਤਾਂ ਮੈਮ ਦੇ ਥਰੂ ਇਸ ਚੈਨਲ ਦੇ ਥਰੂ ਬਹੁਤ ਵਧੀਆ ਚੜ੍ਹਦੀ ਕਲਾ ਚ ਤੁਸੀਂ ਦੱਸੋ ਜੀ ਬਹੁਤ ਵਧੀਆ ਜੀ ਕਰ ਬਾਰ ਕਿਵੇਂ ਸਾਰੇ ਜਮਾ ਠੀਕ ਠਾਕ ਵਧੀਆ ਦੀ ਹੋਰ ਘਰੇ ਕੌਣ ਕੌਣ ਕਰੇ ਦੀ ਸਾਡੇ ਚਾਰ ਜਣੇ ਜੀ ਅਸੀਂ ਛੋਟੀ ਸਾਡੀ ਫੈਮਿਲੀ ਹੈ ਤੇ ਇੱਕ ਪਈ ਤੁਹਾਨੂੰ ਪਤਾ ਇੱਕ ਡੈਡੀ ਹੋ ਗਿਆ ਮੰਮੀ ਹੋ ਗਈ ਤੇ ਇੱਕ ਮੇਰਾ ਵੱਡਾ ਭਰਾ ਦੀ ਚੌਥਾ ਮੈਂ ਹਾਂ ਦੀ ਬਹੁਤ ਵਧੀਆ ਫੈਮਿਲੀ ਹੈ ਬਾਕੀ ਨਾਲ ਡੰਗਰ ਬਸੂ ਵੀ ਸਾਡੇ ਘਰ ਦੇ ਹੈਗੇ ਦੀ ਅੱਛਾ ਹਾਂ ਤੇ ਉਹਨਾਂ ਸਾਨੂੰ ਸ਼ੌਂਕ ਹੈ ਸ਼ੁਰੂ ਤੋਂ ਹੀ ਦੀ ਉਹ ਵੀ ਸੱਸੇ ਨਾਲ ਰੱਖਦੇ ਨੇ ਦੀ ਸਭ ਤੋਂ ਪਹਿਲਾਂ ਤਾਂ ਮੇਰਾ ਇਹ ਕੁਐਸਚਨ ਆ ਤੁਸੀਂ ਆਪਣੇ ਕੰਮ ਤੋਂ ਖੁਸ਼ ਹੋ ਬਹੁਤ ਖੁਸ਼ ਹਾਂ ਜੀ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਥੀਏਟਰ ਕਰਦਾ ਸੀ ਜੀ ਹਾਂ ਜੀ ਤੇ ਮੈਂ ਸੋਚਿਆ ਮੈਂ ਜਦੋਂ ਕਾਲਜ 'ਚ ਵੀ ਥੀਏਟਰ ਕਰੀ ਜਨੇ ਆ ਸਕੂਲ 'ਚ ਵੀ ਥੀਏਟਰ ਕਰੀ ਜਨੇ ਆ ਵੀ ਕਿੰਨਾ ਕੁ ਟਾਈਮ ਵੀ ਥੀਏਟਰ ਕਰਦੇ ਰਹਾਂਗੇ ਨਾ ਵੀ ਉਹੀ ਗੱਲ ਆ ਵੀ ਅੱਜ ਕੋਈ ਨਾਟਕ ਖੇੜਿਓ ਨਾ ਕਿਸੇ ਪਾਸੇ ਦਾਫਲੀ ਲੈ ਕੇ ਫਿਰਦੇ ਰਹੇ ਨਾ ਕਿਸੇ ਨੇ 20 ਰੁਪਏ ਰੱਖਤੀ ਇਸ ਨੇ 30 ਰੁਪਏ ਰੱਖਤੀ ਵੀ ਕਿੰਨਾ ਕੁ ਟਾਈਮ ਚੱਲੀ ਜਾਊਗਾ ਯਾਰ ਤਨ 400 ਰੁਪਏ ਆਪਣਾ ਇੱਕ ਦਿਨ ਦਾ ਆਪਾਂ ਨੂੰ ਲਾਈਫ ਟਾਈਮ ਨਹੀਂ ਚਲਾ ਸਕਦਾ ਜੀ ਕੋਸ਼ਿਸ਼ ਤਾਂ ਕਰਨਾ ਪੈਣਾ ਕੁਝ ਅਲੱਗ ਦਾ ਕਰਦੀ ਤੇ ਫਿਰ ਮੈਨੂੰ ਬੋਲਣ ਦਾ ਸ਼ੌਂਕ ਸ਼ੁਰੂ ਹੋਤੀ ਸੀ ਇਹਦੀ ਅੱਛਾ ਆਪਰਾ ਕਰੇ ਬਠੀ ਮਾਲ ਵੀ ਮੈਸੂਰ ਦਮੀ ਆਪਾਂ ਆਪਣਾ ਚੈਨਲ ਹੀ ਨ ਕਿ ਅਸੀਂ ਦੋਨੋਂ ਭਾਈ ਇਕੱਠੇ ਬੈਠੇ ਮਨ ਲਾ ਵੀ ਕੀ ਬਣਾਈਏ ਚੈਨਲ ਤੇ ਮੈਂ ਹੁਣ ਆਇਆ ਐ ਕਰਕੇ ਭਾਈ ਯਾਰ ਮਸਤਾ ਨੇ ਨਾਮ ਰੱਖ ਲੈ ਉਹ ਕਹਿੰਦਾ ਨਹੀਂ ਯਾਰ ਯਾਰ ਮਸਤਾ ਨੇ ਕੋਈ ਨਾਮ ਮੈਨੂੰ ਕੋਈ ਥੋੜਾ ਜਿਹਾ ਹੋਰ ਯੂਨੀਕ ਸੋਚਾ ਮੈਂ ਆਪਾਂ ਕਰਨਾ ਕਲਾ ਸਟੂਡੈਂਟ ਲਾਈਫ ਨੂੰ ਪ੍ਰਮੋਟ ਆ ਮੈਂ ਕਹਿੰਦਾ ਸਟੂਡੈਂਟ ਦੇ ਸੋਚ ਫੇਰ ਕਲਾ ਵੀ ਸਟੂਡੈਂਟ ਦੇ ਕੀ ਨਾਮ ਰਖੀਏ ਉਹ ਕਹਿੰਦਾ ਯਾਰ ਸਟੂਡੈਂਟਾਂ ਤੇ ਕੋਈ ਸਟੂਡੈਂਟ ਦਾ ਰੱਖ ਲੈ ਸਟੂਡੈਂਟ ਯੂਥਮੈਨ ਆ ਕਹਿੰਦਾ ਫਿਰ ਐਂ ਤਾਂ ਯਾਰ ਉਹੀ ਗੱਲ ਹੋਗੀ ਵੀ ਤਾਂ ਪੁਲਿਸ ਵਾਲਾ ਕੰਮ ਹੋ ਗਿਆ ਵੀ ਤੂੰ ਤਾਂ ਦਬਕੇ ਜੇ ਮਾਰੇ ਤੂੰ ਸਿੱਧਾ ਤਰੀਕਾ ਵੀ ਤੂੰ ਦੱਸ ਫੇਰ ਅਸੀਂ ਨਾਮ ਰੱਖਿਆ ਸਟੂਡੈਂਟ ਵਿਭਾਗ ਦੀ ਸਟੂਡੈਂਟ ਵਿਭਾਗ ਰੱਖ ਕੇ ਨਾਲ ਦੀ ਨਾਲ ਅਸੀਂ ਤਾਂ ਮੈਕ ਲੈਣ ਗਿਆ ਜਿਸ ਦਿਨ ਮੈਂ ਉਹੀ ਗੱਲ ਪੁਰਾਣੀ ਗੱਲਾਂ ਯਾਦ ਕਰਕੇ ਬੰਦਾ ਰੋਣਾ ਆ ਜਾਂਦਾ ਹੁੰਦਾ ਵੀ ਯਾਰ ਉਹ ਵੀ ਟਾਈਮ ਸੀ ਕਦੇ ਜਿਸ ਦਿਨ ਮੈਂ ਮੈਕ ਲੈਣ ਗਿਆ ਮੇਰੀ ਜੇਬ 'ਚ 700 ਰੁਪਿਆ ਸੀ ਅੱਛਾ ਤੇ ਮੈਕ ਆਪਣੇ 1200 ਦਾ ਮੇਰਾ ਤੇ ਮੈਨੂੰ ਐ ਹੋ ਗਿਆ ਮੈਂ ਯਾਰ ਹੁਣ ਕਰਾਂ ਕਿ ਚਲ ਨਾਲ ਵਾਲਾ ਬੰਦਾ ਚੰਗਾ ਸੀਗਾ ਨਾ ਤੇ ਉਹਨੇ ਰੁਪਏ ਪਾਜ ਦੇ ਮੇਰਾ ਮੈਕ ਆ ਗਿਆ ਤੇ ਉਹ ਮੈਕ ਲੈ ਕੇ ਅਸੀਂ ਫੋਨ ਤੇ ਕਾਲਜ ਵੀਡੀਓ ਸ਼ੂਟ ਕੀਤੀ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਉਹ ਵੈਸੇ ਕਰਦੀ ਮੈਂ ਨਾ ਸੋਹਣੀ ਚੱਲ ਗਈ ਉਹ ਨੀਗ ਸੋਣੀ ਚੱਲ ਗਈ ਮੈਨੂੰ ਕਿਹਾ ਇੱਕ ਆਸ ਜੀ ਹੋ ਗਈ ਵੀ ਯਾਰ ਜੇ ਮੈਂ ਇਹ ਫੀਲਡ ਨਾ ਛੱਡਾਂ ਤਾਂ ਮੇਰਾ ਬੜਾ ਵਧੀਆ ਸਕੂਪ ਬਣ ਜੇ ਇਸ ਫੀਲਡ ਦੇ ਵਿੱਚ ਫਿਰ ਨਾਲ ਦੇ ਨਾਲ ਦੂ ਮੰਗਾ ਆਉਣ ਲੱਗੀਆਂ ਹੋਰ ਡਿਪਾਰਟਮੈਂਟ ਨੇ ਬੀ ਕਾਮ ਡਿਪਾਰਟਮੈਂਟ ਵੀ ਬਈ ਸਾਡੇ ਬੱਚਿਆਂ ਦਾ ਵੀ ਕਰਕੇ ਜਿਹਾ ਆਇਆ ਬੰਮ ਹਜ਼ਾਰਾਂ ਤਾਂ ਗੱਲ ਹੀ ਬਣ ਗਈ ਵੀ ਮੈਂ ਤਾਂ ਮਸ਼ਕਰੀਆਂ ਕਰਨ ਨੂੰ ਸਟਾਰਟ ਕੀਤਾ ਸੀ ਮੇਰਾ ਕੰਮ ਰੁੜਨ ਜੇ ਲੱਗ ਗਿਆ ਫਿਰ ਮੈਂ ਸੋਚਿਆ ਮੈਂ ਯਾਰ ਪੂਰੀ ਸੈਂ ਕਿੰਨਾ ਕੁ ਟਾਈਮ ਵੀ ਚੱਲਦਾ ਰਹੂਗਾ ਵੀ ਯਾਰ ਇਹ ਤਾਂ ਸ਼ਾਰਟ ਟਰਮ ਕੰਮ ਨਹੀਂ ਅੱਜ ਆਪਣਾ ਚੱਲੀ ਜਾਂਦਾ ਯੂਥ ਦੇਖੀ ਜਾਂਦਾ ਪਨ ਵਿਊ ਆ ਜਾਂਦੇ ਨੇ ਵੀ ਕੱਲ ਨੂੰ ਕੀ ਕਰਾਂਗੇ ਲਾਈ ਇਹ ਫਿਰ ਪੱਕੇ ਪੈ ਦੀ ਕਿਉਂ ਕਿ ਮੈਨੂੰ ਤਾਂ ਆਪਣੇ ਪੰਜਾਬੀ ਦੀ ਕੋਈ ਮੰਗਉਂਦੀ ਬਾਹਰ ਜਾਣਾ ਹਾਂ ਤੇ ਉਹੀ ਸੇਮ ਫਿਰ ਲੜੀ ਮੈਂ ਫੜ ਲਈ ਅੱਛਾ ਮੈਂ ਖੁਦ ਆਇਲ ਸਪੀਡ ਦੇ ਮੈਂ ਸੱਤ ਅੱਠ ਐਗਜ਼ਾਮ ਦਿੱਤੀ ਇਹਦੀ ਤੁਸੀਂ ਐਵੇਂ ਮੰਨ ਕੇ ਚਲੋ ਮੈਨੂੰ ਮੈਂ ਤੁਹਾਨੂੰ ਪਹਿਲੇ ਮੈਂ ਮੈਕ ਲੈਣ ਵੇਲੇ 1200 ਦਾ ਮੈਕ ਲੈਣ ਵੇਲੇ ਮੇਰੇ ਕੋਲ 600 ਰੁਪਏ ਸੀ ਤੇ ਮੈਂ 13 13 14 14 ਹਜ਼ਾਰ ਦਾ ਐਗਜ਼ਾਮ ਸਿਰਫ ਆਪਣੇ YouTube ਦੇ ਅਸਰ ਜਿਆਦਾ ਭਰਦਾ ਰਿਹਾ ਜਿੱਦ ਤੋਂ ਮੈਨੂੰ 4 ਪਿੰਦੀ ਅਰਨਿੰਗ ਸੀ ਦੂਜੀ ਸਾਡੀਆਂ ਮਹਿਸਾਂ ਤੋਂ ਜਿੱਦ ਦੇ ਮੇਰਾ ਪੇਪਰ ਹੁੰਦਾ ਸਾਡੇ ਇੱਕ ਕਟਾ ਵੇਖਦਾ ਫਿਰ ਮੈਂ ਸੋਚਿਆ ਮày ਯਾਰਾ ਕਿੰਨਾ ਕੁ ਟਾਈਮ ਐ ਚੱਲੀ ਚੱਲੂਗੀ ਵੀ ਜਦੋਂ ਨੂੰ ਪਤਾ ਵੀ ਤੇਰਾ بیس ਐ ਨਹੀਂ ਤੇਰੇ ਬੈਂਡ ਨਹੀਂ ਆਉਣੇ ਵੀ ਤੂੰ ਛਾੜ ਦੇ ਚੀਜ਼ ਇਹ ਵੀ ਕੁਝ ਹੋਰ ਕਰ ਲੈ ਨਾਲ ਹੁੰਦੀ ਫਿਰ ਮੈਂ ਇੱਕ ਦਿਨ ਕੀਤਾ ਮੈਂ ਆਪਣੇ ਇੰਸਟੀਚੂਟ ਦੀ ਸ਼ੂਟ ਕਰਤਾ ਬੱਚਿਆਂ ਦਾ ਬਾਹਰ ਜਾਣ ਦੀ ਬਜਾਏ ਆਪਣੇ ਇੰਸਟੀਚੂਟ 'ਚ ਜਿੱਥੇ ਮੈਂ ਪੜਦਾ ਸੀਗਾ ਉਹਨਾਂ ਦੀ ਸ਼ੂਟ ਕਰਤਾ ਉਹ ਕਿਤੇ ਮੇਰੀ ਐਲਸ ਵਾਲੀ ਵੀਡੀਓ ਮੇਰੀ ਚੱਲ ਗਈ 2.2 ਲੱਖ ਤੇ ਸਬਸਕ੍ਰਾਈਬਰ ਮੇਰਾ ਸਾਰਾ 1700 ਉਦੋਂ ਖੁਸ਼ੀ ਨਹੀਂ ਹੋਈ ਕੋਈ ਮੈਂ ਹੈਰਾਨ ਮਹ ਲੈ ਵੀ ਹੁਣ ਗਰੀਬੀ ਚੱਕੀ ਗਈ ਕਿਉਂਕਿ ਹੁਣ ਕਿੱਥੇ ਤਾਂ ਉਹ ਹੀ ਵਾਲਾ 10-20 ਹਜ਼ਾਰ ਤੇ ਚੱਲੋ ਕੁਝ ਕਰ ਪਈਆ ਵੀਡਿਓਾਂ ਤੇ ਤੇ ਕਿੱਥੇ ਆਂਦੇ ਵੀ ਆ ਜਦੋਂ 2.5 ਲੱਖ ਦੀ ਵੀਡੀਓ ਚ ਮੈਨੂੰ ਚੰਗੀ ਅਰਨਿੰਗ ਹੋਈ ਮੈਨੂੰ ਮੈਨੇ ਕੋਈ ਹੋਪ ਮਿਲ ਗਈ ਮੈਂ ਜੇ ਮੈਂ ਕਿਤੇ ਐਲਸੈਂਟਰ ਦੇ ਸ਼ੂਟ ਕਰਨਾ ਸਟਾਰਟ ਕਰ ਦਨਾ ਕਿ ਮੈਨੂੰ ਚੰਗੀ ਅਰਨਿੰਗ YouTube ਦੀ ਹੋ ਜਾ ਗੁਰੂ ਮੈਨੂੰ ਤਾਂ ਬਾਲੇ ਪਾਸੇ ਹੱਥ ਪਰਮਾਨ ਦੀ ਲੋੜ ਹੀ ਨਹੀਂ ਹੈਗੀ ਤੇ ਮੈਂ ਉਹਨਾਂ ਦੀ ਸ਼ੂਟ ਕੀਤੀ ਤੇ ਨਾ ਉਹਨਾਂ ਦੀ ਵੀਡੀਓ ਚੰਗੀ ਚੱਲੀ 2.5 ਲੱਖ ਵੀ ਉਹ ਤੇ ਉਹ ਕਹਿੰਦੇ ਸਾਡੀ ਦੂਜੀ ਬ੍ਰਾਂਡ ਦੀ ਸ਼ੂਟ ਕਰਕੇ ਆ ਵੀਡੀਓ ਮੈਂ ਹੀ ਕਰ ਦੰਨੇ ਆ ਹੁਣ ਮੈਨੂੰ ਇੱਕ ਛੱਤ ਤੇ ਲੈ ਕੇ ਤਾ ਮੈਂ ਬਾਹਰੇ ਉਹੀ ਗੱਲ ਬਾਹਰ ਖੜਦਾ ਸੀਗਾ ਹੁਣ ਜਵਾਬ ਹਰ ਇੱਕ ਜਵਾਬ ਮੈਂ ਬੋਲਣ ਚ ਇੰਟਰਸਟਿ ਇਬ ਐਮ ਹੁੰਦਾ ਆਪਾਂ ਨੂੰ ਦੇਖਣ ਨੂੰ ਦੇਖਣ ਚਲਾਦਾ ਲੱਗਦਾ ਬਈ ਗੁਰੀ ਪਾਈ ਨੂੰ ਆਹ ਆਹ ਕੀ ਬਾਤ ਆ ਕੁੜੀ ਨੂੰ ਕਿੰਨਾ ਸੋਹਣਾ ਕੁਐਸਚਨ ਪੁੱਛਿਆ ਕੁੜੀ ਦੀ ਬੇਇੱਜ਼ਤੀ ਕਰਤੀ ਕੋਈ ਬੰਦਾ ਜਿਹਦਾ ਆਪਾਂ ਕਿਸੀ ਮੂਰੇ ਮੈਕ ਕਰਦਨੇ ਆ ਜੋ 100 ਬੱਚਾ ਖੜੇ ਤਾਂ 100 ਚੋਂ 10 ਹੀ ਅੱਗੇ ਆ ਕੇ ਬੋਲਣਗੇ 90 ਇਹੋ ਜਿਹੇ ਹੁੰਦੇ ਨੇ ਕੋਈ ਗੱਲ ਤੋਂ ਫੜ ਲੈਂਦਾ ਸੀ ਆ ਕੋਈ ਕੁਛ ਇਹ ਵੀ ਮੇਰ ਨਾਲ ਹੋਇਆ ਮੈਕ ਕੰਡਨੇ ਇੰਸਟਿਟਿਊਟ ਦੇ ਬਾਹਰ ਖੜੇ ਆ ਉਹਦੋਂ ਮੈਨੂੰ ਬਲੌਂਡ ਨਹੀਂ ਲੱਗੇ ਸੀ ਇੰਸਟਿਟਿਊਟ 'ਚ ਮੈਂ ਸ਼ੂਟ ਦੇ ਬਾਹਰ ਖੜੇ ਮੈਂ ਲਿਆ ਇੰਸਟਿਟਿਊਟ ਚੰਗਾ ਚੱਲਦਾ ਐ ਇੱਥੇ ਖ ਉਹ 4-5 ਘੰਟੇ ਅੱਜ ਸ਼ੂਟ ਕੀਤੀ ਵੀਡੀਓ ਜਿਹੜਾ ਮੇਰਾ 15 ਮਿੰਟ ਦਾ ਮੇਰਾ ਐਪੀਸੋਡ ਕੱਢਦੇ ਸੀ ਉਹ ਮੈਨੂੰ ਸਕੂਨ ਦਵਾਉਂਦਾ ਸੀ ਵੀਰ ਆਹ ਮੇਰਾ ਕੰਟ ਨਹੀਂ ਕਿਹਾ ਤੇ ਐਡੀਟ ਵੀ ਮੈਂ ਆਪ ਹੀ ਕਰਦਾ ਹੁੰਦਾ ਸੀ ਆ ਫੋਨ ਦੀ ਕਰਦੇ ਸੀ ਹਾਂ ਫੋਨ ਦੀ ਐਡਿਟ ਕਰਦਾ ਸੀ ਵੀ ਇਹਨਾਂ ਤੇ ਤੇ ਉੱਥੇ ਮੈਂ ਜਦੋਂ ਖੜਿਆ ਨਾ ਉਹ ਮਾਲਕ ਨੇ ਦੇਖਿਆ ਵੀ ਯਾਰ ਕੋਈ ਪੱਤਰਕਾਰ じゃ ਖੜਿਆ ਵੀ ਜਵਾਕਰ ਨੂੰ ਹਰਖਾਈ ਜੇ ਜਾਂਦਾ ਕਿਉਂਕਿ ਜਵਾਗ ਡਰ ਦੇ ਮਾਰੇ ਥੱਲੇ ਨਾ ਆਉਣ ਵੀ ਥੱਲੇ ਤਾਂ ਕੋਈ ਪੱਤਰਕਾਰ じゃ ਖੜਿਆ ਤੇ ਮੈਨੂੰ ਆਇਆ ਸੀ ਮੈਂ ਜਵਾਕਸ ਮਾ ਥੱਲੇ ਆਣ ਕੇ ਮੈਂ ਵੀਡੀਓ ਸ਼ੂਟ ਕਰੂ ਮੇਰੀ ਤੇ ਹਨਾ ਉਹਨੇ ਨਾ ਵੀ ਮਾਲਕ ਨੇ ਕਿਹਾ ਵੀ ਸਕ ਵੀ ਦਬਾਈ ਜਾਂਦਾ ਬੱਚੇ ਨੂੰ ਆਪਣੇ ਅੱਛਾ ਹਾਂ ਤੇ ਮੈਂ ਥੱਲੇ ਖੜਿਆ ਸਕਿਉਰਿਟੀ ਗਾਰਡ ਆਇਆ ਤੇ ਮੈਨੂੰ ਫੜ ਕੇ ਬਾਹਤੋਂ ਮੈਨੂੰ ਪਰਾਂ ਮਾਰਿਆ ਧੱਕਾ ਕਹਿੰਦਾ ਕਿਉਂ ਗੰਦਾ ਬਾਰਖਿਆ ਓਏ ਤੇ ਮੈਂ ਐਡਾ ਮੈਂ ਮਤਲਬ ਜਿਗਰੇ ਵਾਲਾ ਨਹੀਂ ਸੀ ਮੇਰੀ ਅੱਖਾਂ ਚੋਂ ਪਾਣੀ ਆ ਗਿਆ ਮੈਂ ਯਾਰ ਬੇਇਜ਼ਤੀ ਹੋ ਗਈ ਨਾ ਸਾਰੇ ਸਾਹਮਣੇ ਵੀ ਮੈਂ ਤਾਂ ਇੱਕ ਪਾਸੇ ਸ਼ੂਟ ਕਰਦਾ ਫਿਰਦਾ ਸੀ ਤੇ ਅੱਜ ਮੈਨੂੰ ਉਹਨਾਂ ਨੇ ਸਾਹਜ ਤਾਂ ਫਿਰ ਮੈਂ ਰੋਣ ਜੇ ਲੱਗ ਗਿਆ ਉਮਰ ਵੀ ਐਡੀ ਕੋ ਹੁਣ ਵੀ ਮੈਂ 22 ਸਾਲ ਦਾ ਹੋਇਆ ਉਹਦੋਂ ਮੈਂ 19 ਸਾਲ ਦਾ ਸੀਗਾ ਤੇ ਮੈਂ ਰੋਣ ਲੱਗ ਗਿਆ ਚਲ ਮੈਂ ਖੌਖਾ ਪਹੁੰਚ ਕੇ ਮਾਹਨਾਨਾ ਗੁਰੀ ਸੈਂ ਵੀ ਰੋਣ ਦਾ ਕੀ ਫ ਤਾ ਫਿਰ ਮੈਂ ਉਹ ਵੀ ਉਹ ਵੀ ਵੀਡੀਓ ਸ਼ੂਟ ਕੀਤੀ ਉਹ ਵੀ ਮੇਰੀ ਸੋਣੀ ਚੱਲੀ ਮੈਨੂੰ ਉਹ ਜਿਹੜੀ ਮੈਂ ਤਨ ਚਾਰ ਘੰਟੇ ਖਪਾਈਗਾ ਕਿਹੜੀ ਮੈਂ 15 ਮਿੰਟ ਦੀ ਵੀਡੀਓ ਬਣਾਉਂਦਾ ਸੀ ਨਾ ਮੈਨੂੰ ਸਕੂਨ ਦਵਾਉਂਦੀ ਸੀ ਮੈਂ ਫालतू ਚੀਜ਼ਾਂ ਨਹੀਂ ਪਾਉਂਦਾ ਹੁੰਦਾ ਸੀ ਜਿਵੇਂ ਜਿਵੇਂ ਲੱਗੇ ਕਿਸੇ ਬੱਚਨੇ ਮੇਰਾ ਗਾਲ ਫੜ ਲਿਆ ਵੀਰ ਹਾਂ ਤੂੰ ਮੈਨੂੰ ਪੁੱਛਿਆ ਲੜਾਈ ਵੀ ਹੁੰਦੀ ਸੀਗੇ ਮੈਂ ਬਹੁਤ ਦੀ ਦੇਖੋ ਹਰੇਕ ਕਿ ਬੱਚਾ ਬੋਲਣ ਲਈ ਇੰਟਰਸਟਿਡ ਨਹੀਂ ਹੁੰਦਾ ਬਾਹਰ ਅੱਜ ਮੰਨ ਚੋਂ ਮੈਂ ਕਿਸੇ ਕੁੜੀ ਮਰੇ ਮੈਂ ਕਰਤਾ ਐਨ ਉਹ ਤਾਂ ਕੁੜੀ ਪਾਲਦਾ ਪੂਰਾ ਖੁਸ਼ ਹੋ ਕੇ ਆ ਹਹੀ ਹਾ ਪੂਰਾ ਖੁਸ਼ ਹੋ ਕੇ ਕਰਦੀ ਆ ਇਸ ਤੋਂ ਬਾਅਦ ਜਦੋਂ ਵੀਡੀਓ ਸ਼ੂਟ ਹੋ ਜੂਗੀ ਫੇਰ ਕਿਉਂਕਿ ਮੇਰੀ ਵੀਡੀਓ ਡਿਲੀਟ ਕਰਦੀ ਮੇਰੀ ਪਾਉਣੀ ਨਹੀਂ ਵੀ ਉਹ ਮੇਰੀ ਖਪਾਈ ਨਹੀਂ ਜਿਹੜਾ ਮੈਂ ਉਹਦਾ ਬੋਦਰ ਮਤਲਬ ਇਹ ਤਾਂ ਬਹੁਤ ਹੋਈਆਂ ਜਦੋਂ ਤੋਂ ਪਹਿਲਾਂ ਹੀ ਕਹਿ ਦੂੰ ਹਾਂ ਪਹਿਲਾਂ ਕਹਿ ਦੂੰ ਵੀ ਬਈ ਅਸੀਂ ਬੋਲਣਾ ਨਹੀਂ ਫੇਰ ਬੰਦੇ ਨੂੰ ਚਲਾ ਆਉਂਦਾ ਵੀ ਯਾਰ ਨਹੀਂ ਬੰਦਾ ਇੰਟਰਸਟਡ ਨਹੀਂ ਹੈਗਾ ਐਵੇਂ ਮੁੰਡਿਆਂ ਦਾ ਅਸੀਂ ਕੰਮ ਸੇਮ ਤੇ ਮੈਂ ਕੱਲਾ ਹੁੰਦਾ ਸੀ ਨਾਲ ਮੇਰੇ ਮੇਰਾ ਮਿੱਤਰ ਹੁੰਦਾ ਸੀਗਾ ਅਸੀਂ ਸ਼ੂਟ ਕਰਦੇ ਤਾਂ ਮੁੰਡਾ ਕੋਈ ਨਾ ਕੋਈ ਮੈਨੂੰ ਗੱਲ ਤੋਂ ਫੜ ਲੈਂਦਾ ਵੀ ਹਾਂ ਓਏ ਕੋਈ ਗਾਲਾਂ ਕੱਢ ਦਿੰਦੇ ਤਾਂ ਮੈਂ ਚੁੱਪ ਜਾਈਗਾ ਕਿ ਮੈਨੂੰ ਐਸ ਵੀ ਆਰ ਕੋਈ ਨਾ ਮੈਂ ਦਸੀ ਨਾ ਵੀਰ ਆ ਕੀ ਯਾ ਨਾ ਵੀਰ ਬਹਰੇ ਇੱਕ ਦਿਹਾੜੇ ਗੱਡੀ ਚੱਲੋ ਕੋਈ ਜਾਤ ਨਹੀਂ ਪੁੱਛਦਾ ਆਪਣੀ ਵੀ ਕੱਲੇ ਕੱਲੇ ਮੁਰੇ ਮੈਂ ਕਰ ਦੇਣਾ ਕੋਈ ਬੋਲਦਾ ਨਹੀਂ ਬਾਸਤ ਨਹੀਂ ਹੈਗਾ ਵੀ ਚੱਲ ਫਿਰ ਮੈਨੂੰ ਐ ਆਉਂਦੀ ਮੈਂ ਨਹੀਂ ਯਾਰ ਵੀ ਵੀਡੀਓ ਚੰਗੀ ਚੱਲੀ ਚੰਗੀ ਚੱਲੀ ਜਾਂਦੀ ਹੈ ਵੀ ਚੱਲ ਚਾਰ ਪੈਸੇ ਬੜੀ ਆਂਦੇ ਨੇ ਹੋਰ ਕਿ ਵੀ ਆਪਦਾ ਇੱਕ ਕੰਮ ਤਾਂ ਲੱਭ ਗਿਆ ਮੈਂਮ ਗਰਾਉਂਟਾਂ 'ਚ ਤਾਂ ਕਿਖਾ ਕਾਸੀ ਦੇਖ ਲੈ ਸਾਡਾ ਕੁਝ ਬਣਿਆ ਨਹੀਂ ਟੈਸਟੇਦਾਰੀ ਮੈਂ ਸੀ ਗੱਲ ਇਹ ਕਿ ਦੇਖ ਨੰਬਰ ਤੇ ਰਹਿ ਗਿਆ ਦੋ ਨੰਬਰ ਤੇ ਰਹਿ ਗਿਆ ਫਿਰ ਐ ਜੋ ਹੈ ਵੀ ਯਾਰ ਇੰਨਾ ਟਾਈਮ ਤਾਂ ਨਹੀਂ ਆਇਆ ਤਾਂ ਨਹੀਂ ਕੁਰੀਸਾ ਟਾਈਮ ਲੰਘਣਾ ਪਰ ਮੈਨੂੰ ਹੋਪ ਉੱਥੋਂ ਜਾਗੀ ਜਿੱਥੋਂ ਮੈਂ ਜਦੋਂ ਆਪਣੇ ਸ ਉਹ ਮੇਰੀ ਰੀਲ ਚੱਲੀ ਚੰਗੀ ਉਹਨੇ ਮੈਨੂੰ ਕਿਹਾ ਵੀ ਸਾਡੇ ਤੁਸੀਂ ਦੂਜੀ ਬ੍ਰਾਂਚ ਦਾ ਕਰੋ ਜੀ ਮੈਂ ਦੂਜੀ ਬ੍ਰਾਂਚ ਦਾ ਛੂਟ ਕੀਤਾ ਕਹਿੰਦੇ ਸਾਡੀ ਤੀਜੀ ਬ੍ਰਾਂਚ ਦਾ ਵੀ ਕਰੋ ਮੈਂ ਸੋਚਿਆ ਮੈਂ ਕਿ ਯਾਰ ਵੀ ਮੇਰੀਆਂ ਮਸ਼ਕਰੀਆਂ ਕਰੇ ਨਾਲ ਇਹਨਾਂ ਨੂੰ ਬੈਨੀਫਿਟ ਇਹ じゃ ਕੀ ਹੈ ਵੀ ਜਿਹੜਾ ਮੈਂ ਇਥੇ ਕਰਾਉਂਦੇ ਨੇ ਫਿਰ ਮੈਨੂੰ ਹਿਸਾਬ ਲੱਗਿਆ ਵੀ ਮੇਰੀ ਜੇ ਆਇਲੈਂਡਸ ਵਾਲੀ ਰੀਲ 4 ਲੱਖ 5 ਲੱਖ ਤੇ ਜਾਂਦੀ ਹੈ 5 ਲੱਖ ਚੋਂ 500 ਬੰਦਾ ਵੀ ਇਹਨਾਂ ਕੋਲੇ ਵਗ ਗਿਆ ਇਹਨਾਂ ਦਾ ਬਹੁਤ ਵੱਡਾ ਬੈਨੀਫਿਟ ਹੋ ਸਕਦਾ ਯਾਰ ਮੈਂ ਗੁਰੇ ਸਿੰਘਾ ਤੂੰ ਐਂ ਫਿਰ ਇਹਨਾਂ ਦਾ 200 ਰੁਪਏ ਦਾ ਤੇਲ ਫੂਕਦਾ ਮੋਟਰਸਾਈਕਲ ਤੇ ਫਿਰ ਕੁਛ ਤਾਂ ਕਰ ਫਿਰ ਜਾਣ ਮੈਨੂੰ ਕਿਸੇ ਇੰਸੂਡ ਨੇ ਕਾਲ ਕੀਤੀ ਕਹਿੰਦੇ ਬਾਈ ਦੀ ਪ੍ਰਮੋਸ਼ਨ ਕਰਾਉਣੀ ਹੈ ਮਹੱਲਾਏ ਗੁਰੀ ਸਾਂ ਹੁਣ ਖੁੱਲ ਗਏ ਬਾਗ ਤੇਰੇ ਹੁਣ ਤਾਂ ਮੈਂ ਤੇਰੀ ਕਿਸਮਤ ਜਾਗ ਪਈ ਉਹ ਕਹਿੰਦਾ ਰੁਪਿਆ ਦਵਾਂਗੇ 1500 ਮਹੱਲਾਏ ਵੀ 200 ਦਾ ਪਾਵਾਂਗੇ ਤੇl 1300 ਰੁਪਏ ਪਾਵਾਂਗੇ ਤੇ ਵਿੱਚ ਹੁਣ ਮੈਂ ਜੱਟ ਦੇ ਅਮੀਰੀ ਆ ਗਈ ਤੇ ਮੈਂ 1500 ਤੇl ਪਵਾ ਕੇ ਅਸੀਂ ਬਾਗੇ ਮੈਂ ਛੂਟ ਛੜ ਕੀਤਾ ਬਹੁਤ ਹੀ ਪੂਰਾ ਖੁਸ਼ ਆ ਮੈਨੂੰ ਦੂਜੇ ਇੰਸੂਡ ਦਾ ਫੇਰ ਫੋਨ ਆ ਦੇਖੋ ਦੇਖੀ ਕਹਿੰਦੇ ਬਾਈ ਦੀ ਪ੍ਰਮੋਸ਼ਨ ਕਰਾਉਣੀ ਹੈ ਮੈਂ ਜੇ ਮੈਂ 1500 ਬੋਲਦਾ ਫਿਰ ਤਾਂ ਮੈਂ ਉਹ ਹੀ 1500 ਹੀ ਲਵਾਂ ਮੈਂ ਮੜੀ ਗੇਮ ਪਾ ਕੇ ਦੋਂ ਕਿ ਤਾਂ ਦੱਸੋ ਨਹੀਂ ਦੂੰਗਾ ਮੈਂ ਮੈਂ ਨਹੀਂ ਸ਼ੂਟ ਕਰਦਾ ਮੇਰੇ ਕੋਲ ਕੰਮ ਬਥੇਰ ਹੈ ਮੈਂ ਫੜਦਾ ਮਾਰਤੀ ਉਹ ਫੜਤੀ ਕਿਤੇ ਕੰਮ ਪੂਰਾ ਹੋ ਗਿਆ ਉਹ ਕਹਿੰਦੇ 2000 ਦੇ ਦਾਂਗੇ ਜੀ ਮੈਂ ਠੀਕ ਹੈ ਮੈਂ ਲੈ ਵੀ ਕੁਰੀ ਸਾਂ 2000 ਤੇਲ ਪਾ ਹੁਣ ਬੱਚੇ ਗੁਰਮਰ ਰੁਪਿਆ 1800 ਮੈਂ ਘਰੇ ਕਹਦਾ ਮੈਂ ਹੁਣ ਆਰਾਮ ਨਾਲ ਬੇਫੇਕ ਰੋਕੀ ਬਹਿ ਜੋ ਰੁਪਿਆ ਫੋਲੋ ਘਟਣਾ ਆਪਣਾ ਮੈਂ YouTube ਤੇ ਵੀ ਕਮਾਈ ਹੋ ਗਈ ਆਪਾਂ ਨੂੰ ਉੱਪਰ ਮੈਂ ਪ੍ਰੋਮੋਸ਼ਨੇ ਕਮਾਈ ਹੁਣ ਮੈਂ ਆਪਣਾ ਸਰਕਲ ਸੋਣਾ ਚੱਲ ਪਊਗਾ ਮੈਂ ਖੁਸ਼ ਪੂਰਾ ਤੇ ਫੇਰ ਮੈਂ ਸੋਚਿਆ ਮੈਂ ਯਾਰ 2000 ਮੰਗਿਆ ਕੁਰੀ ਸਿਆਂ ਮੈਂ ਜੇ ਕੋਈ ਚੀਜ਼ ਐਦਾਂ ਦੀ ਪਾਦੀ ਆਪ ਤੇ ਮੈਂ ਸਾਡੇ ਮੱਝ ਸੀ ਮੈਂ ਨਾ ਸਾਡੀ ਮੱਝ ਨੂੰ ਅਸੀਂ ਗੱਲਾਂ ਕਰਦੇ ਹਾਂ ਮਤਲਬ ਮੇਰੀ ਆਤਮਾ ਪਸ਼ੂ ਨਾਲ ਬੜਾ ਬੇਚਰਣਾ ਨਾਲ ਸਾਡੇ ਨਾਲ ਨਾਂ ਲੈਦੇ ਪਸ਼ੂ ਲੱਭ ਆਉਂਦੇ ਨੇ ਜੇ ਮੈਂ ਕਹਿੰਦਾ ਮਿੱਡੀ ਮਿੱਡੀ ਭੱਜੀ ਆਉਂਦੀ ਹੈ ਸਾਡੀ ਕਿ ਮੈਨੂੰ ਗੁਰੀ ਨੇ ਬੁਲਾਇਆ ਐ ਮਤਲਬ ਵਧੀਆ ਮੋਹ ਪਿਆਰ ਬਣਿਆ ਹੋਇਆ ਤੇ ਜਦੋਂ ਮੈਂ ਘਰੇ ਕਹਿੰਦਾ ਵੀ ਮੈਂ ਕੈਮਰਾ ਲੈਣਾ ਵੀਰ ਹੋਸ ਤਾਂ ਵੀ ਜਦੋਂ ਕੈਮਰਾ ਪਾਤੇ ਕਹੈਂ ਉਹ ਜੀ ਵੀਰ ਕਹਦੇ ਹੋਏ ਵੀ ਮੇਰਾ ਕੈਮਰਾ ਭਾਈ 1500 ਦਾ ਮੇਰੇ ਕੈਮਰੇ ਦਾ ਰੈਂਟੀ ਆ ਜਾਂਦਾ ਘਰ ਦੇ ਕਹਿੰਦੇ ਵੀ ਐਡਾ ਮਹਿੰਗਾ ਆਪਾਂ ਕੈਮਰਾ ਕਿੱਥੋਂ ਲੈ ਲਾਂਗੇ ਵੀ ਦੂਰ ਰਹਿਣ ਦੇ ਕੋਈ ਨਾ ਫੋਨ ਦੀ ਛ ਕਈ ਵਾਰੀ ਇਹਨਾਂ ਮੈਂ ਨਾ ਜਵਾਕੀ ਟੀਚਰ ਕਰਕੇ ਸਮਝਦੇ ਆ ਆ ਲੋਕਾਂ ਦਾ ਫੋਨ ਤੇ ਆਇਆ ਕਿਸ ਨੇ ਬੋਲਣ ਦਾ ਬੋਲ ਪੈਂਦਾ ਕੋਈ ਬੁੱਠਾ ਸਦਾ ਬੋਲ ਪੈਂਦਾ ਸੀ ਮੈਂ ਤੁਸੀਂ ਮੈਨੂੰ ਕੈਮਰਾ ਲੈਣ ਦਿਓ ਤੇ ਕੈਮਰਾ ਮੈਨੂੰ ਮਿਲਿਆ 1,20,000 ਰੁਪਏ ਜਿਹੜਾ ਮੈਂ ਲੈਣਾ ਸੀਗਾ ਮੈਂ ਵੀ ਜਗੁਰੀ ਸਾਂ ਲੈ ਕੇ ਦੇਖਨੇ ਆ ਤੇ ਘਰ ਦੇ ਕਹਿੰਦੇ ਵੀ ਇੰਨਾ ਪੈਸਾ ਪਾ ਕਿਥੋਂ ਘਟਾ ਕਰੀ ਵੀ ਤੂੰ ਰਹਿਣ ਦੇ ਚ ਕੋਈ ਨਾ ਫੋਨ ਤੇ ਸਾਲ ਫਿਰ ਘਰ ਦੇ ਕਹਿੰਦੇ ਵੀ ਜੇ ਤੈਨੂੰ ਲੱਗਦਾ ਵੀ ਆਪਣਾ ਕੰਮ ਚੱਲ ਜੂਗਾ ਆਪਾਂ ਮੈਸ ਬੇਚ ਦੰਨੇ ਤੇ ਉਹ ਮੈਸ ਮੇਰੀ ਸਭ ਤੋਂ ਵੱਧ ਪਿਆਰੀ ਸੀ ਤੇ ਜਿਸ ਦਿਨ ਉਹ ਮੈਸ ਅਸੀਂ ਬੇਚੀ ਮੈਂ ਬਹੁਤ ਮਹਾਰਵੀ ਐ ਮਾਲਾ ਵੀ ਗੁਰੂ ਸੇ ਵੀ ਤੂੰ ਉਹਦਾ ਉਹਦਾ ਮਾਸ ਖਾ ਕੇ ਤੂੰ ਅੱਜ ਆਪ ਦਾ ਉੱਪਰ ਹੋ ਰਿਹਾ ਵੀ ਤੂੰ ਮੱਝ ਵੇਚੀ ਤਾਂ ਤਰਾ ਕੈਮਰਾ ਆਇਆ ਮੈਨੂੰ ਬੜਾ ਦੁੱਖ ਲਾਇਆ ਮੈਂ ਰੋਇਆ ਮੇਰੇ ਸੈਲ ਸੁੱਲ ਘੱਟ ਗਈ ਵੀ ਸਾਡਾ ਮੈਸਾ ਵੀ ਗਿਆ ਮੇਰੇ ਪਿੱਛੇ ਆ ਨਾ ਫਿਰ ਮੈਂ ਸੋਚਿਆ ਮੈਂ ਚੱਲ ਕੋਈ ਨਹੀਂ ਮੁੱਲ ਮੋੜੂਗਾ ਮੈਨੂੰ ਮੈਸ ਵੀ ਮੈਨੂੰ ਫੀਲਿੰਗ ਆ ਜਾਂਦੀ ਹੈ ਮੈਂ ਇਸ ਨੂੰ ਲੈ ਕੇ ਮੈਂ ਵੀ ਮੈਂ ਇਸ ਨੂੰ ਲੈ ਕੇ ਚੱਲੇ ਪਿਆ ਮੈਂ ਅੱਜ ਸਾਡੀ ਮੈਸ ਵੀ ਕੀ ਹੈ ਨਾ ਬਾਬਾ ਜੀ ਕਿ ਮੈਂ ਸਭੀ ਖੜੀਆਂ ਬੋਲ ਕਰ ਦਾਂਗੇ ਹੁਣ ਤੇ ਅਸੀਂ ਕੈਮਰਾ ਮੈ ਲਿਆ ਤਾਂ ਤੇ ਉਹੀ ਗੱਲ ਹੋਈ ਉਹ ਮੈਨੂੰ ਕਹਿੰਦੇ ਰੁਪਿਆ ਦਵਾਂਗੇ ਤੁਸੀਂ ਮੈਂ ਜਿਹੜੇ ਕੈਮਰਾ ਤੇ ਸ਼ੂਟ ਕਰਦੇ ਮੈਂ ਉਹਦਾ ਰੈਂਟ ਪੁੱਛ ਕੇ ਦੇਖੋ ਵੀ ਰੈਂਟ ਕਿੰਨਾ-ਕਿੰਨਾ ਚੱਲਦਾ ਉਹ ਕਹਿੰਦਾ ਤੂੰ ਦੱਸ ਕਿੰਨੇ ਰੁਪਏ ਲੈਣੇ ਮੈਂ ਜੀ 600 ਰੁਪਏ ਚੱਲਦਾ ਪੂਰਾ 5000 ਅੱਛਾ ਦੋਗੇ ਤਾਂ ਦੱਸੋ ਨਹੀਂ ਫਿਰ ਮੈਂ ਮੈਨੂੰ ਲੋੜ ਨਹੀਂ ਮੇਰੇ ਕੋਲ ਕੰਮ ਬਥੇਰਾ ਮੈਂ ਠੀਕ ਕਹਿੰਦੇ ਠੀਕ ਹੈ ਜੀ 5000 ਦੇ ਦਾਂਗੇ ਤਾਂ ਉੱਥੇ ਮੈਨੂੰ ਪਤਾ ਲੱਗਾ ਮੈਂ ਜੇ ਮੈਂ ਆਪਣੇ ਬਿਜ਼ਨਸ ਤੇ ਪੈਸਾ ਲਾਈ ਗਿਆ ਮੈਨੂੰ ਪੈਸੇ ਬਣੀਆਂ ਨਹੀਂ ਕਿ ਮੈਂ ਜੇ ਮੈਂ ਨਾ ਲਾਇਆ ਫਿਰ ਨਹੀਂ ਪੈਸਾ ਬਣਦਾ ਮੇਰੇ ਥੋੜਾ ਕੰਮ ਹਿਸਾਬ ਚ ਆ ਗਿਆ ਤੇ ਮੋਹੀ ਗੱਲ ਹੋਈ ਕੈਮਰਾ ਤੇ ਮੇਰਾ ਆਪਣਾ ਪੈਸੇ ਮੈਨੂੰ ਚੰਗੇ ਬਣਨ ਲੱਗੇ ਮੈਂ ਹੁਣ ਗੁਰੂ ਸਾਹਿਬ ਜਿੱਥੇ ਤੂੰ 5000 ਮੰਗ ਸਕਦਾ ਮੈਂ ਹੁਣ 10000 ਦੀ ਅੜੀ ਪਵਾ ਕੇ ਦੇਖ ਮੈਂ ਕਹਿੰਦਾ ਯਾਰ ਬੈਕ ਹੈਨ ਤੇ ਇਸ ਫੀਲਡ 'ਚ ਕਿੰਨੀ ਕਮਾਈ ਹੈ ਉਹ ਆਪਾਂ ਨੂੰ ਬੰਦਾ ਤੇ ਮੈਂ ਹਰ ਇੱਕ ਇੰਸਟੂਟ 'ਚ ਇਹ ਗੱਲ ਕਹੇ ਕਿ ਆਉਣਾ ਵੀ ਯਾਰ ਕੱਲਾ ਇਹ ਨਾ ਸੋਚੋ ਵੀ ਆਹੀ ਹੈ ਪਿੱਛੇ ਬੈਕਗ੍ਰਾਉਂਡ ਤੇ ਬਹੁਤ ਚੀਜ਼ਾਂ ਪਈਆਂ ਨੇ ਜਿੱਦੋਂ ਆਪਾਂ ਨੂੰ ਪੈਸਾ ਬਣ ਸਕਦਾ ਇਹ ਫੀਲਡ ਹੀ ਇਦਾਂ ਦਾ ਸੋਸ਼ਲ ਮੀਡੀਆ ਹੈ ਤੇ ਬਣਨਾ ਔਖਾ ਬਟ ਮੈਂ ਕਹਿੰਦਾ ਜੇ ਬੰਦਾ ਲੱਗਿਆ ਰਹੇ ਤਾਂ ਬੰਦਾ ਜਦੋਂ ਬਣਦਾ ਨਾ ਨਿਕਲਦਾ ਫਿਰ ਇੰਨਾ ਕ ਸਕੂਨ ਮਿਲ ਇੱਕ ਤਾਂ ਮੈਂ ਮੇਰੇ ਮਾਂ ਜੇ ਸੀ ਮੈਂ ਨਾ ਆਪ ਮੈਨੂੰ ਉਹ ਉਹ ਬੰਦੇ ਆਪਦੇ ਵਰਗੇ ਲੱਗਦੇ ਸੀ ਜਦੋਂ ਉਹ ਮੈਨੂੰ ਕੋਈ ਬੁਝਵਾ ਕੇ ਕਹਿੰਦਾ ਵੀ ਭਾਈ ਮੇਰੇ ਬੈਂਡ ਨਹੀਂ ਹੁੰਦੇ ਮੈਨੂੰ ਹੁਣ ਮਨ ਨੂੰ ਕੀ ਦੱਸਾਂ ਵੀ ਦੰਦਰਾ ਮੇਰੇ ਤਾਂ ਖੁੱਦੇ ਹੀ ਨਹੀਂ ਆਏ ਸੀ ਹਾਂ ਉਹ ਮੈਨੂੰ ਆਪਣੇ ਵਰਗੇ ਲੱਗਦੇ ਸੀ ਵੀ ਯਾਰ ਇਹ ਤਾਂ ਮੇਰੀ ਲਾਈਫ ਹੈ ਫਿਰ ਮੈਂ ਯਾਰ ਅੱਜ ਤਾਂ ਮੇਰੀ ਉਮਰ ਹੈ ਮੈਂ ਬੱਚੇ ਨਾਲ ਮਸ਼ਕਰੀਆਂ ਕਰਦਾ ਸੋਹਣਾ ਲੱਗਦਾ ਕੁੜੀਆਂ ਨੂੰ ਮੁੰਡਿਆਂ ਨੂੰ ਵਧੀਆ ਲੱਗਦਾ ਵੀ ਯਾਰ ਆ ਬਾਈ ਕਿੰਨਾ ਸੋਹਣਾ ਬੋਲਾ ਮੈਂ ਜਦੋਂ ਮੇਰੀ ਉਮਰ ਟੱਪ ਗਈ ਮੈਂ 40 42 ਸਾਲ ਦਾ ਕਿ ਮੈਂ ਉਦੋਂ ਮੈਂ ਸੋਹਣਾ ਲੱਗੂ ਉਦੋਂ ਮੈਂ ਕਿਸੇ 18 ਸਾਲ ਦੀ ਕੁੜੀ ਕੋਈ ਦਨਾਂ ਕੰਮ ਫੜ ਜਿਹਦੇ ਵਿੱਚ ਮੈਂ ਸੇਫ ਹੋਵਾਂ ਫੇਰ ਮੈਂ ਸੋਚਿਆ ਮੈਂ ਜਿੱਥੇ ਮੈਂ ਹੁਣ ਆਪਦੇ ਚੈਨਲ ਲਈ ਕੰਮ ਕਰਦਾ ਇੰਸਟੀਚਿਊਟ ਹੁੰਦੇ ਕੱਢ ਕੇ ਦਨਾਂ ਉਥੇ ਮੈਂ ਜੇ ਆਪ ਇਹਨਾਂ ਨੂੰ ਕੱਢ ਕੇ ਦੇ ਕੰਮ ਹੂੰ ਹੁਣ ਕਿ ਮੈਂ ਬਾਈ ਜੀ ਮੈਂ ਤੁਹਾਡਾ ਪੇਜ ਹਾਂ ਤੁਸੀਂ ਮੈਨੂੰ ਦੋ ਪੇਜ ਹੁਣ ਉਥੇ ਥੀਏਟਰ ਵਾਲੇ ਬੰਦਾਂ ਨੂੰ ਹਿਸਾਬ ਸੀਗਾ ਹੁਣ ਜਿੱਥੇ ਕਿ ਥੀਏਟਰ ਵਾਲਾ ਬੰਦਾ ਕੰਮ ਕਰ ਲੂਗਾ ਉਥੇ ਇਮੀਗ੍ਰੇਸ਼ਨ ਵਾਲਾ ਥੋੜੀ ਬੋਲ ਸਕਦਾ ਉਸ ਲੈਵਲ ਤੇ ਥੀਏਟਰ ਵਾਲਾ ਥੀਏਟਰ ਵਾਲੀ ਹੈ ਹੁਣ ਅਸੀਂ ਚੰਗੇ ਤਰੀਕੇ ਨਾਲ ਰੈਕਸ਼ਨ ਐਕਸ਼ਨ ਦਬਾ ਕੇ ਸੋਹਣੀ ਵੀਡੀਓ ਸ਼ੂਟ ਕਰਤੀ ਉਹ ਕਰਨਾ ਦੋ ਹੁਣ ਮੈਨੂੰ ਡਰ ਨਹੀਂ ਕੋਈ ਵੀ ਰੱਬ ਨਾ ਕਰੇ ਕੱਲ ਕੋਈ ਨੀਕੀ ਨੇ ਮੈਨੂੰ ਪਤਾ ਮੇਰੇ ਇਧਰੋਂ ਕੰਮ ਸਾਈਡ ਬਾਈ ਸਾਈਡ ਚੱਲੀ ਜਾਂਦਾ ਕਿਉਂਕਿ YouTube ਇਦਾਂ ਦਾ ਪਲੇਟਫਾਰਮ ਹੈ ਚੱਲੀ ਗਿਆ ਤਾਂ ਬਹੁਤ ਸੋਣਾ ਚੱਲਦਾ ਜਿਹੜੇ ਕੁਮਾਰ ਆ ਪੂਰਾ ਦੁੱਗਣਾ ਕਮਾਰਿਆ ਕਈ ਵਿਚਾਰੇ ਇਦਾਂ ਜਿਹੜੇ ਬਾਲਿਕ ਅਸੀਂ ਦੇ ਬਣਦਾ ਵੀ ਕੁਝ ਨਹੀਂ ਹੈ ਗਿਆ ਮੈਨੂੰ ਉਧਰੋਂ ਸੇਫ ਹਾਰਨਿਕ ਆਉਣ ਲੱਗੀ ਤੇ ਉਹੀ ਪੇ ਦਿਖਾ ਕੇ ਮੈਂ ਦੂਜੇ ਇੰਸਟੂਡ ਚ ਗੱਲ ਕੀਤੀ ਮਾਂ ਬਾਈ ਜੀ ਜੇ ਐਵੇਂ ਐਪੀਸੋਡ ਸ਼ੂਟ ਕਰਾਉਣਾ ਮੈਂ ਇਹਨਾਂ ਰਪ ਲਊਗਾ ਜੀ ਐਵੇਂ ਕਰਨਾ ਤਾਂ ਫਿਰ ਮੈਂ ਇਹਨਾਂ ਰਪ ਲਊਗਾ ਤੇ ਮੈਨੂੰ ਹੋਪ ਮਿਲ ਗਈ ਉਹ ਕਹਿੰਦੇ ਬਾਈ ਜੀ ਫਿਰ ਤੁਸੀਂ ਦ ਪਰਮਾਤਮਾ ਨੇ ਮਿਹਰ ਕੀਤੀ ਤੇ ਮੈਨੂੰ ਵੀ ਕੰਮ ਮਿਲਿਆ ਫੇਰ ਵੀ ਮੇਰੇ ਮਾਜੇ ਥੋੜਾ ਥੋੜਾ ਕਿਤੇ ਨਾ ਕਿਤੇ ਡਾੜੀ ਤੇ ਅੱਜ ਦੇ ਵੀ ਫਿਲਹਾਲ ਲਈ ਕਿਹਣੀ ਮੇਰੇ ਕੋਲ 45+ ਇਮੀਗ੍ਰੇਸ਼ਨ ਦਾ ਆਪਣਾ ਕੰਮ ਹੈ ਜਿਹਨ ਦੀ ਜਿਹੜੀ ਮੈਨੇਜਮੈਂਟ ਹੈ ਸਾਰੀ ਮੈਂ ਦੇਖਦਾ ਮੇਰੇ ਕੋਲ ਪ੍ਰੋਪਰ ਅੱਜ ਦੇ ਸਮੇਂ ਟੀਮ ਹੈ ਇੱਕ ਸਮਾਸੀ ਜਦੋਂ ਮੇਰੇ ਕੋਲ ਕੰਮ ਹੈ ਮੈਂ ਮਾਈਕ ਵੀ ਲੇਤਾ ਸੀ ਮੋਲਦਾ ਤੇ ਅੱਜ ਮੇਰੇ ਆਪਣੇ ਪ੍ਰੋਪਰ ਆਫਿਸ ਵੀ ਪਾਏ ਹੋਏ ਆ ਪ੍ਰੋਪਰ ਟੀਮ ਹੈ ਕੰਟੈਂਟ ਕ੍ਰੀਏਟਰਾਂ ਦੀ ਗ੍ਰਾਫਿਕ ਵਾਲੇ ਬੰਦਿਆਂ ਦੀ ਸਾਰਾ ਕੁਝ ਐਕਟਿੰਗ ਵਾਲੇ ਕੁੜੀਆਂ ਮੁੰਡੇ ਸਾਰੇ ਪ੍ਰੋਪਰ ਰੱਖੇ ਹੋਏ ਆ ਫੇਰ ਮੈਂ ਸੋ ਵੀ ਐ ਹੋ ਗਿਆ ਵੀ ਯਾਰ ਜਿੰਨੀ ਪਹਿਲਾਂ ਗਰੀਬੀ ਚੋਂ ਨਿਕਲੇ ਸੀ ਐਜੋ ਵੀ ਹੁਣ ਚੰਗੀ ਰੋਟੀ ਖਾ ਰਹੇ ਆ ਪਰ ਮੈਂ ਗੁਰੀ ਸਾਂ ਵੀ ਯਾਰ ਫੇਰ ਉਹੀ ਗੱਲ ਵੀ ਸੋਸ਼ਲ ਮੀਡੀਆ ਦਾ ਪਲੈਟਫਾਰਮ ਹੈ ਰੱਬ ਨਾ ਕਰੇ ਕਾਲੂ ਕੋਈ ਨੀ ਕਿ ਫੇਰ ਤੂੰ ਕੀ ਕਰੇਗਾ ਫੇਰ ਮੈਂ ਸੋਚਿਆ ਮੈਂ ਐਡੀ ਮੇਰੀ ਔਕਾਤ ਹੈ ਨਹੀਂ ਵੀ ਮੈਂ ਇੱਕ ਫਿਲਮ ਆਪ ਬਣਾ ਦਾਂ ਚੰਗੇ ਬਜਟ ਤੇ ਅੱਛਾ ਐਡੀ ਮੈਂ ਕਰ ਨਹੀਂ ਸਕਦਾ ਸੀ ਮੈਂ ਬੱਟ ਜੇ ਕੋਈ ਬਜਟ ਹੋਰ ਦੇ ਦੇ ਜੇ ਮੈਂ ਨਾਟਕ ਤਿਆਰ ਕਰਸਾਂ ਮੈਂ ਫਿਰ ਮੈਂ ਫਿਲਮ ਵੀ ਤਿਆਰ ਕਰ ਸਕਣਾ ਫਿਰ ਮੈਂ ਉਹੀ ਗੱਲ ਮੈਂ ਜਿੱਥੇ ਮੈਂ ਇਮੀਗ੍ਰੇਸ਼ਨ ਨੂੰ ਪੇ ਦੀ ਪੇਮੈਂਟ ਦੱਸ ਸਕਦਾ 쇼 ਦੀ ਪੇਮੈਂਟ ਮੈਂ ਉੱਥੇ ਵੀ ਕਿ ਮੈਂ ਫਿਲਮ ਦੀ ਪੇਮੈਂਟ ਵੀ ਦੱਸ ਕੇ ਟ੍ਰਾਈ ਤਾਂ ਮਾਰੀਏ ਮੈਨੂੰ ਰਿਸਕ ਲੱਗਦਾ ਮੈਂ ਭਾਈ ਜੀ ਆਏ ਕਰੋ ਜੀ ਸੋਹਣੀ ਬਣ ਗਈ ਫਿਲਮ ਤਾਂ ਮੈਂ 50-50% ਕਰ ਲਵਾਂ ਲੋਸ ਮੇਰਾ 50% ਤੇ ਮੈਂ ਪਹਿਲਾ ਪੇਮੈਂਟ ਸਾਰੀ ਦੂਸੀ ਲਾਉਣੀ ਹੈ ਅੱਛਾ ਉਹ ਕਹਿੰਦੇ ਠੀਕ ਹੈ ਲਾ ਲਾਂਗੇ ਜੀ ਮੈਨੂੰ ਤਾਂ ਸਕੂਨ ਮਿਲਿਆ ਮੈਂ ਗੁਰੂ ਜੀ ਸਾਹਿਬ ਵੱਡਾ ਪ੍ਰੋਜੈਕਟ ਹੈ ਕਿ ਤੇ ਉਹੀ ਨਾ ਗੱਲ ਉਹ ਵੀ ਨਿਆਣੀ ਮੱਤ ਵਾਲੀ ਗੱਲ ਹੋਦੀ ਹੈ ਨਾ ਵੀ ਆਲਾ ਆਪਣੇ ਦੇ 5-10 ਲੱਖ ਰੁਪਏ ਲਾ ਰਿਹਾ ਹੈ ਆਪਣੇ ਕਹੇ ਤੋਂ ਆਪਣੀ ਵਿਸ਼ਵਾਸ થી ਵੀ ਗੱਲ ਹੋਈ ਨਾ ਹੋ ਵੀ ਗੱਲ ਹੋ ਆਲਾ ਵੀ ਕਹੇ ਬੀਅਰਾ ਕੀ ਗੁਰੀ ਮੈਂ ਮੈਂ ਇੱਥੇ 10 ਲੱਖ ਭਰਿਆ ਨਹੀਂ ਹੈਣਾ ਮੈਂ ਥੋੜੇ ਹੁਣ ਆਇਆ ਕਰ ਜੋ ਆਕੜੀ ਦਾ ਮੈਂ ਥੋੜੇ ਬੰਦੇ ਪ੍ਰੋਫੈਸ਼ਨਲੀ ਪਾ ਵਿੱਚ ਥੋੜੇ ਟਾਈਮ ਨਾਲ ਪਿੰਡ ਚੋਂ ਨਿਕਲ ਮਤਲਬ ਮੇਰੀ ਆਸੀ ਮੈਂ ਜਿੰਨੇ ਵੀ ਸ਼ੂਟ ਕਰਦਾ ਗੱਲ ਜਦ ਮੇਰੀ ਮੀਟਿੰਗ ਮੂਟਿੰਗ ਹੁੰਦੀ ਮੈਂ ਗੱਲ ਚ ਪਾ ਕੇ ਪੂਰਾ ਪਰਨਾ ਪਿੰਡ ਵਾਲਾ ਫੀਲ ਆ ਕੇ ਜਾਂਦਾ ਆ ਮੇਰੀ ਮੜਕ ਭਾਰੀ ਦੀ ਬਣਾਈ ਪਿੰਡ ਵਾਲਿਆਂ ਸੀ ਵੀ ਰੋਡਾ ਕੀ ਚੱਕਰ ਆ ਫਿਰ ਵੀ ਜੇ ਕੰਮ ਮਿਲ ਨੂੰ ਮੇਰੀ ਕਲਾ ਨੂੰ ਕੰਮ ਮਿਲੂਗਾ ਮੈਨੂੰ ਮਿਲ ਜੂ ਜੀ ਮੇਰੇ ਚ ਕੰਮ ਫੜਨ ਦੀ ਕਾਬਲੀ ਤੂੰ ਮੈਂ ਕੰਮ ਫੜ ਲੂੰਗਾ ਜੇ ਨਹੀਂ ਮੈਂਦਾ ਫਿਰ ਮੈਨੂੰ ਗੱਲ ਚ ਪਰਨਾ ਪਾ ਕੇ ਵੀ ਨਹੀਂ ਮਿਲਣਾ ਮੈਂ ਸੋਚ ਕੇ ਚੱਲਦਾ ਸੀ ਤੇ ਫਿਰ ਉਹ ਕਹਿੰਦਾ ਬਾਈ ਜੀ ਆਪਾਂ ਪੇਮੈਂਟ ਲਾ ਦਾਂਗੇ ਪਰ ਜਿਹੜੇ ਸਾਡੇ ਮੇਨ ਆਫੀਸਰ ਨੇ ਜਿਹੜੇ ਸਾਡੇ ਮੇਨ ਸਰ ਨੇ ਵੀ ਉਹ ਕੈਨੇਡਾ ਤੋਂ ਆਉਣਗੇ ਵੀ ਤੁਸੀਂ ਦੱਸੋ ਮੀਟਿੰਗ ਕਰ ਲਵਾਂ ਉਹਨਾਂ ਨਾਲ ਮੈਂ ਹਜੀ ਕਰ ਲਾਂਗੇ ਉਹ ਮੈਨੂੰ ਕਹਿੰਦਾ ਨਾ ਕਹਿੰਦਾ ਬਈ ਬਾਈ ਗੱਲ ਚ ਪਰਨਾ ਪਾ ਕੇ ਨਹੀਂ ਮੀਟਿੰਗ ਤੇ ਮਾ ਯਾਰ ਗੱਲ ਚ ਪਰਨਾ ਕਿਉਂ ਨਾ ਪਾ ਕੇ ਮੈਂ ਸਾਡੀ ਧੱਕ ਜੀ ਪੈਂਦੀ ਐ ਅਸੀਂ ਕੰਮ ਇਹਦਾ ਨਾ ਕਰਦੇ ਮੈਂ ਪਰਨ ਵਾਲੀ ਕੀ ਗੱਲ ਐ ਉਹ ਕਹਿੰਦਾ ਭਈ ਟਾਈਮ ਦੇ ਨਾਲ ਥੋੜਾ ਤੈਨੂੰ ਅਪਡੇਟ ਹੋਣਾ ਪੈਣਾ। ਹੂੰ। ਬੀ ਕਹਿੰਦਾ ਕਿਤੇ ਜਿਹੜੇ ਤੂੰ ਚੀਜ਼ ਕਰਦਾ ਇਹ ਮੰਨਦੇ ਤੇਰੇ ਪਿੰਡ ਵਾਲੇ ਲੈਵਲ ਤੱਕ ਸਹੀ ਹੈ ਤੈਨੂੰ ਯੂਜ਼ ਦੇਖਦਾ ਤੂੰ ਨਾ ਜੁੜਿਆ ਹੋਇਆ। ਬਟ ਜਿੱਥੇ ਤੂੰ ਜਾ ਰਿਹਾ ਨਾ ਉਹ ਇਹ ਤੇਰੀ ਚੀਜ਼ ਨੂੰ ਅਸੈਪਟ ਨਹੀਂ ਕਰਨਗੇ। ਆਦੂ ਕਿਥੋਂ 10 ਲੱਖ ਰੁਪਏ ਵਾਲੇ ਤੂੰ ਜਾਣਾ ਗੱਲ ਚ ਪਰਣਾ ਪਾਕਿਆ ਤਾਂ ਉਹ ਚੀਜ਼ ਥੋੜੀ ਸੋਹਣੀ ਲੱਗੂਗੀ। ਤੂੰ 10 ਲੱਖ ਵਾਲਾ ਬਣ ਕੇ ਜਾ। ਹੂੰ। ਮੈਂ ਠੀਕ ਹੈ ਜੀ। ਮੈਂ ਪਈ ਆਪਣੇ ਨਾਲ ਵਧੀਆ ਫਾਰਮਲ ਪੂਰ ਬਣਾਇਆ ਕਾਸਕੇ ਐ ਚੰਗੀ ਵਧੀਆ ਲਿਆ ਕੇ ਵਧੀਆ ਸ਼ਰਟ ਪੈਂਟ ਐ ਮੈਂ ਵਧੀਆ ਸਜਾ ਕੇ ਪ ਮੈਂ ਲੱਗ ਗੁਰੇ ਸਾਂ ਚੱਕ ਨਾ ਪੈ ਜੇ ਮੈਂ ਪਰ ਹੁਣ ਹੋਰ ਕਰ ਹੁਣ ਗੱਡੀ ਮੈਂ ਪਰਜ ਮੰਗੇ ਮੀ ਲੈ ਕੇ ਚੱਲ ਅੱਛਾ ਮੈਂ ਗੱਡੀ ਮੇਰੇ ਮੈਥਰ ਦੀ ਮੰਗੀ ਫੋਰਚੂਨਰ ਮਾ ਯਾਰ ਤੂੰ ਮੇਰੇ ਨਾਲ ਚਾਹੇ ਨਾਲ ਭੱਜ ਚੱਲ ਮੈਂ ਤੂੰ ਮੇਰੇ ਨਾਲ ਚੱਲਾ ਮਾਝ ਮੀਟਿੰਗ ਆਪਣੀ ਪੂਰੇ ਤਾਕੜੇ ਲੈਵਲ ਵਾਲੀ ਦਹਾ ਮੀਟਿੰਗ ਪੂਰੇ ਤਾਕੜੇ ਉਹਦੇ ਵਿੱਚ ਫੋਟੋ ਵਾਲੇ ਵਿੱਚ ਉਹ ਦੇਖੀ ਪਤਾ ਲਾ ਉੱਥੇ 1902 ਤੋਂ ਤਾਂ ਕਾਫੀ ਸਟਾਰਟ ਹੋਈ ਸੀ ਅੱਛਾ 1902 ਇੱਕ ਪਿੰਡ ਵਾਲਿਆਂ ਨੂੰ ਆ ਖਾ ਜਾਂਦਾ ਹੋਣਾ ਸੀ ਕਹਦੇ ਨੇ ਗੱਲੇ ਕੁਲਚੇ 버ਗਰ ਪੀਜੇ ਤੱਕ ਸਾਡੀ ਗੱਲ ਆ ਖੜ ਜਾਂਦੀ ਹੈ ਉਹ ਕਹਿੰਦੇ ਤੁਸੀਂ ਆਰਡਰ ਕਰੋ ਜੀ ਮੈਂ ਜ ਕੰਮ ਹੈ 2019 ਤੋਂ ਕਾਫੀ ਸਟਾਰਟ ਮੈਂ ਗੁਰੀ ਸਾਂ ਜੇ ਕੋਈ ਚੀਜ਼ ਹੈ ਦੁਨੀ ਆਰਡਰ ਕਰਤੀ ਢੀ ਖਾਣੀ ਨਾ ਆਵੇ ਫੇਰ ਸੈਫਾ ਪੇਜੂ ਵੀ ਕਰੀਏ ਕੀ ਮੈਂ ਜੀ ਤੁਸੀਂ ਆਰਡਰ ਕਰੋ ਕੋਈ ਨਾ ਕੋਈ ਨਾ ਦੀ ਮੈਂ ਪ੍ਰੋਪਰ ਆਪਣਾ ਪੂਰਾ ਪ੍ਰੋਫੈਸ਼ਨਲ ਬਣ ਕੇ ਗਿਆ ਜਿਹੜੀ ਉਹ ਬੈਠੇ ਨੇ ਸਾਈਡ ਵਾਲੇ ਬੈਨਸ ਬੈਗਾਂ ਫੜਨ ਵਾਲੇ ਮੈਂ ਉਹ ਵੀ ਨਾਲ ਲੈ ਕੇ ਗਿਆ ਮਾ ਵੀ ਕਿਤੇ ਕਮੀ ਨਾ ਰਹਿ ਜੀ ਆਪਦੇ ਵਿੱਚ ਗਾਲ੍ਹੂ ਕੋਈ ਡਾਇਲੌਗ ਦੇ ਮੈਨ ਨਹੀਂ ਓਏ ਕੋਈ ਤਾਂ ਆਮ ਜਿਹਾ ਬੰਦਾ ਲੱਗਦਾ ਕੋਈ ਜਿਹੜਾ ਮੀਟਿੰਗ ਕਰਨ ਆਇਆ ਮੈਂ ਜਦੋਂ ਜਾ ਕੇ ਖੜਾਈ ਗੱਡੀ ਉਹ ਆਇਆ ਮੈਂ ਬੈਠੇ ਆਂ ਕਰਕੇ ਆਂ ਮੈਂ ਵੀ ਪ੍ਰੋਫੈਸ਼ਨਲ ਆਂ ਬੈਠ ਮੈਂ ਗੱਲ ਵੀ ਉਹਤੇ ਉਹਨੇ ਕਹਿੰਦਾ ਕੀ ਅਨੈਸਰ ਮੈਂ ਆਮ ਗੁੱਟ ਸਾਡੀ ਵੈਬ ਸੀਰੀਜ਼ ਰਿਗਾਰਡਿੰਗ ਜਦੋਂ ਗੱਲ ਹੋਈ ਪ੍ਰੋਜੈਕਟ ਰਿਗਾਰਡਿੰਗ ਉਹ ਕਹਿੰਦੇ ਬਾਈ ਗੁਰੀ ਤੂੰ ਸਾਨੂੰ ਓਕੇ ਐ ਅਸੀਂ ਤੇਰੇ ਕਹੇ ਤੋਂ ਵੈਬ ਸੀਰੀਜ਼ ਦੇ ਉੱਪਰ ਪੀਆ ਜਾਂ ਫਿਲਮ ਦੇ ਉੱਪਰ ਰੁਪਿਆ ਲਾਉਣ ਲਈ ਤਿਆਰ ਆ ਸਾਨੂੰ ਤੇਰੀ ਸਟੋਰੀ ਵੀ ਚੰਗੀ ਲੱਗੀ ਤੇਰਾ ਪਹਿਰਾਵਾ ਵੀ ਚੰਗਾ ਲੱਗਿਆ ਬਈ ਤੂੰ ਹਾਂ ਵਾਕਿਆ ਜੇ ਮੀਟਿੰਗ ਵਾਲਾ ਬੰਦਾ ਬਣ ਕੇ ਆਇਆ ਕਹਿੰਦੇ ਬਸ ਛੋਟੀ ਇੱਕ ਕਮੀ ਛੱਡ ਗਿਆ ਮੈਂ ਕਿਥੇ ਕਹਿੰਦਾ ਜਰਾਬਾ ਗੱਲੀਆਂ ਵੀ ਆਲੇ ਪਾਇਆ ਬਾਕੀ ਓਕੇ ਮੈਂ ਕਹਿੰਦਾ ਮੈਂ ਯਾਰ ਕੋਈ ਚੱਕਿਆ ਨਹੀਂ ਫਿਰ ਮੈਨੂੰ ਪਤਾ ਲੱਗਾ ਵੀ ਨਹੀਂ ਟਾਈਮ ਦੇ ਨਾਲ ਹਰ ਇੱਕ ਚੀਜ਼ ਆਪਾਂ ਨੂੰ ਅਕੋਰਡਿੰਗ ਢਲਣਾ ਪੈਣਾ ਹੈ। ਹਾਂਜੀ। ਗੱਲ ਤੇ ਪਾਰਨਾ ਪਉਣਾ ਮਾੜੀ ਗੱਲ ਨਹੀਂ। ਸੋਹੇ ਲੱਗਦੇ ਸਾਡੇ ਪਿੰਡ ਵਾਲੇ ਵੀ ਹੁੰਦੀ ਐ ਉਹ ਚੀਜ਼ਾਂ ਨਹੀਂ ਆ ਸਾਡਾ। ਪਰ ਮਿੰਦ ਵੀ ਨਹੀਂ ਟਾਈਮ ਦੇ ਨਾਲ ਅਪਡੇਟ ਹੋਣਾ ਪੈਣਾ। ਹੁਣ ਤੱਕ ਤੁਸੀਂ ਕਾਫੀ ਬੱਚਿਆਂ ਦੇ ਨਾਲ ਗੱਲਬਾਤ ਕਰ ਚੁੱਕਿਆ ਨਾ। ਹੂੰ। ਤੇ ਕੋਈ ਇਹ ਜਿਹਾ ਤੁਹਾਨੂੰ ਕੁੜੀ ਮੁੰਡਾ ਜਿਹਦੀ ਤੁਹਾਨੂੰ ਗੱਲ ਬਹੁਤ ਵਧੀਆ ਲੱਗੀ ਹੋਵੇ ਜਿਹਨੂੰ ਤੁਸੀਂ ਅੱਜ ਵੀ ਆਪਣੀ ਜ਼ਿੰਦਗੀ ਦੇ ਵਿੱਚ ਫੋਲੋ ਕਰਦੇ ਹੋ ਨਾ। ਹੂੰ। ਉਹ ਕੋਈ ਹੈਗਾ ਕੋਈ ਇਦਾਂ ਦੀ ਗੱਲਬਾਤ ਜਿਹੜੀ ਤੁਹਾਨੂੰ ਲੱਗਦੀ ਬਹੁਤ ਵਧੀਆ ਕੀਤੀ ਉਹਨੂੰ ਮੈਂ ਯਾਦ ਕਰਨਾ ਚਾਹ। ਤੇ ਮੈਂ ਨੂੰ ਜ਼ਿੰਦਗੀ ਦੇ ਵਿੱਚ ਵੀ ਫੋਲੋ ਕਰੂੰਗਾ ਗੱਲ ਬਾਤ ਇਹ ਹੈ ਕਿਉਂਕਿ ਬੱਚਿਆਂ ਦੇ ਨਾਲ ਜਿਹੜੇ emotions ਨੇ ਉਹ ਬੜੇ ਵਧੀਆ ਹੁੰਦੇ ਨੇ ਮੈਂ ਤਾਂ ਹੀ ਕਦੇ ਵੀ ਨਾ ਜਿੰਨਾ ਮੈਂ ਮੇਰੇ ਸ਼ੋਹਰ ਨਾਲ ਮੈਂ ਕਦੇ ਸਕ੍ਰਿਪਟਡ ਸ਼ੋ ਨਹੀਂ ਲਾਇਆ ਮੇਰਾ ਮੈਂ ਬੱਚ ਨੂੰ ਪਹਿਲਾਂ ਸਿਖਾ ਦੂੰਗੀ ਬਈ ਤੁਸੀਂ ਐਵੇਂ ਮੇ ਬੋਲਣਾ ਨਾ ਕਿਉਂਕਿ ਜਿੰਨਾ ਬੱਚ ਨੇ ਨਿੱਜੀ ਲਾਈਫ ਬਾਰੇ ਹੁੰਦੇ ਨਾ ਤਾਂ ਉਹ ਆਪਣੀ ਚੀਜ਼ ਹਰ ਇੱਕ ਬੰਦਾ ਦੱਸ ਕੇ ਖੁਸ਼ ਹੁੰਦਾ ਵੀ ਯਾਰ ਮੇਰੀ ਲਾਈਫ ਚ ਸਟਰਗਲ ਹਰ ਕੋ ਕਰਦਾ ਇਹ ਨਹੀਂ ਵੀ ਇਕੱਲਾ ਮੈਂ ਕੀਤੀ ਹੈ ਸਾਰੇ ਕਰਦੇ ਤਕਰੀਬਨ ਜਿੰਨੇ ਵੀ ਹੁੰਦੇ ਆ ਬਟ ਇਹ ਹੁੰਦਾ ਵੀ ਜਦੋਂ ਕੋਈ ਬੰਦਾ ਆਪਣੀ ਸਟੋਰੀ ਦੱਸਦਾ ਬੜਾ ਸਕੂਨ ਮਿਲਦਾ ਹੁੰਦਾ ਸੁਣ ਕੇ ਹਰ ਇੱਕ ਦਿ ਕਈ ਵੇਚਨ ਪੁੱਛ ਲਨਾਂ ਵੀ ਕਈ ਵਾਰੀ ਬੱਚੇ ਰੋਣ ਲੱਗ ਜਾਂਦੇ ਜਿਵੇਂ ਕੁੜੀਆਂ ਮਤਲਬ ਇੱਕ ਮੈਂ ਕੁੜੀ ਦਾ ਸ਼ੂਟ ਉਹ ਕਹਿੰਦੀ ਮੇਰੇ ਮੰਮੀ ਨਹੀਂ ਹੈਗੀ ਉਹ ਰੋਣ ਲੱਗੀ ਇਹ ਗੱਲ ਕਹਿੰਦੀ ਮਹਾ ਵੀ ਭੈਣ ਮੇਰੀ ਕੋਈ ਨਾ ਰੋਣਾ ਵੀ ਸਾਰੇ ਤੇਰੇ ਅਸੀਂ ਆਪਣੀਆਂ ਜਿਹੜੀ ਪਿੱਛੇ ਕੁੜੀ ਬੈਠੀ ਚ ਉਹਦੇ ਨਾਲ ਉਹਦੀ ਵੀ ਮੰਮੀ ਹੈ ਨਹੀਂ ਸੀ ਅੱਛਾ ਉਹ ਦੋ ਕੁੜੀਆਂ ਲੱਗੀਆਂ ਰੋਣਾ ਤੇ ਉਹਨੂੰ ਦੇਖ ਕੇ ਤੁਹਾਨੂੰ ਤੇ ਜੋ ਇਮੋਸ਼ਨਲ ਮਾਹੌਲ ਹੋ ਜੇ ਉਹਨੂੰ ਦੇਖ ਕੇ ਕਿਤੇ ਰੋਣ ਲੱਗੇ ਤਕਰੀਬਨ ਸਾਰੇ ਮੰਗੂਈ ਤੇ ਇੱਕ ਉਹ ਤੇ ਮੁੰਡਾ ਬੈਠਿਆ ਮੁੰਡਾ ਰੋਇਆ ਆਪਾਂ ਕਹਿੰਦੇ ਮੁੰਡੇ ਰੋਂਦੇ ਨਹੀਂ ਹੁੰਦੇ ਮੁੰਡਾ ਰੋਇਆ ਤੇ ਮੈਂ ਮੁੰਡੇ ਨੂੰ ਚੁੱਪ ਕਰਾਉਂਦਾ ਉਸਕੇ ਮਾਮਾ ਭਾਈ ਤੂੰ ਕਿਹਰ ਹੋ ਰਹੇ ਆ ਉਹ ਕਹਿੰਦਾ ਭਾਈ ਮੇਰੇ ਮੰਮੀ ਜਿਹੜੀ ਦੋਨੋਂ ਨਹੀਂ ਹੈਗੇ ਤਾਂ ਉੱਥੇ ਮਤਲਬ ਇੰਨਾ ਦਾ ਇੰਨਾ ਕੋ ਮਾਹੌਲ ਬਣ ਕੇ ਮੈਂ ਐ ਲੱਗੀ ਵੀ ਯਾਰ ਵੀ ਇਹੋ ਜਿਹੀ ਵੀ ਪਏ ਨੇ ਨਾ ਵੀ ਵਿੱਚ ਦੁਨੀਆ ਤਾਂ ਨਹੀਂ ਪਏ ਜਾਂਦੇ ਮਾਪੇ ਜੰਮੀ ਵੀ ਨਹੀਂ ਹੈਗੇ ਯਾਰ ਤੇ ਆਪਾਂ ਕਹਿ ਦਿੰਦੇ ਨੇ ਵੀ ਆਰ ਜਵਾਕ ਕਿਉਂ ਨਹੀਂ ਬਣਦੇ ਵੀ ਕਹੀ ਇਦਾਂ ਕਿਉਂਕਿ ਇਦਾਂ ਦੇ ਕੇਸ ਮੈਂ ਦੇਖਿਆ ਮੈਂ ਨਾ ਜਿਹਦੇ ਵਿੱਚ ਐ ਮਾ ਲੋ ਮਾਪੇ ਦੀ ਕੋਈ ਕਦਰ ਨਹੀਂ ਹੁੰਦੀ ਐ ਠੇਡੇ ਮਾਰਦੇ ਮੈਂ ਕਹਿੰਨੇ ਕਿ ਪਸ ਜਿਹਨਾਂ ਦੇ ਹੁੰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਭਾਈ ਜਿਹੜੇ ਜਵਾਕ ਹੁੰਦੇ ਨੇ ਮੈਂ ਮ ਉਹ ਜੀਦਾ ਪਰ ਜਦੋਂ ਮੈਂ ਉਹ ਬੱਚੀ ਦੀ ਰੀਲ ਪਾਈ ਨਾ ਕੁੜੀ ਦੀ ਰੀਲ ਪਾਈ ਉਹਨੂੰ ਇੰਨੇ ਕਿ ਵਿਊ ਆਏ ਗੱਲਾਂ ਹੀ ਛੱਡ ਦੋ ਤੇ ਸਭ ਬੰਦੇ ਵਿੱਚ ਚੰਗੇ ਵੀ ਬਹੁਤ ਆ ਸਾਨੂੰ ਮੈਸ ਕਹਿੰਦੇ ਬਈ ਇਹ ਸਾਨੂੰ ਇਹ ਕੁੜੀ ਦਾ ਘਰ ਪਰਵਾਦ ਦੱਸੋ ਅਸੀਂ ਕੁੜੀ ਨੂੰ ਪੇਮੈਂਟ ਲਾਉਣੇ ਮਹੀਨੇ ਮਹੀਨੇ ਦੀ ਮਹੀਨੇ ਅਸੀਂ ਪੇਮੈਂਟ ਦੇ ਕੇ ਜਾਇਆ ਕਰਾਂ ਕੁਝ ਨਾ ਕੁਝ ਤੇ ਮੈਨੂੰ ਇਹਨਾਂ ਉੱਥੇ ਮੈਨੂੰ ਸਕੂਆਂ ਮਿਲ ਗਿਆ ਮੈਂ ਇਹ ਗੁਰੀ ਸਾਂ ਅੱਜ ਤੇਰੀ ਮਿਹਨਤ ਦਾ ਮੁੱਲ ਪੈ ਗਿਆ ਵੀ ਆ ਮਤਲਬ ਅੱਜ ਤੇਰੇ ਚੈਨਲ ਕਰਕੇ ਮੈਂ ਕਿਸੇ ਦਾ ਘਰ ਨੂੰ ਰੋਜ਼ੀ ਰੋਟੀ ਚੰਗੇ ਤਰੀਕੇ ਨਾਲ ਲੱਗ ਰਹੀ ਹੈ ਕਿਉਂਕਿ ਆਇਲਸ ਹਨਾ ਮੈਂ ਕਰਦਾ ਹਰ ਇੱਕ ਜਵਾਬ ਹੈ ਜਿਵੇਂ ਜਦ ਤੱਕ ਮੈਨੂੰ ਪਤਾ ਸੀ ਵੀ ਮੈਂ 20 ਲੱਖ ਰੁਪਏ ਇਕੱਠਾ ਕਰ ਨਹੀਂ ਸਕਦਾ ਫਿਰ ਵੀ ਮੈਨੂੰ ਐ ਸੀ ਮੈਂ ਜੇ ਮੈਂ ਬਾਹਰ ਭਾਗਿਆ ਮੇਰੀ ਜ਼ਿੰਦਗੀ ਬਣ ਜੇ ਹੁਣ ਇਹ ਤਾਂ ਹੈ ਨਹੀਂ ਬਾਹਰ ਕੱਲਾ ਮੀਰਾਂ ਲਈ ਬਣਿਆ ਸੁਪਨਾ ਦਾ ਗਰੀਬ ਦੇ ਜਵਾਕ ਵੀ ਦੇਖ ਸਕਦੇ ਆ ਤੇ ਉਹੀ ਸੁਪਨਾ ਮੈਂ ਦੇਖਿਆ ਮੈਂ ਜਾਊਗਾ ਤਾਂ ਬਾਹਰ ਹੀ ਜਾਊਗਾ ਤੇ ਜਦੋਂ ਮੈਂ 7ਮ 8ਵਾਂ ਐਗਜ਼ਾਮ ਦਿੱਤਾ ਨਾ ਮੇਰੇ ਬੈਂਡ ਆ ਗਏ ਉਹਨੇ ਕਿ ਜਿੰਨੇ ਕਹਨ ਮੇਰੇ ਵੀਜ਼ਾ ਆ ਸਕਦਾ ਸੀ ਅੱਛਾ ਮੈਂ ਪੂਰਾ ਖੁਸ਼ ਮੈਂ ਗੁਰੀ ਸਿਆ ਹੁਣ ਤੇਰੀ ਜ਼ਿੰਦਗੀ ਬਣ ਕੇ ਫਿਰ ਮੈਂ ਉਹ ਜਿਹੜੇ ਗਾਣੇ ਹੁੰਦੇ ਨੇ ਬਾਹਰਲੇ ਦੇਸ਼ ਵਾਲੇ ਉਹ ਪੂਰੇ ਲਾ ਕੇ ਫੀਲਿੰਗਾਂ ਫੁੱਲ ਫਿਰ ਮੈਂ ਘਰੇ ਆਇਆ ਮਾਪੇ ਹੁਣ ਆਪਾਂ ਕਰਨੇ ਪੈਸੇ ਇਕੱਠੇ ਸੀ ਜੈਡ ਕੋਲੇ ਗਏ ਕਹਿੰਦਾ ਬਿਰਪੀਆ ਲੱਗਣਾ 16 ਲੱਖ ਮੈਂ ਕਰੀਏਗਾ ਲੇਕਿਨ ਪੁੱਤ ਕਹਿੰਦੀ ਆਪਾਂ ਇੰਨਾ ਕਿੱਥੋਂ ਕਰ ਲਾਂਗੇ ਇੰਨਾ ਤਾਂ ਆਪਾਂ ਤੋਂ ਹੋਣਾ ਨਹੀਂ ਵੀ ਤੂੰ ਕੋਈ ਹੋਰ ਰਾਹ ਦੇਖ ਲੈ ਛੋਟੀ ਮੋੜੀ ਕੰਟਰੀ ਵਜਾ ਮੈਂ ਨਾ ਮੇਰਾ ਡ੍ਰੀਮ ਕੈਨੇਡਾ ਦੀ ਮੈਂ ਕੈਨੇਡਾ ਹੀ ਜਾਣਾ ਖਰ ਦੇ ਕਹਿੰਦਾ ਪੁੱਤ ਆਪਾਂ ਇੰਨਾ ਰੁਪਈਆ ਕਰ ਹੀ ਨਹੀਂ ਸਕਦੇ ਵੀ 16 17 ਲੱਖ ਵਾਲੀ ਆਪਣਾ ਕਿੱਡਾ ਇੱਥੇ ਐਡਾ ਸਿਸਟਮ ਕਿੱਥੇ ਆ ਚਲੋ ਕਰਦਣਾ ਫਿਰ ਇਹ ਹੋ ਗਿਆ ਵੀ ਯਾਰ ਸਾਡਾ ਮੁੰਡਾ ਮਿਹਨਤੀ ਹੈ ਵੀ ਜੇ ਅੱਜ ਅਸੀਂ ਕੁਝ ਵੇਚ ਵਟ ਕੇ ਤੇ ਲਾ ਦਾਂਗੇ ਤਾਂ ਇਹ ਬਣ ਜੂ ਤਾ ਹੋ ਸਕਦਾ ਵੀ ਇਦਾਂ ਕਰਕੇ ਸੀ ਸਾਰੀ ਬਣ ਜੀ ਕਰ ਦਨ ਡਿਸੀਜਨ ਲੈਂਦਾ ਵੀ ਆਪਾਂ ਰਪੀ ਲਾਵਾਂਗੇ ਤਾਂ ਉੱਤੇ ਗੱਲਾਂ ਛੜੀ ਨਾ ਜਦੋਂ ਉਹ ਚੀਜ਼ਾਂ ਮੈਨੂੰ ਫਿਰ ਮਨ ਨੂੰ ਭਾਵਕ ਕਰਦੀਆਂ ਨੇ ਮੰਮੀ ਕਹਿੰਦੀ ਕਿ ਨਹੀਂ ਪੁੱਤ ਮੇਰੇ ਕੋਲ ਸੋਨਾ ਪਿਆ ਮੈਂ ਗਹਿਣੇ ਵੀ ਮੈਂ ਗਹਿਣੇ ਰੱਖ ਦਿੰਨੀ ਆ ਜਿੰਨਾ ਪਿਆ ਸੀ ਹੈ ਡੜੀ ਨੇ ਪੁੱਤ ਵੀ ਆਪਣੇ ਕੋਲ ਦੇਖ ਸਾਰੀ ਮੈਂ ਹਸਾਂ ਨੇ ਵੀ ਕੋਈ ਨਾ ਜਿੰਨੇ ਕਰੇ ਗਈਆਂ ਆਪਾਂ ਮੈਂ ਹਸਾਂ ਮੂਸਾ ਵੀ ਬੇਚ ਦੰਨੇ ਆ ਵੀ ਮੈਂ ਤੇਰੀ ਕਰਕੇ ਨਾ ਕਰਸਣਾ ਵੀ ਦੇਖ ਮੈਂ ਹੁਣ ਤੱਕ ਜੋ ਵੀ ਕੰਮ ਕੀਤਾ ਕੀਤਾ ਵੀ ਮੈਂ ਤੇਰੀ ਕਰਕੇ ਸਿਰੀ ਲਾਣ ਲਈ ਵੀ ਤਿਆਰ ਆ ਵੀ ਚਲ ਆਪਾਂ ਨੂੰ ਉੱਤੇ 1.5 ਲੱਖ ਰੁਪਏ ਮਿਲ ਜੂਗਾ ਫੇ ਮੈਂ ਯਾਰ ਨਾ ਮੈਂ ਯਾਰ ਮੇਰੇ ਜਿਹੜੀ ਵੀ ਇੱਕ ਖੇਤੀ ਕਰਨ ਵਾਲਾ ਬੰਦਾ ਠੀਕੇ ਤੇ ਮੈਂ ਮੇਰਾ ਜਿਹੜੀ ਮੈਂ ਕਿਸੇ ਯਾਰ ਹੋਰ ਦੇ ਖੇਤਾਂ ਜਮਾ ਸੀਰੀਅਲ ਲੂਗਾ ਨੰਗਰਨ ਪਾਊਗਾ ਮੇਰਾ ਮਨ ਨਹੀਂ ਮੰਨੇ ਫੇਰ ਵੀ ਚੱਲਾ ਕਰਦੇ ਕਿਉਂ ਫੇਰ ਮੈਨੂੰ ਅਸੀਂ ਮੈਂ ਯਾਰ پوری ਜ਼ਿੰਦਗੀ ਦਾ ਸਵਾਲ ਹੈ ਲੈ ਲਾ ਰਿਸਕ ਕੁਛ ਨਹੀਂ ਹੁੰਦਾ ਫੇਰ ਵੀ ਰੁਪਿਆ ਬਣਿਆ 12-13 ਲੱਖ ਟੋਟਲੀ ਜੁੜ ਗਏ ਮੈਂ 16 ਲੱਖ ਵੀਰ ਵੀ ਨਹੀਂ ਹੁੰਦਾ ਯਾਰ ਫੇਰ ਬਹੁਤ ਹਾੜੇ ਕੱਢੇ ਮੈਂ ਕਹਿਣਾ ਨਹੀਂ ਚਾਹੁੰਦਾ ਮਤਲਬ ਕਾਫੀ ਬੰਦੇ ਨੇ ਕਿਹਾ ਵੀ ਯਾਰ ਕਰ ਦੋ ਹੀ ਲ ਪਰ ਮੈਂ ਸ਼ੁਕਰ ਮਨਾਉਣਾ ਮੈਂ ਕਹਿੰਦਾ ਜੇ ਮੇਰੇ ਤੇ ਕਿਤੇ ਉਸ ਟਾਈਮ ਉਹ ਪੈਸਾ ਲ ਅੱਜ ਮੈਨੂੰ ਇਹ ਨਹੀਂ ਹੋਣਾ ਸੀ ਮੈਂ ਆਪਦੇ ਪੈਰਾਂ ਤੇ ਖੜਾ ਹੋ ਕੇ ਕੁਝ ਆਪਦਾ ਕਨਸੈਪਟ ਤਿਆਰ ਕਰ ਲੂੰਗਾ ਫਿਰ ਹੋ ਸਕਦਾ ਉੱਥੇ ਜਾ ਕੇ ਮੈਂ ਕਲੀ ਦਿਹਾੜੀ ਕਰਦਾ ਮੈਂ ਤਾਂ ਸ਼ੁਕਰ ਮਨਾਉਣਾ ਹਜੇ ਕਈ ਵਾਰੀ ਮੇਰੇ ਘਰ ਦੇ ਕਹਿੰਦੇ ਵੀ ਆਪਣਾ ਮਾੜੇ ਟਾਈਮ ਸੁਣਨੇ ਸਾਥ ਨਹੀਂ ਦਿੱਤਾ ਸੀ ਪੈਸੇ ਨਹੀਂ ਦਿੱਤੇ ਸੀ ਆਪਾਂ ਨੂੰ ਅੱਛਾ ਵੀ ਹੁੰਦਾ ਉਹ ਮਨ ਚ ਰੱਖ ਦੇ ਗੱਲ ਪਰ ਮੈਂ ਕਹਿੰਦਾ ਨਾ ਮਾ ਹੁਣ ਨਾ ਰੱਖ ਰੱਖਣਾ ਉਹਦਾ ਬਣਤੀ ਜਦੋਂ ਆਪਣੇ ਕੋਲੇ ਪੈਸਾ ਹੈ ਨਹੀਂ ਸੀ ਹੁਣ ਤਾਂ ਆਪਣੇ ਕੋਲ ਵਾਹਿਗੁਰੂ ਦੀ ਮਿਹਨਤ ਨਾਲ ਸੋਨਾ ਆਪਣਾ ਕੰਮ ਚੱਲ ਗਿਆ ਇੱਕ ਸ਼ਰੀਕੇ ਬਾਜੀ ਰੱਖ ਲੈਣੇ ਮਨ ਚ ਲਾ ਲੂ ਵੀ ਆ ਰੋ ਬੰਦੇ ਆਏ ਕਿ ਸਾਡੇ ਅਸੀਂ ਖਾਸ ਹਾਂ ਅਸੀਂ ਉਹਨੇ ਸਾਨੂੰ ਪ ਤੇ ਇਦਾਂ ਦਾ ਹੋਇਆ ਫਿਰ ਮੈਂ ਸੋਚਿਆ ਮੈਂ ਨਾ ਯਾਰ ਕੋਈ ਜੱਕਾ ਨਹੀਂ ਫਿਰ ਮੈਂ ਸੋਚਿਆ ਮੈਂ ਯਾਰ ਹੁਣ ਨਹੀਂ ਕਰਨੀ ਛੱਡਾ ਜੇ ਪ੍ਰਮਾਤਮਾ ਨੇ ਸੁਣਿਆ ਤਾਂ ਮੈਂ ਬਾਹਰ ਜ਼ਰੂਰ ਜਾਊਗਾ ਇੱਕ ਨਾ ਇੱਕ ਦਾ ਫਿਰ ਮੈਂ ਅਜ ਦਾ ਰਾਸਤਾ ਬਣਾਇਆ ਨਾ ਤੇ ਇਹ ਰਾਸਤੇ 'ਚ ਮੈਨੂੰ ਬੜੇ ਰਾਸਤੇ ਲੰਬੇ ਅੱਛਾ ਕਿਉਂਕਿ ਇਮੀਗ੍ਰੇਸ਼ਨ ਫੀਲਡ ਇਦਾਂ ਦਾ ਇੱਚ ਮੰਨ ਲਓ ਚਲੋ ਚੰਗੇ ਮਾੜੇ ਲੋਕ ਹਰ ਇੱਕ ਤਰੀਕੇ ਦੇ ਐ ਪਰ ਤੁਮੇ ਸਿੱਖਿਆ ਬਹੁਤ ਕੁਐਸ਼ਨ ਪਹਿਲਾਂ ਮੈਂ ਕੰਮ ਕਰ ਰਿਹਾ ਸੀ ਨੰਬਰ ਪਾ ਕੇ ਐ ਨੰਬਰ ਪਾਇਆ ਮੈਂ ਤਾਂ ਹਰੇਕ ਦਾ ਫੋਨ ਆਉਂਦਾ ਕੀ ਹਾਲ ਨੇ ਬਾਈ ਵਧੀਆ ਜੀ ਵਧੀਆ ਵਧੀਆ ਬਾਈ ਪ੍ਰਮੋਸ਼ਨ ਹਾਂਜੀ ਬਾਈ ਕਰ ਦਾਂਗੇ ਲਾਲਚ ਕਈ ਮੁੰਡੇ ਨੇ ਜੀ ਉਸ ਨੰਬਰ ਨੰਬਰ ਪਾਇਆ ਤੁਹਾਨੂੰ ਕਾਲ ਕਰਨੇ ਹੋਰ ਬਈ ਠੀਕ ਠਾਕ ਬਣ ਜਾਏਗਾ ਬਹੁਤ ਬੜੀ ਬਹੁਤ ਵਧੀਆ ਲੱਗਦਾ ਵੀ ਵੀਡੀਓ ਤੇ ਨਹੀਂ ਹੈ ਮੈਂ ਕਿਹਾ ਥੈਂਕ ਯੂ ਭਾਈ ਹੋਰ ਸੁਣਾ ਕੀ ਬਣਦਾ ਅੱਛਾ ਐਵੇਂ ਟਾਈਮ ਬਹੁਤ ਖਰਾਬ ਹੁੰਦਾ ਸੀ ਮੈਨੂੰ ਤੇ ਮੈਂ ਜਾ ਰਿਹਾ ਤਾਂ ਸਾਰਾ ਦਿਨ ਜਵਾਕੀ ਲੱਗ ਰਿਹਾ ਨਾ ਵੀ ਕਰੀਏ ਕੀ ਫਿਰ ਮੈਨੂੰ ਸਮਝ ਜੇ ਨਹੀਂ ਨੰਬਰ ਪਾਉਂਦੇ ਫਿਰ ਪ੍ਰੋਮੋਸ਼ਨ ਕਿੱਥੋਂ ਹੋਣਗੀਆਂ ਅੱਛਾ ਫਿਰ ਮੈਂ ਵੀ ਕਿਸੇ ਮੇਲ ਵਾਲਾ ਕਨਸੈਪਟ ਸਿੱਖਿਆ ਫਿਰ ਮੈਂ ਮੇਲ ਪਾਉਣੀ ਸਟਾਰਟ ਕੀਤੀ ਮੈਨੂੰ ਮੇਲਾਂ ਦੇ ਪਰ ਕੰਪਨੀ ਤਾਂ ਕੜੀ ਤਾਂ ਖੜੀ ਕੰਪਨੀ ਮੈਨੂੰ ਅਪਰੋਚ ਕੀਤੀ ਵੀ ਸਾਡੀ ਤੁਸੀਂ ਕੰਪਨੀ ਮੈਂ ਠੀਕ ਹੈ ਜੀ ਸੰਭਾਲ ਲਾਂਗੇ ਜੀ ਫਿਰ ਉੱਥੋਂ ਮੈਂ ਜਿਵੇਂ ਜਿਵੇਂ ਸਿੱਖਦਾ ਗਿਆ ਕਿ ਮੈਂ ਉਮੇ ਕੰਮ ਕਰਦਾ ਗਿਆ ਕੰਮ ਮੇਰੇ ਕੋਲ ਫੇਰ ਆਉਂਦਾ ਗਿਆ ਮੈਨੂੰ ਲੱਗੇ ਵੀ ਜੇ ਮੈਂ ਉਹ ਟਾਈਮ ਨਾ ਅਪਡੇਟ ਹੋਇਆ ਤਾਂ ਮੈਨੂੰ ਹੈ ਕਿਉਂਕਿ ਹੁਣ ਆਲਾ ਮੇਰੇ ਗੂਗਲ ਤੇ ਜਾਂਦਾ ਸਟੂਡੈਂਟ ਮੈਂ ਕਿਹਨਾਂ ਚੈਨਲ ਸਰਚ ਕਰਦਾ ਪ੍ਰੋਪਰ ਮੇਰੀ ਵੈਬਸਾਈਟਾਂ ਆਉਂਦੀਆਂ ਨਹੀਂ ਗਈਆਂ ਪ੍ਰੋਪਰ ਆਉਂਦਾ ਤਾਂ ਮੈਂ ਉਹਦੇ ਰੁਪਏ ਲਾਉਣ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਜੀ ਮੈਨੂੰ ਕੰਮ ਦਿੰਦੇ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਤੁਹਾਡੇ ਅਕੋਰਡਿੰਗ ਉਹ ਸਹੀ ਹੈ ਕਿ ਨਹੀਂ ਕਿਉਂਕਿ ਤੁਸੀਂ ਆਪਣਾ ਹੁਣ ਕਹਿ ਰਹੇ ਹੋ ਕਿ ਇੰਨਾ ਤੋਂ ਕਿੰਨੇ ਕੁ ਸਾਲ ਤੁਹਾਡੇ ਵੈਸੇ ਖਰਾਬ ਹੋਏ ਸੀ ਡੇਢ ਦੋ ਸਾਲ ਮੈਂ ਹੀ ਗੱਮਾਂ ਚ ਲਾਇਆ ਦੀ ਤੇ ਤੁਹਾਡੇ ਅਕੋਰਡਿੰਗ ਉਹ ਬੱਚੇ ਜਿਹੜੇ ਆਇਲਸ ਕਰ ਰਹੇ ਨੇ ਉਹ ਸਹੀ ਹੈ ਬਾਹਰ ਜਾ ਰਹੇ ਨੇ ਆਪਣਾ ਪੰਜਾਬ ਛੱਡ ਕੇ ਨਹੀਂ ਪੰਜਾਬ ਛੱਡਣਾ ਮਾੜੀ ਗੱਲ ਵੀ ਨਹੀਂ ਚੰਗੀ ਗੱਲ ਵੀ ਨਹੀਂ ਹੈਗੀ ਦੇਖੋ ਜੀ ਹੁਣ ਅਜੂ ਕੋ ਜਵਾਕ ਬਾਹਰ ਜਾਂਦਾ ਤਾਂ ਮੈਂ ਤਾਂ ਕਹਿੰਦਾ ਵੀ ਜਿੱਦਾ ਨਹੀਂ ਸਰਦਾ ਉਹ ਜਾਓ ਸਰਦਾ ਨਹੀਂ ਸਰ ਜੇ ਹੁਣ ਅਜ ਕੋਈ ਕਿਸੇ ਕੋਲ ਚੰਗੀ ਜ਼ਮੀਨ ਹੈ ਵੀ ਇਕੱਲੇ ਦਾ ਟੱਕ ਹੈ ਗਿਆ ਉਹ ਤਾਂ ਜਾਣ ਦਾ ਲੋੜ ਹੀ ਨਹੀਂ ਹੈਗੀ ਜੀ ਪਰ ਅੱਜ ਕੱਲ ਸਾਰੇ ਹੀ ਜਾ ਰਹੇ ਨੇ ਜਿਨ੍ਹਾਂ ਕੋ ਸਾਰਾ ਕੁਝ ਹੈ ਪ੍ਰੋਬਲਮ ਹੀ ਇੱਥੇ ਆ ਨਾ ਮੈਮ ਹੁਣ ਜੇ ਮਨ ਚ ਰ ਵੀ ਸਾਡੇ ਕੋਲੇ ਕੁਝ ਹੈ ਨਹੀਂ ਸਾਨੂੰ ਪਤਾ ਵੀ ਅਸੀਂ ਇੱਥੇ 10 12000 ਤੇ ਜੌਬ ਕਰਦੇ ਆ ਪਰ ਉਹੀ ਤਾਂ ਗੱਲ ਹੈ ਵੀ ਜਿਹਨੂੰ ਅੱਜ 25 ਲੱਖ ਰੁਪਏ ਕੋ ਗਰੀਬ ਇਕੱਠਾ ਕਰ ਨਹੀਂ ਸਕਦਾ ਮੈਂ ਕਹਣਾ ਜੇ ਕਿਸੇ ਗਰੀਬਾਂ ਦੇ ਜਵਾਗ ਬਾਹਰ ਜਾਣ ਤਾਂ ਉਹਨਾਂ ਨੂੰ ਬੈਨੀਫਿਟ ਹੈ ਉਹ ਪਤਾ ਲੱਗੂ ਵੀ ਹਾਂ ਇੱਕ ਗਰੀਬ ਦਾ ਜਵਾਗ ਗਿਆ ਸੀ ਉਹਦਾ ਰੜੀ ਡਾੜੀ ਕਰਦਾ ਹੁੰਦਾ ਸੀ ਅੱਜ ਉਹ ਜਵਾਗ ਨੇ ਕੂਠੀਆਂ ਪਾਤੀਆਂ ਕਿਉਂਕਿ ਮਿਹਨਤੀ ਜਵਾਗ ਨਹੀਂ ਬਟਨ ਉਹ ਬਤਵੀ ਅਸੀਂ 20 25 ਲੱਖ ਇਕੱਠਾ ਕਰ ਹੀ ਨਹੀਂ ਸਕਦੇ ਸੀ ਕਿੱਥੋਂ ਬਾਹਰ ਭੱਜਾਂਗੇ ਅੱਜ ਮੈਂ ਕਹਾਂ ਜੀ ਅੱਜ ਮੈਂ ਕਹਾਂ ਵੀ ਮੈਂ ਬਾਹਰ ਜਾਣਾ ਮੇਰਾ ਬਣ ਜੂ ਕਿਉਂਕਿ ਮ ਮੈਂ ਦੂਜੇ ਮੋੜੇ ਧਰ ਕੇ ਬੰਦੂਕ ਚਲਾਉਂਦਾ ਸੀ ਮੈਨੂੰ ਜੇ ਕੋਈ ਦੂਜਾ ਪੈਸੇ ਦੇ ਮੇਰਾ ਬਾਹਰ ਦਾ ਬਣ ਜੂਗਾ ਉਹ ਚੀਜ਼ ਹੈ ਆਪਦੀ ਗਰੀਬੀ ਨੂੰ ਚੱਕੋ ਆਪਦੇ ਚ ਇੰਨਾ ਕਾਮ ਕਰ ਲੋ ਵੀ ਮੈਂ ਇੱਥੇ ਬੈਠੇ ਆ ਤਾਂ ਮੈਨੂੰ ਪਤਾ ਵੀ ਮੈਂ ਕਰ ਸਕਦਾ ਮੈਂ ਦੁਬਈ ਦੋ ਤਿੰਨ ਦਿਨ ਲਾ ਕੇ ਆਇਆ ਅੱਛਾ ਲਾ ਕੇ ਆਏ ਹੋ ਤੁਸੀਂ ਮੈਂ ਦੁਬਈ ਲਾ ਕੇ ਦੋ ਤਿੰਨ ਦਿਨ ਮੈਨੂੰ ਪੂਰਾ ਚੌ ਪੂਰਾ ਫੁੱਲਾ ਕਿਉਂਕਿ ਜਿਹੜਾ ਬੰਦਾ ਉਹੀ ਗੱਲ ਹੈ ਵੀ ਕਦੇ ਪਿੱਟ ਦੇ ਬਾਹਰ ਨਹੀਂ ਨਿਕਲਿਆ ਸੀ ਉਹਨੇ ਦੁਬਈ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਤੇ ਮੋਹੀ ਚ ਹੀ ਕੀਤੀ ਜਦੋਂ ਭਈ ਦਵਾਈ ਜਾਣਾ ਸੀਗਾ ਤੇ ਅਸੀਂ ਦਿੱਲੀ ਤੋਂ ਚੜੀਆਂ ਫਲੈਟਾਂ ਫਰੂਟਾਂ ਹਾ ਮੇਰੇ ਮਿੱਤਰوں ਕਹਤਾ ਮੈਂ ਜੇ ਕਿਸ ਨੇ ਹੈਵ ਅ ਸੇਵ ਜਰਨੀ ਦੁਬਈ ਲਿਖਿਆ ਕੱਲੇ ਕੱਲੇ ਚਾਪੜੇ ਪਹਿਣਗੇ ਓਏ ਦੁਬਈ ਨਹੀਂ ਲਿਖਣਾ ਬਸ ਵੈਸੇ ਕੱਲਾ ਹੈਵ ਅ ਸੇਵ ਜਰਨੀ ਲਿਖ ਦਿਓ ਆਸਟ੍ਰੇਲੀਆ ਜੰਡਾ ਜੇ ਕੋ ਹੋਰ ਜਣਾ ਬਸ ਕੱਲਾ ਬਸ ਇਹ ਲਿਖਣਾ ਹੈ ਵੀ ਹੈਵ ਅ ਸੇਵ ਜਰਨੀ ਮੈਂ ਗਿਆ ਭਈ ਉੱਥੇ ਮੈਂ ਪੂਰੀਆਂ ਫੀਲਿੰਗਾਂ ਪੂਲਾਂ ਅੱਖਾਂ 'ਚ ਮੇਰੇ ਪਾਣੀ ਆ ਗਿਆ ਮੈਂ ਵੱਡੀਆਂ ਫੀਲਿੰਗਾਂ 'ਚ ਮਹਿਲ ਆਵੀ ਗੁਰੀ ਸੀ ਅੱਜ ਜਾ ਚ ਬੈਠਣ ਜੋਗੇ ਹੋ ਗਏ ਅੱਜ ਮੁੱਲ ਪੈ ਗਿਆ ਤਨ ਚਾਰ ਘੰਟੇ 'ਚ ਅਸੀਂ ਦੁਬਈ ਪਹੁੰਚ ਗਏ ਤੇ ਪਹੁੰਚੀ ਉੱਥੇ ਗਏ ਮੈਂ ਪੂਰੀਆਂ ਸਨੈਪਾਸ ਰੂਪ ਰੀ ਲੌਨ ਲਪੋਂ ਜਾਂ ਪੋਂ ਮੇਰੀ ਲਾਂ ਪੜੀਆਂ ਸੋਣੇ ਚੱਲੀਆਂ ਦੁਬਈ ਆੜੀਆਂ ਪਾ ਪਾ ਦਵਾਜ਼ਾ 15-15 ਲੱਖ ਤੇ ਮੈਂ ਪੂਰਾ ਕੁਛ ਮਹੱਲਾ ਹੈ ਵੀ ਗੁਰੀ ਸ਼ਾਇਰ ਹੈ ਗਿਆ ਬਾਕੀ ਕੰਟਰੀ ਰੜੀ ਬਿਲਡ ਆਪਣਾ ਪਤਾ ਕਿ ਆਪਾਂ ਨੂੰ ਬਿਲਡਿੰਗਾਂ ਦੇਖਦੇ ਕੀ ਜੋ ਜੜ ਜਾਂਦਾ ਹੁੰਦਾ ਹੋਂਦਾ ਬਾਹਰ ਵੀ ਬੜਾ ਕੁਛ ਨਹੀਂ ਬਿਲਡਿੰਗਾਂ ਦੇਖ ਦੇ ਕੀ ਮੈਂ ਹੀ ਦੇਖੀ ਜਾਕਰ ਮੈਂ ਕਿਹਾ ਆਹ ਬਾਤ ਉਹ ਕਿੰਨੀ ਸੋਹਣੀ ਬਿਲਡਿੰਗ ਹੈ ਮੇਰੇ ਨਾਲ ਨਾ ਪੰਜ ਅੰਗਰੇਜ਼ਾਂ ਦਾ ਗਰੁੱਪ ਸੀ ਅੱਛਾ ਛੇਮਾ ਮੈਂ ਸੀ ਮਤਲਬ ਉਰ ਉਹ ਸਾਰਾ ਕੁਝ ਕਰਾ ਕੇ ਗਏ ਸੀ ਟੀ ਟੂ ਜ਼ੈਡ ਸਾਰਾ ਘੁੰਮਣਗਾ ਮਰਕਾ ਨਾਲ ਡੇਜ਼ਰਟ ਸਫਰੀ ਹੋ ਗਈ ਕੈਂਬਲਰਾਈਡ ਹੋ ਗਈ ਸਾਰ ਪ੍ਰੋਪਰ ਮੇਰਾ ਬੁਕਿੰਗ ਕੀਤਾ ਮੇਰੇ ਨਾਲ ਉਹ ਗਰੁੱਪ ਚ ਸਾਡੇ ਨਾਲ ਪੰਜ ਗੋਰੀ ਸੀ ਛੇਮਾ ਮੈਂ ਸੀ ਹੁਣ ਐਡੀ ਫੇਰੂਤੀ ਗੱਲ ਆ ਗਈ ਮੈਂ ਹਲਾਇਆ ਅੱਜ ਮੇਰੀ ਫੇਰ ਬੇਚਤੀ ਮੈਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਫੇਰ ਜਦ ਮੈਂ ਮੇਰਾ ਦਿਨ ਕਿ ਮਿਲ ਲੂੰਗਾ ਇਹਨਾਂ ਨਾਲ ਉਹੀ ਗੱਲ ਹੋਈ ਮੈਂ ਕਰਿਆ ਕਰਾ ਹੁਣ ਮੈਨੂੰ ਅੰਗਰੇਜ਼ੀ ਇੰਨੀ ਕਿਉਂ ਨਹੀਂ ਸੀ ਮੈਂ ਆਪਦਾ ਕਲਾ ਹਾਲ ਚਾਲ ਦੱਸ ਸਕਦਾ ਸੀ ਮਾੜਾ ਮੋਟਾ ਖਾਣਾ ਪਾਣੀ ਹੋ ਗਿਆ ਪਾਣੀ ਤਾਂ ਨਹੀਂ ਮੰਗ ਲੈਂਦਾ ਸੀਗਾ ਗੁੱਡ ਨਾਈਟ ਕਹਣਾ ਹੁੰਦਾ ਸੀ ਥੈਂਕ ਯੂ ਕਹਿਣਾ ਸੀ ਇਦੋਂ ਅੱਗੇ ਮੇਰੀ ਅੰਗਰੇਜ਼ੀ ਮੁੱਕ ਜਾਂਦੀ ਸੀ ਤੇ ਭਈ ਮੈਂ ਗੋਰੇ ਨਾਲ ਬਥੇਰੇ ਬਲੌਗ ਬਣਾ ਪਰ ਜਦੋਂ ਮੈਂ ਸੋਚਿਆ ਕਰਾਂ ਯਾਰ ਹੁਣ ਉਹ ਆਪਦੀ ਮਾਸਤਰੀ ਖੋਜ ਲੀ ਕਿ ਜਦੋਂ ਆਪਣੀ ਲੈਂਗੁਏਜ ਹੀ ਨਹੀਂ ਸਮਝ ਆਉਂਦੀ ਮੈਂ ਯਾਰ ਕੱਲਾ ਬੈਠੇ ਨਹੀਂ ਮੈਂ ਕੀ ਕਰਾਂ ਮੈਂ ਜੇ ਕੋਈ ਹਾਸਲੇ ਗੱਲ ਕਰਦਾ ਸੀ ਸਾਲੇ ਉਹ ਹੱਸਦੇ ਨਹੀਂ ਸੀ ਉਹ ਸਮਝ ਨਹੀਂ ਆਉਂਦੀ ਸੀ ਉਹਨਾਂ ਨੂੰ ਤੇ ਮੈਂ ਚਮੇ ਮੈਂ ਤਾਂ 2-4 ਘੰਟੇ ਦਾ ਬਲੌਗ ਬਣਾ ਕੇ ਮੇਰਾ ਟਾਈਮ ਜਾ ਲੰਘਿਆ ਇਸ ਤੋਂ ਬਾਅਦ ਚ ਮੈਂ ਤਾਂ ਔਖਾ ਜਾ ਹੋਣ ਲੱਗ ਗਿਆ ਮੈਂ ਤਾਂ ਬੈਠਾ ਕੰਦਕਣੀ ਦੇਖਿਆ ਕਰ ਮੈਂ ਗੁਰੀ ਸਾਂ ਯਾਰ ਤੇਰਾ ਵੀ ਜੀ ਕਿ ਮੈਨ ਲੱਗੂ ਦੋਤੰਦਨ ਵੀ ਤੇਰਾ ਤਾਂ ਵੀ ਕੋਈ ਹੈ ਹੀ ਨਹੀਂ ਇਹ ਇਹਨਾਂ ਨੂੰ ਸਮਝ ਨਹੀਂ ਆਉਂਦੀ ਬੋਲਿਆਂ ਨੂੰ ਮੇਰੀ ਗੱਲ ਤੇ ਮੈਂ ਤਾਂ ਬੈਠਾ ਹੀ ਨਹੀਂ ਦੇਖਿਆ ਕਿ ਨਾ ਬੋਲ ਤੁਸੀਂ ਐ ਮੰਨ ਕੇ ਚਲੋ ਦੂਜੇ ਦਿਨ ਮੈਨੂੰ ਪੂਰੀਆਂ ਫੀਲਿੰਗਾਂ ਆਉਣ ਲੱਗ ਗਈ ਸੀ ਵੀ ਨਹੀਂ ਬਾਈ ਪੰਜਾਬ ਜਾਣਾ ਪੈਣਾ। ਮਤਲਬ ਜਿਹੜਾ ਬੱਚਾ ਬਾਹਰ ਅੰਦਰ ਨਿਕਲਿਆ ਹੋਇਆ ਜਿਹਨੂੰ ਫ੍ਰੀडम ਮਿਲੀ ਹੋਏ ਇੱਥੇ ਵੀ ਮਨ ਲੱਗ ਕੋ ਮੁੰਡਾ ਫਿਰਦਾ ਉਹਦੇ ਲਈ ਸੌਖਾ ਬਾਹਰ ਹੁੰਦਾ ਰਹਿਣਾ ਬਟ ਜਿਹੜਾ ਜਵਾਕ ਨੂੰ ਵਿਚਾਰ ਨੂੰ ਪੂਰਾ ਆਪਾਂ ਕੈਦ ਕਰਕੇ ਰੱਖਿਆ ਹੋਇਆ ਚਾਹੇ ਕੋ ਕੁੜੀ ਆ ਚਾਹੇ ਮੁੰਡਾ ਉਹਨੂੰ ਬਾਹਰ ਸਰਵਾਈਵ ਕਰਨਾ ਜਾਂ ਸਟ੍ਰਗਲ ਕਰਨਾ ਬਹੁਤ ਔਖਾ ਹੁੰਦਾ। ਉਹੀ ਜਵਾਕ ਹੁੰਦੇ ਆ। ਜਾਂ ਉੱਥੇ ਜਵਾਕ ਵਿਚਾਰਾ ਉਹ ਕੱਢਦਾ ਜਿਹੜਾ ਬਾਹਲੀ ਤੰਗੀ ਕੱਟ ਕੇ ਗਿਆ ਹੁੰਦਾ। ਜਿਹਨੇ ਦੇਖੀ ਉਹ ਵੀ ਨਹੀਂ ਯਾਰ ਉਹਨੂੰ ਉਹ ਕਰਦੇ ਆ ਮੈਂ ਤਾਂ ਉੱਥੇ ਜਾ ਕੇ ਫਿਰ ਚਾਹੇ ਉਹਨਾਂ ਨੂੰ ਚਾਹੇ 20 ਡਾਲਰ ਚਾਹੇ 10 ਡਾਲਰ ਦੇ ਕੰਮ ਮਿਲ ਜੇ ਉਹ ਕਰਦੇ ਆ ਵਿੱਚ ਵੀ ਆਪਣੇ ਮਿੱਤਰ ਹੈਗੇ ਜਿਨ੍ਹਾਂ ਨੇ ਤਾਂ ਐ ਮੰਨ ਕੇ ਚੱਲੂ ਵੀ ਉਹ ਕਹਿੰਦੇ ਇਹ ਸੋਚ ਕੇ ਗਏ ਸੀ ਵੀ ਤਨ ਲੱਖ ਰੁਪਏ ਵੀ ਇਹਨਾਂ ਛੱਡ ਦੇਣੀ ਮਹੀਨਾ ਦਾ ਉਹ ਕਹਿੰਦਾ ਬਈ ਮੈਨੂੰ ਦਿਨੇ ਕੰਮ ਹੈ ਜੇ ਮੈਂ ਦਿਨੇ ਵੀ ਕੰਮ ਕਰਦਾ ਮੈਂ ਸਾਬ ਕਹਿੰਦਾ 2 ਘੰਟੇ ਪੈਣਾ ਮੈਨੂੰ ਐ ਵੀ ਜੇ ਮੈਂ ਕਦੇ ਇੱਕ ਦਿਨ ਵੀ ਆਪਦਾ ਜੇ ਇੱਕ ਘੰਟਾ ਵੀ ਆਪਦਾ ਮੈਂ ਛੱਡਦਾ ਤਾਂ ਮੇਰੇ ਹੱਥੋਂ ਮੇਰੀ ਸ਼ਿਫਟ ਚੱਲ ਜੂਗੀ ਪੱਕੀ ਪੈਰੀ ਸਿਰਫ 2 ਘੰਟੇ ਉਹ ਵੀ ਕਹਿੰਦਾ ਨੀਂਦ ਆਵੇ ਨਾ ਆਵੇ ਜੇ ਮੈਨੂੰ ਐ ਬੋਲ ਮੈਂ ਮਤਲਬ ਪੈਸਾ ਦਾ ਬੋਲਦਾ ਜੀ ਸਾਰੀ ਗੱਲ ਹੀ ਪੈਸੇ ਦੀ ਹੈ ਕੋਈ ਨਹੀਂ ਪੈਸੇ ਤੋਂ ਬਿਨਾ ਮੈਂ ਤਾਂ ਕਹਿਣਾ ਵੀ ਚਾਹੇ ਕੋਈ ਰਿਸ਼ਤੇਦਾਰ ਹੈ ਚਾਹੇ ਕੋਈ ਦੋਸਤ ਮਿਤਰਾ ਜੇ ਆਪਣੇ ਕੋਲ ਪੈਸਾ ਹੈ ਤਾਂ ਆਪਣੇ ਸਾਰੇ ਹੈ ਨਹੀਂ ਪੈਸਾ ਹੈ ਤਾਂ ਕੋਈ ਨਹੀਂ ਪੁੱਛਦਾ ਮੈਮ ਬਹਿਮ ਹੁੰਦਾ ਜੀ ਇਹ ਵੀ ਆਪਾਂ ਕਹਿਣਾ ਵੀ ਨਹੀਂ ਨਹੀਂ ਬਾਈ ਬੰਦੇ ਦੀ ਬੋਲ ਬਾਣੀ ਵੀ ਬੰਦੇ ਦੀ ਉਦੋਂ ਸੋਹਣੀ ਲੱਗੇ ਜਦੋਂ ਬੰਦੀ ਜੇਬ 'ਚ ਪੈਸਾ ਹੈ ਉਹਨਾਂ ਟਾਈਮ ਤੁਸੀਂ ਜਿੰਨਾ ਮਰਜੀ ਚੰਗੇ ਬਣ ਜਾਓ ਤੁਹਾਡੀ ਕੋਈ ਜਾਤ ਨਹੀਂ ਪੁੱਛਦਾ ਸਾਰੀ ਗੱਲ ਪੈਸੇ ਦੀ ਹੈ ਜੀ ਮੈਂ ਤਾਂ ਇੱਕ ਗੱਲ ਵਰਕੀ ਹੋਈ ਹੈ ਤਾਂ ਹੀ ਹੁਣ ਬਾਹਲੇ ਪਾਸੇ ਮਾਰ ਨਹੀਂ ਕਰਦਾ ਇੱਕ ਗੱਲ ਤੁਸੀਂ ਨਾ ਸੱਚੀ ਦੱਸ ਇਹ ਸਵਾਲ ਨਹੀਂ ਹੈਗਾ ਇਹ ਤਾਂ ਟੌਟ ਮਾਰੇ ਤੁਸੀਂ ਮਨ ਨੂੰ ਪਿਆਰ ਮੈਨੂੰ ਲੱਗਦਾ ਵੀ ਠੀਕ ਹੈ ਜਿਹੜੇ ਕਰਦੇ ਹੁਣ ਮੇਰਾ ਮਿੱਤਰ ਹੈ ਉਹਨੂੰ ਖੜੇ ਪੈਰੀ ਪਿਆਰ ਹੋ ਗਿਆ ਮੇਰੇ ਅੱਛਾ ਹਾਂ ਉਹ ਉਹ ਤਾਕੜਾ ਜੀ ਉਹ ਮੂ ਸੱਚਾ ਪਿਆਰਾ ਹੈ ਮਨ ਲੋ ਗਾਜਰ ਮੂਰੀ ਵਾਲਾ ਕੰਮ ਹੈ ਜੀ ਅੱਜ ਕੱਲ ਪਿਆਰ ਵੀ ਹੈ ਹੀ ਨਹੀਂ ਪਿਆਰ ਨਾਮ ਦੀ ਚੀਜ਼ੇ ਨਹੀਂ ਹੈਗੀ ਪੈਸਾ ਤਾਂ ਪਿਆਰ ਆ ਨਹੀਂ ਤਾਂ ਨਹੀਂ ਹੁਣ ਤੁਸੀਂ ਦੇਖਿਓ ਕੁੜੀਆਂ ਦੀ ਗੱਲ ਤੁਸੀਂ ਛਿੜੀਆਂ ਨਾ ਇੱਕ ਗਰੀਬ ਤਕੜੇ ਘਰ ਦਾ ਮੁੰਡਾ ਨਾ ਇੱਕ ਤਕੜੇ ਘਰ ਦਾ ਮੁੰਡਾ ਗਰੀਬ ਕੁੜੀ ਨਾਲ ਵਿਆਹ ਕਰਾ ਲੂਗਾ ਨੂੰ ਪਤਾ ਹੁੰਦਾ ਭਈ ਨਈ ਉਹਨੇ ਉਹ ਕੋਈ ਨੇ ਪਿਆਰ ਕੀਤਾ ਹੁੰਦਾ ਇੱਕ ਕੁੜੀ ਦੀ ਗੱਲ ਜਿੱਥੇ ਕੁੜੀ ਕੁੜੀ ਛੇਤੀ ਤਖੜੇ ਮੁੰਡੇ ਗਰੀਬ ਘਰ ਦੇ ਮੁੰਡਿਆਂ ਨਾਲ ਵਿਆਹ ਨਹੀਂ ਕਰਾਉਂਦੀ ਹੁਣ ਕੁੜੀ ਦਾ ਪਰਿਵਾਰ ਕਿਉਂ ਦੇਖਦਾ ਹੁੰਦਾ ਸਾਰਾ ਕੁਝ ਵੀ ਮੁੰਡਾ ਨਸ਼ੀ ਤਾਂ ਨਹੀਂ ਕਰਦਾ ਮੁੰਡਾ ਕੰਮ ਕੀ ਕਰਦਾ ਕਦੇ ਮੁੰਡਿਆਂ ਨੇ ਦੇਖਿਆ ਵੀ ਕੁੜੀ ਕੀ ਕਰਦੀ ਐ ਕਿਉਂ ਨਹੀਂ ਪੁੱਛਦੀ ਭਈ ਵੀ ਕੁੜੀ ਕੀ ਕਰਦੀ ਐ ਤੁਹਾਡੀ ਮੁੰਡੇ ਨੂੰ ਸਾਰਾ ਕੁਝ ਪੁੱਛਦੇ ਐ ਲੈ ਮੁੰਡਾ ਚੱਲ ਨਸ਼ੇੜ ਚੱਲ ਲੋਪਾ ਕਹਿੰਨੇ ਗੱਲ ਹੀ ਮਾੜੀ ਐ ਇਹਦੀ ਨਸ਼ਾ ਤਾਂ ਕਰਨੀ ਨਹੀਂ ਚਾਹੀਦਾ ਹੋਰ ਵੀ ਚੀਜ਼ਾਂ ਨੇ ਲੈ ਮੁੰਡਾ ਮੈਂ ਕਹਿੰਦਾ ਸਾਡੇ ਤੁਸੀਂ ਬਲੀਵ ਨਹੀਂ ਕਰਨਾ ਸਾਡੇ ਐਦਾਂ ਦੇ ਜੱਟਾ ਜ਼ਿ ਨਾਲੇ ਮੈਂ ਲਿਖ ਕੇ ਦੇ ਸੌ ਨਾ ਬੰਦੇ ਰਿਟਨ ਦੇ ਵਿੱਚ ਵੀ ਉਹਨਾਂ ਜਿੰਨਾ ਕੋਈ ਸਿਆਣਾ ਮੁੰਡਾ ਨਹੀਂ ਅੱਛਾ ਹੁਣ ਉਹ ਫਿਰ ਉਹਨਾਂ ਸਿਆਣੇ ਦਾ ਕਿਉਂ ਨਹੀਂ ਮੁੱਲ ਪੈ ਰਿਹਾ ਇਹ ਦੀ ਫਿਰ ਉੱਥੀ ਗੱਲ ਆ ਗਈ ਨਾ ਵੀ ਵਿਆਹ ਸਿਆਣੇ ਨੂੰ ਥੋੜੀ ਹੋ ਰਿਹਾ ਵਿਆਹ ਤਾਂ ਡਿਮਾਂਡ ਨੂੰ ਹੋ ਰਿਹਾ ਹੈ ਪੈਸੇ ਨੂੰ ਹੋ ਰਿਹਾ ਜਦੋਂ ਗੱਲ ਹੀ ਫਿਰ ਪੈਸੇ ਦੀ ਆ ਕੇ ਫਿਰ ਕਿਉਂ ਹੀ ਕਮਾਚ ਪੈਣਾ ਫਿਰ ਤਾਂ ਵੀ ਆ ਜਦੋਂ ਗੱਲ ਹੀ ਪੈਸੇ ਦੀ ਖੜ ਗਈ ਫਿਰ ਪੈਸਾ ਹੀ ਕਮਾਣਾ ਹੁਣ ਮੇਰਾ ਇੱਕ ਫਰੈਂਡ ਸੀ ਉਹਦਾ ਵਧੀਆ ਰਿਲੇਸ਼ਨ ਚਾਦਰ ਸਾਬ ਕੋ ਜੋ ਓਕੇ ਸੀਗਾ ਮੈਂ ਕਿਹਾ ਅਸੀ ਮਾ ਯਾਰ ਇਹ ਬੰਦੇ ਸੱਚੇ ਹੈ ਇਹ ਨਹੀਂ ਕਦੇ ਡੁੱਟ ਸਕਦਾ ਵਿਆਹ ਤੱਕ ਜਾਣਗੇ ਚਾਰ ਹੁਣ ਉਹ ਉਹ ਨੂੰ ਮਾੜਾ ਕਹਿ ਰਿਹਾ ਉਹ ਨੂੰ ਮਾੜਾ ਕਹਿ ਰਿਹਾ ਤੁਹਾਡੇ ਅਕੋਰਡਿੰਗ ਕਾਸਟ ਵੀ ਜ਼ਰੂਰੀ ਹੈ ਪੈਸੇ ਤੋਂ ਲਵਾ ਅੱਜ ਦੇ ਸਮੇਂ ਖਤਮ ਹੋ ਗਈ ਦੀ ਚੀਜ਼ਾਂ ਇਹ ਪਰ ਮੈਨੂੰ ਨਹੀਂ ਲੱਗਦਾ ਅੱਜ ਕੱਲ ਖਤਮ ਅੱਜ ਮਤਲਬ ਅੱਜ ਕੱਲ ਦੇ ਮੁੰਡੇ ਕੁੜੀਆਂ ਨਹੀਂ ਇਹ ਚੀਜ਼ਾਂ ਦੇਖਦੇ ਬਹੁਤ ਘੱਟ ਇਦਾਂ ਦੇ ਕੁਝ ਸੋਚਦੇ ਨੇ ਇਦਾਂ ਮੈਂ ਤੁਹਾਨੂੰ ਦੱਸ ਦਾਂ ਜਿਵੇਂ ਪਹਿਲਾਂ ਵਾਲਾ ਸਿਸਟਮ ਸੀ ਜਿਵੇਂ ਹੁਣ ਆਪਣੇ ਮੰਮੀ ਡੜੀ ਜਾਂ ਦਾਦੇ ਪੜਦਾ ਦੇਣ ਨਾਲ ਉਹ ਬਿਨਾਂ ਕਾਸਟ ਤੋਂ ਕੰਮ ਹੋ ਗਿਆ ਕਰਪਾ ਨਾ ਚੱਲ ਪੈਂਦੀਆਂ ਸੀ ਪਤਾ ਸੀ ਵੀ ਯਾਰ ਕੁੜੀ ਆਪਣੇ ਕਾਸਟ ਦੇ ਮੁੰਡਾ ਆਪਣੇ ਕਾਸਟ ਦੀ ਪੌਸਿਬਿਲਟੀ ਨਹੀਂ ਸੀ ਪਰ ਅੱਜ ਦੇ ਸਮੇਂ ਮਾਪਿਓਂ ਨਹੀਂ ਨਿੱਕੇ ਜ ਉਹ ਚੰਗੀ ਵੀ ਕਿਤੇ ਨਾ ਕਿਤੇ ਮਾੜੀ ਵੀ ਚੰਗੀ ਇਹ ਹੈ ਵੀ ਜੇ ਮਨ ਲਓ ਮੈਂ ਜ ਚੰਗੀ ਕਮਾਈ ਕਰਦਾ ਹਨਾ ਹੁਣ ਮੇਰੇ ਘਰ ਦੇ ਕਰਨ ਵੀ ਤੇਰਾ ਜਨਾਹ ਵ੍ਹਾ ਕਰਾਉਣੇ ਪਤੂ ਕੁੜੀ ਨੂੰ 2 ਕਿਲੇ ਆਉਂਦੇ ਆ ਤਾਂ ਯਾਰ ਉਹ 2 ਕਿਲੇ ਨਹੀਂ ਮੇਰੇ ਨਾਲ ਕਿੱਥੋਂ ਨਭਾ ਲੂਗੀ ਮੇਰਾ ਕੰਮ ਹੈ ਡੇਲੀ ਕੁੜੀਆਂ ਮੁੰਡਿਆਂ ਚ ਬੋਲਣਾ ਕਰਨਾ ਉਹ ਤਾਂ ਵਿਚਾਰੀ ਅਸੀਂ ਚੱਕਰ ਚ ਮੱਝ ਵੀ ਮੇਰਾ ਵਾਲਾ ਤਾਂ ਗਲਤ ਹੈ ਇਹ ਤਾਂ ਡੇਲੀ ਕੁੜੀਆਂ ਮੁੰਡਿਆਂ ਚ ਮਾਸਕ ਨਹੀਂ ਕਰਦਾ ਫਿਰਦਾ ਰਹਿੰਦਾ ਤਾਂ ਮਤਲਬ ਮੈਨੂੰ ਓਦਾਂ ਦੀ ਕੁੜੀ ਚਾਹੀਦੀ ਜਿਹੜੀ ਮੇਰੀ ਬੌਂਡਿੰਗ ਵਾਲੀ ਉਹਨੂੰ ਪਤਾ ਵੀ ਯਾਰ ਇਹ ਸਾਡਾ ਕੰਮ ਹੈ ਸਾਡਾ ਪ੍ਰੋਫੈਸ਼ਨ ਹੈ ਜਿੱਥੇ ਮਤਲਬ ਬੌਂਡਿੰਗ ਹੋ ਗਈ ਆ ਅੱਜ ਕੱਲ ਕੁੜੀਆਂ ਮੁੰਡਿਆਂ ਨੂੰ ਇੰਨੀ ਕਿ ਫ੍ਰੀडम ਦਿੱਤੀ ਹੋਏ ਪਰਿਵਾਰ ਨੇ ਵੀ ਜੇ ਮੁੰਡਾ ਸਹੀ ਹੈ ਕੁੜੀ ਸਹੀ ਹੈ ਦੋਨਾਂ ਦੀ ਬੌਂਡਿੰਗ ਚੰਗੀ ਹੈਗੀ ਹੈ ਫੇਰ ਕਿਤੇ ਨਾ ਕਿਤੇ ਜਿਹੜੀ ਕਾਸਟ ਆ ਘੱਟ ਮੈਟਰ ਕਰਦੀ ਹੈ ਤੇ ਜਦੋਂ ਤੁਸੀਂ ਵਿਆਹ ਕਰਾਉਂਗੇ ਕਾਸਟ ਤਾਂ ਦੇਖੋਗੇ ਕੁੜੀ ਦੀ ਅੱਜ ਰਿਕਾਰਡ ਕਰ ਲਓ ਇਹਨਾਂ ਨੇ ਕਾਸਟ ਨਹੀਂ ਦੇਖਣੀ ਹੈਗੀ ਕਾਸਟ ਕਾਸਟ ਹੋਣਾ ਹੈ ਕਾਸਟ ਦੇਖੇਗੀ ਘੱਟ ਲੂੰਗਾ ਜੀ ਮੈਂ ਹੁਣ ਅੱਜ ਮੰਨ ਚਲ ਮੈਂ ਘਰੇ ਕਹਿੰਦਾ ਬੀਬੀ ਮੈਨੂੰ ਤਾਂ ਕਾਸਟ ਵਾਲੀ ਕੁੜੀ ਚਾਹੀਦੀ ਹੈ ਜੀ ਹੁਣ ਮੈਂ ਕੁੜੀ ਨੂੰ ਨਹੀਂ ਮਾਰਾ ਕਹਿੰਦਾ ਜੀ ਬਟ ਜਿਹੜਾ ਮੇਰਾ ਕੰਮ ਦੇਖੋ ਨਾ ਮੈਂ ਮੇਰਾ ਕੰਮ ਆ ਪੰਜਾਬੀਆਂ ਦੇ ਅ ਪੂਰਾ ਨਾ ਸਰਦਨ ਕੁੜੀਆਂ ਮੁੰਡਿਆਂ ਤੇ ਤੇਰੇ ਨਜ਼ਾਰੇ ਆ ਬਾਬੇ ਹੁਣ ਉਹ ਕੁੜੀ ਵਿਚਾਰੀ ਮੈਨੂੰ ਹੁਣ ਮੈਂ ਕਈ ਕੁੜੀਆਂ ਦੇ ਮੈਸੇਜ ਦਾ ਰਿਪਲਾਈ ਕਰ ਦਨਾ ਸਰ ਤੁਸੀਂ ਸਾਰਿਆਂ ਦੇ ਰਿਪਲਾਈ ਕਰ ਦਿੰਦੇ ਹੋ ਜੀ ਤੁਸੀਂ ਸਾਰੀਆਂ ਕੁੜੀਆਂ ਨੂੰ ਐ ਬੁਲਾ ਲੈਣੇ ਦੱਸੇ ਦਾ ਕੀ ਜੇ ਫਿਰ ਤਾਂ ਮੈਂ ਕਹਿੰਦਾ ਮੈਂ ਤਾਂ ਮੈਸੇਜ ਦੇ ਨਾਲ ਰਿਪਲਾਈ ਕਰਕੇ ਪਸਤਾਇਆ ਭੈਣੇ ਫਿਰ ਤਾਂ ਮੈਂ ਰਿਪਲਾਈ ਹੀ ਨਾ ਕਰਦਾ ਮਤਲਬ ਪਰਸਨਲ ਲਾਈਫ ਬੰਦੇ ਦੀ ਖਤਮ ਕਰ ਦਿੰਦੇ ਨੇ ਹੁਣ ਜਿਹੜੀ ਵਿਚਾਰੀ ਇੱਕ ਪਿੰਡ ਤੋਂ ਕੁੜੀ ਉੱਠ ਕੇ ਆਊਗੀ ਮੇਰੇ ਨਾਲ ਵਿਆਹ ਕਰਾਊਗੀ ਉਹ ਮੈਂ ਹੁਣ ਡੇਲੀ ਕੁੜੀਆਂ ਮੁੰਡਿਆਂ 'ਚ ਜਾਣਾ ਹੁਣ ਮਨ ਉਹ ਤਾਂ ਵਿਚਾਰੀ ਫਿਰ ਇਹੀ ਸੋਚੀ ਜਾਏਗੀ ਕਿ ਯ ਪਰ ਜੇ ਕੁੜੀ ਮੇਰੇ ਨਾਲ ਬੌਂਡਿੰਗ ਚੰਗੀ ਹੋਊਗੀ ਮੈਨੂੰ ਲੱਗਦਾ ਵੀ ਉਹ ਇਹ ਸਮਝਦੀ ਵੀ ਇਹ ਸਾਡਾ ਕੰਮ ਹੈ ਤੇ ਮੈਂ ਸੋਚ ਕੇ ਚੱਲਦਾ ਨਾ ਵੀ ਗੁਰੂ ਜੀ ਆ ਜੇ ਕੰਮ ਚ ਪੈਸੇ ਦੀ ਕਮਾਈ ਕਰਨੀ ਹੈ ਕੰਮ ਚੋਂ ਤਾਂ ਫਿਰ ਇਹ ਪੁੱਲ ਜਾ ਵੀ ਤੂੰ ਆ ਕੇ ਚੱਕਰਾਂ 'ਚ ਪੈਣਾ ਹੈ ਫਿਰ ਚੋਬਰੇ ਕਮਾਈ ਦੀ ਦੀ ਆਂਦੀ ਜੇ ਮੈਂ ਸੋਚਾਂ ਮੈਂ ਵੀ ਅੱਜ ਮੰਨ ਚ ਮੈਨੂੰ ਹੁਣ ਜੇ ਮੰਨ ਲਓ ਇੰਸਟੀਚੂਟ ਚ 50 ਕੁੜੀਆਂ ਬੈਠੀਆਂ ਜਾਂ 50 ਮੁੰਡੇ ਬੈਠੇ ਮੈਨੂੰ ਸਾਰੇ ਫਾਲੋ ਕਰ ਲੈਂਦੇ ਆ ਤੇ ਸਾਰੇ ਬਾਅਦ ਚ ਰਿਪਲਾਈ ਕਰਦੀ ਬਾਈ ਤੈਨੂੰ ਵਧੀਆ ਲੱਗਿਆ ਮਿਲ ਕੇ ਸੋਨਾ ਕੰਮ ਕਰਦਾ ਛੱਡੀ ਨਾ ਨਾ ਸਾਡੀ ਵੀਡੀਓ ਕੋ ਦਵਾਉਗੀ ਜੀ ਤੇ ਮੈਂ ਹੁਣ ਮੰਨ ਲਾ ਉਸੇ ਦੀ ਰਿਪਲਾਈ ਕਰਾਂ ਵੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਮੈਂ ਕਿਵੇਂ ਉਹਦੀ ਫਿਰ ਉਹ ਕੋਈ ਨੂੰ ਮਿਲਣਾ ਜੀ ਮੈਂ ਕੋ ਹਾਂਜੀ ਮਿਲ ਲਾਂਗੇ ਜੀ ਉਹ ਫਿਰ ਲਾਪੜੇ ਖਾਣਾ ਦੇ ਕੰਮ ਹੈ ਉਹਦਾ ਨ ਬਦਨਾਮੀ ਹੈ ਅੱਜ ਮੈਂ ਇਹ ਚੀਜ਼ ਕਿਸੇ ਮੜੇ ਕੰਮ ਚ ਫੜਿਆ ਮੈਂ ਮੇਰੇ ਪੱਲੇ ਤੇ ਲਿਖੀ ਹੈ ਅੱਜ ਮੇਰੀ ਇੱਕ ਵਾਰੀ ਬੇਇੱਜ਼ਤੀ ਹੋ ਗਈ ਮੈਂ ਮੁੜ ਸੋਸ਼ਲ ਮੀਡੀਆ ਤੇ ਸਭ ਤੋਂ ਵੱਡਾ ਉਹ ਸਾਡੀ ਪਰਸਨਲ ਲਾਈਫ ਕਿਤੇ ਵੀ ਨਹੀਂ ਮੈਂ ਜਿੰਨਾ ਤੁਹਾਨੂੰ ਅਸੀਂ ਕੈਮਰੇ ਤੇ ਖੁਸ਼ਦੀ ਨਾ ਉਹਦੋਂ ਜ਼ ਜੀ ਮੰਨ ਕੇ ਚਲੋ ਵੀ ਹੁਣ ਅਸੀਂ ਸ਼ੂਟ ਕਰਿਆ ਏ ਉੱਥੇ ਮੰਜੇ ਕਿਸੇ ਕੁੜੀ ਮੁੰਡੇ ਦਾ ਅਪਲਾਈ ਕਰਤਾ ਉਹ ਚਾਰੇ ਪਾਸੇ ਸ਼ੋਅ ਕਰਦੀ ਏ ਅੱਜ ਮੈਂ ਕਿਸੇ ਕੁੜੀ ਦਾ ਸਕਰੀਨ ਸ਼ਾਟ ਲੈ ਕੇ ਸਟੋਰੀ ਪਾ ਦੂ ਵੀ ਸਟੂਡੈਂਟ ਮੈਗਜ਼ੀਨ ਮੇਰਾ ਅਪਲਾਈ ਕੀਤਾ ਵੀ ਮਰਨੀ ਏ ਮੇਰੀ ਜ਼ਿੰਦਗੀ ਆ ਜਾਣ ਦੇ ਦੇ ਮੈਨੂੰ ਕੀ ਫਾਇਦਾ ਪਰਸਨਲ ਲਾਈਫ ਉੱਤੇ ਖਤਮ ਵੱਲ ਕਿਸੇ ਕੁੜੀ ਮੁੰਡੇ ਕੋਲ ਖੜ ਨਹੀਂ ਸਕਦੇ ਬਾਹਰ ਅੰਦਰ ਫਿਰਦੇ ਆਂਦਾ ਹੁਣ ਮੈਂ ਕਦੇ ਵੀ ਖੇਤ ਖੂਦ ਬਾਜਨਾ ਜੂੜੀ ਜੜੇ ਜੀ ਫਿਰਦਾ ਰਹਿਣਾ ਮੈਂ ਐਂ ਤੇ ਜੂੜੀ ਜੀ ਸਟੋਰੀਆਂ ਪੈ ਜਾਣ ਤੁਰਦੇ ਜਾਂਦੀਆਂ ਵੀ ਉਹ ਬਾਈ ਜੂੜੇ ਜੀ ਫਿਰਦਾ ਏ ਉੱਥੇਆਂ ਦਾ ਕੱਟਾਕ ਮੁੱਦਾ ਪਰਸ ਤਾਂ ਹੀ ਜਿਹੜੇ ਆਪਣੇ ਸਿੰਗਰ ਨੇ ਤਾਂ ਹੀ ਇਧਰ ਨੂੰ ਭਾਜੇ ਆਪਣੇ ਲੋਕ ਹੀ ਨਹੀਂ ਮੈਂ ਮਜਉਣ ਦਿੰਦੇ ਸੀ ਮੈਂ ਮਾੜਾ ਨਹੀਂ ਕਹਿੰਦਾ ਚਲੋ ਵਧੀਆ ਸਮਾਂ ਮੋਹ ਪਿਆਰ ਕਰਦੇ ਚੰਗੀ ਗੱਲ ਆ ਬਟ ਫ੍ਰੀडम ਨਾ ਖੋਵੋ ਕਿਸੇ ਤੋਂ ਆਜ਼ਾਦੀ ਖੋਣੀ ਮਾੜੀ ਐ ਜੀ ਹੁਣ ਸਾਡੀ ਆਜ਼ਾਦੀ ਨਹੀਂ ਜੀ ਮਰਜੇ ਹੁਣ ਅਸੀਂ ਸ਼ੂਟ ਕਰ ਲਿਆ ਉੱਥੇ ਉਹਦੇ ਮੈਂ ਬੱਚਿਆਂ ਨੂੰ ਸ਼ੂਟ ਕਰਦਾ ਜਿੰਨਾ ਟਾਈਮ ਉੱਥੇ ਮਾਸਕ ਹੱਸ ਖੇੜੀ ਗੱਲ ਕਰ ਲਈ ਕੱਲ੍ਹ ਇਸ ਤੋਂ ਬਾਅਦ ਮੈਂ ਆਫ ਕੈਮਰਾਮੈਨਨ ਕੇ ਚਲੋ ਕਿਸੇ ਕੁੜੀ ਮੁੰਡਾ ਚਾਹ ਡੇਕਣਾ ਕੁਝ ਵੀ ਰਿਕਣਾ ਉਹਦੇ ਪ੍ਰੂਫ ਬਣ ਜਾਂਦੇ ਅੱਛਾ ਵੀ ਸਾਡੇ ਨਾਲ ਗੱਲ ਕੀਤੀ ਹੋਇਆ ਇੱਦਾਂ ਤੁਹਾਡੇ ਬਾਦੂ ਬਰਮਨ ਪਹਿਲਾ ਮੰਨ ਲਓ ਨਿਆਣੀ ਮੱਤ ਸੀ ਉਹ ਗੱਲ ਵੀ ਹਾਲੀਵੁੱਡ ਆ ਕੇ ਲੈ ਆਏ ਨੇ ਬੰਦੇ ਨੂੰ ਵੀ ਨਹੀਂ ਯਾਰ ਹੁਣ ਆਪਾਂ ਕਿਸੇ ਪਲੇਟਫਾਰਮ ਤੇ ਕੰਮ ਕਰਦੇ ਆਂ ਵੀ ਗੁਰੀ ਉਹ ਨਿਆਣੀ ਮੱਤ ਚ ਮੈਮ ਹੋ ਜਾਂਦਾ ਜੀ ਮਤਲਬ ਮੈਂ ਜਦੋਂ ਕੰਮ ਚੱਲਿਆ ਚੱਲਿਆ ਮੈਨੂੰ ਕੁੜੀਆਂ ਦੇ ਮੈਸੇਜ ਮੂਸੀਆ ਵੀ ਬਾਈ ਬਹੁਤ ਸੋਹਣਾ ਕੰਮ ਕਰਦੇ ਆ ਗੁਰੀ ਜੀ ਅੱਛਾ ਗੁਰੀ ਜੀ ਖੁਸ਼ ਹੋਗੇ ਹਾਂ ਗੁਰੀ ਸਾਂ ਭਾਗ ਲੱਗੇ ਤੇਰੇ ਤਾਂ ਹੈ ਕਦੇ ਤੈਨੂੰ ਸਾਲ ਤਰਸਦੀ ਸੀ ਮਹਾ ਅੱਜ ਤਾਂ ਬੱਲੇ ਬੱਲੇ ਹੋ ਗਈ ਆ ਮੈਸੇਜ ਆਉਣ ਲੱਗੇ ਤੇ ਮੈਂ ਵੀ ਰਿਪਲਾਈ ਕਰ ਦਿਆ ਕਰ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਉਹ ਫਿਰ ਮੈਨੂੰ ਪਤਾ ਲੱ ਤੇ ਅੱਜ ਉਹ ਕੁੜੀ ਮੇਰੇ ਮੈਸ ਨੂੰ ਦੀ ਜਾਦ ਨਹੀਂ ਪੁੱਛਦੀ ਮੈਂ ਮੈਸੇਜ ਕਰਦਾ 10 ਮਿੰਟ ਬਾਅਦ ਅਪਲਾਈ ਹੁੰਦਾ ਫਿਰ ਮੈਂ ਸੋਚਦਾ ਮੈਂ ਕੁੜੀ ਸੰਤੇ ਹਵਦੀ ਗਦਰ ਆਪ ਗਵਾਈ ਹੈ ਜੇ ਤੁਰ ਅਪਲਾਈ ਕੀਤਾ ਤਾਂ ਤਰੀਕਾ ਦਰ ਘਟੀ ਇੱਕ ਮੌਕੇ ਉਹ ਕੁੜੀ ਆਏ ਲਾ ਵੀ ਜਿੱਦੇ ਮੈਂ ਥੈਂਕ ਯੂ ਤੇ ਅਪਲਾਈ ਕੀਤਾ ਤੇ 10 ਮੈਸੇਜ ਆਏ ਥੈਂਕ ਯੂ ਦੇ ਬਦਲੇ ਵੀ ਤੁਸੀਂ ਮੇਰਾ ਪਾ ਕਿਉਂਕਿ ਉਹਦੇ ਲਈ ਕਈ ਹਾਈਪ ਸੀ ਵੀ ਮੈਂ ਇੱਕ ਬੰਦੇ ਨਾਲ ਗੱਲ ਕਰ ਰਹੀ ਮੈਂ ਜਿਹੜਾ ਇੱਕ ਚੰਗਾ ਕੰਮ ਕਰ ਰਿਹਾ ਫਿਲਹਾਲ ਦੀ ਘੜੀ ਫੀਲਡ ਦੇ ਵਿੱਚ ਤੇ ਜਦੋਂ ਮੈਂ ਹੈਲੋ ਤਾਂ ਹਾਂਜੀ ਹਾਂਜੀ ਤੋਂ ਦੱਸੋ ਜੀ ਦੇ ਹੋ ਗਿਆ ਉੱਥੇ ਮੇਰੀ ਕਿਤਨਾ ਕਿਤੇ ਵੈਲਿਊ ਘਟੀ ਫਿਰ ਨੂੰ ਪਤਾ ਲੱਗਿਆ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਦਾ ਅਪਲਾਈ ਕਰਨਾ ਮਾੜੀ ਗੱਲ ਆ ਬਟ ਜਿੱਥੇ ਆਪਣੀ ਵੈਲਿਊ ਕਾਰਡ ਜੋ ਚ ਛੱਡ ਦੋ ਫਿਰ ਮੈਂ ਸੋਚ ਲਿਆ ਮਹਗੁਰੀ ਸਿਆਂ ਨਿਆਣੀ ਮਤ ਛੱਡ ਦੇ ਅੱਜ ਤੱਕ ਤੇਰਾ ਕੰਮ ਹਜੇ ਚੱਲਿਆ ਚੱਲਿਆ ਹੈ ਅੱਜ ਮੇਨੂੰ ਪਰਿਵਾਰ ਦੇਖਦੇ ਆ ਹੱਸ ਕੇ ਦੇਖਦੇ ਆ ਕੱਲੂ ਅਲਾ ਕਹਿੰਦਾ ਤੂੰ ਤਾਂ ਆਪੀ ਗਲਤ ਆ ਫਿਰ ਤਾਂ ਕੁੜੀਆਂ ਮੁੰਡੇ ਡਰੇਗਾ ਨਹੀਂ ਅਲਾ ਕਹਿੰਦਾ ਗਲਤੀ ਨਾ ਵੀ ਇਹਦੇ ਕੋਲੇ ਸਾਡੀ ਕੁੜੀ ਨਾ ਖੜਾ ਦੀ ਮਤਲਬ ਮੈਨੂੰ ਲੱਗਦਾ ਵੀ ਕੰਮ ਦੇ ਵਿੱਚ ਕਿਤਨਾ ਕੀਤੇ ਆਪਣੇ ਜਿਹੜਾ ਵਿਸ਼ਵਾਸ ਆ ਬਣਾਉਣਾ ਜ਼ਰੂਰੀ ਆ ਚਾਹੇ ਕੋ ਕੁੜੀ ਹੁਣ ਮੈਨੂੰ ਸਟਾਫ ਮੈਂ ਜਦੇ ਇਮੀ ਸਟਾਫ ਨੂੰ ਪਤਾ ਜਿਆਦਾ ਤਰੂਥੀ ਗੱਲ ਹੁਣ ਮੈਂ ਇਹ ਚੀਜ਼ੇ ਥੋੜਾ ਵਿਰੋਧਾਂ ਜਿੰਨਾ ਸਟਾਫ ਹੋਗਾ ਸਾਰਾ ਕੁੜੀਆਂ ਦਾ ਅੱਛਾ ਮੁੰਡੇ ਦੀ ਵਿਚਾਰਾ ਕੋਈ ਜਾਤ ਨਹੀਂ ਪੁੱਛਦਾ ਲੈ ਮੈਂ ਲਿਖ ਕੇ ਦਣਾ ਦੋ ਜਵਾ ਕਰਖੋ ਕੁੜੀ ਦੇ ਵੀ 7 ਬੈਂਡ ਹੋਣ ਮੁੰਡੇ ਦੀ ਮੁੰਡੇ ਦੇ 7.5 ਬੈਂਡ ਹੋਣ ਫਿਰ ਵੀ ਕੁੜੀ ਨੂੰ ਰੱਖਣਗੇ ਹੂੰ ਮੁੰਡਿਆਂ ਦਾ ਤੱਕਾ ਹੁੰਦਾ ਇਸ ਪੱਖੋਂ ਦੀ ਬਹੁਤ ਹੁੰਦਾ ਮੁੰਡੀ ਦਾ ਕਿਤੇ ਇਹ ਜਾ ਕੇ ਵੈਲਿਊ ਪੈਂਦੀ ਹੈ ਨਹੀਂ ਮੁੰਡਾ ਜੇ ਸੱਚੀ ਗੱਲ ਹੈ ਮੈਂ ਤਾਂ ਕਹਿਣਾ ਨਹੀਂ ਗੱਲ ਕੁੜੀ ਨੂੰ 100 ਆਪਸ਼ਨਾਂ ਮਿਲ ਜਾਣੀਆਂ ਮੁੰਡੇ ਨੂੰ ਕੋਈ ਆਪਸ਼ਨ ਨਹੀਂ ਮਿਲਦੀ ਕੁੜੀ ਮੈਂ ਕਹਿੰਦਾ ਚਾਹੇ ਗਰੀਬ ਘਰ ਦੇ ਚਾਹੇ ਮੀਰ ਘਰ ਦੀ ਹੈ ਕੁ ਮੁੰਡਾ ਗਰੀਬ ਘਰ ਦਾ ਹੋਵੇ ਮੁੰਡੇ ਕੋਲ ਕੁਸ਼ਣਾ ਹੋਵੇ ਮੁੰਡੇ ਦਾ ਵਿਆਹ ਹੋ ਕੇ ਦਿਖਾਵੇ ਜਿੰਨਾ ਮਰਜੀ ਸਿਆਣਾ ਹੋਵੇ ਕੋਈ ਨਹੀਂ ਮੈਂ ਮੱਜ ਗੱਲ ਘਰ ਪਰਿਵਾਰ ਮੈਂ ਮਾੜ ਨਹੀਂ ਕਹਿੰਦਾ ਕੁੜੀਆਂ ਸਾਰੇ ਜਾਣ ਇੱਕ ਚੀਜ਼ ਦੇਖਦੇ ਬੰਦਾ ਕਿਸੇ ਲੈਵਲ ਤੇ ਗਿਆ ਹੋਇਆ ਜਿੱਥੇ ਆਪਾਂ ਆਪਣਾ ਲੈਵਲ ਬਣਾ ਲਿਆ ਉੱਥੇ ਸਾਰੀਆਂ ਆਪਸ਼ਨਾਂ ਆਪਣੇ ਕੋਲ ਆਪਦੀਆਂ ਪਾ ਜਾਣਗੀਆਂ ਪਿਆਰਪੂਰਕ ਬਹੁਤ ਹੱਦ ਤੱਕ ਸਹੀ ਹੈ ਜਿਹੜੇ ਕਰਦੇ ਆ ਚਲੋ ਜਿੰਨੇ ਵੀ ਪਏ ਹੋਏ ਭਈ ਆਪਾਂ ਮਾੜਾ ਨਹੀਂ ਕਹਿੰਦੇ ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਹੈ ਬਟ ਮੈਨੂੰ ਲੱਗਦਾ ਯਾਰ ਮੁੰਡਿਆਂ ਲਈ ਖਾਸ ਕਰਕੇ ਮੈਂ ਕਹੂੰ ਵੀ ਆਪਣਾ ਪੈਸੇ ਤੇ ਫੋਕਸ ਕਰੋ ਯਾਰੀ ਮਿੱਤਰਤਾ ਰਿਸ਼ਤਰ ਕਿ ਰਿਹਾ ਚਾਹੇ ਕੋਈ ਯਾਰੀ ਮਿੱਤਰ ਤੱਕ ਇੱਕ ਹੱਦ ਤੱਕ ਜਾਏ ਜੇ ਆਪਾਂ ਕਦੇ ਲੌਂਗ ਟਰਮ ਚੱਲੀ ਜਲੂ ਪੋਸਿਬਿਲਟੀ ਹੈ ਨਹੀਂ ਮੈਂ ਮੇਰ ਨਾਲ ਬਹੁਤ ਵਾਰੀ ਹੋਇਆ ਜੀ ਹੁਣ ਪਹਿਲਾਂ ਜਦ ਅਸੀਂ ਦੋਸਤ ਮਿੱਤਰ ਇਕੱਠੇ ਹੁੰਦੇ ਸੀ ਅਸੀਂ ਪਾਰਟੀ ਪੂੜੀ ਕਰ ਲੈਂਦੇ ਸੀਗੇ ਹੁਣ ਜੇ ਅਸੀਂ ਪਾਰਟੀ ਕਰਨ ਵਾਸਤੇ ਬੈਜੇ ਕਰਨਗੇ ਬੜੀ ਤੇਰੇ ਕੋਲ ਤਾਂ ਪੈਸਾ ਹੁਣ ਤੂੰ ਤਾਂ ਕਹਿੰਦਾ ਨਾ ਲੈ ਅੱਛਾ ਵੀ ਉਹ ਟਾਟ ਵੱਜਣ ਲੱਗ ਜਾਂਦੇ ਆ ਵੀ ਯਾਰ ਪੈਸਾ ਐਂ ਥੋੜੀ ਆ ਗਿਆ ਕਮਾਈ ਕਿਤੇ ਬਾਕੀ ਆਪਾਂ ਦੋਸਤ ਮਿੱਤਰ ਆਪਾਂ ਟਾਟ ਮਾਰਨ ਵਾਸਤੇ ਥੋੜੀ ਬੈਠੇ ਆ ਤੇਰੇ ਕੋਲ ਤਾਂ ਬਈ ਪੈਸਾ ਆਉਣਾ ਤੂੰ ਤਾਂ ਕਹਿੰਦਾ ਜੇ ਮੈਂ ਕ ਕੀ ਹੈ ਬਲੋ ਉਥੇ ਮੈਨੂੰ ਲੱਗਦਾ ਕਿ ਕਿੰਨਾ ਕਿਤੇ ਉਹ ਚੀਜ਼ਾਂ ਦਿਖਣ ਲੱਗ ਜਾਂਦੀਆਂ ਪਤਾ ਤਾਂ ਹੀ ਬੰਦਾ ਇਹ ਚੀਜ਼ਾਂ ਮੈਨੂੰ ਲਾ ਦਉ ਵੀ ਇੱਕ ਹੱਦ ਤੱਕ ਜਾਇਜ਼ ਆ ਚੀਜ਼ ਬਟ ਜਦੋਂ ਆਪਾਂ ਆਪਣੇ ਕੰਮਾਂ ਕਾਜ ਦੇ ਪਾਏਗੇ ਫਿਰ ਆਪਣੇ ਕੰਮ ਦੀ ਫੋਕਸ ਕਰੋ ਆਪਣੇ ਪਰਿਵਾਰ ਤੇ ਕਿਉਂਕਿ ਕਿਸੇ ਨੇ ਮੈਨੂੰ ਕੁਝ ਨਹੀਂ ਦੇਣਾ ਕੱਲੋਂ ਆਪਣਾ ਗੁਪਾਣਾ ਵਪਾਰ ਦਾ ਆਪਣੇ ਮਾਂ ਤੇ ਆਪਣੇ ਨਾਲ ਖੜਨਗੇ ਤੀਜਾ ਬੰਦਾ ਕੋਈ ਨਹੀਂ ਖੜਦਾ ਚਾਹ ਜਿਹੜਾ ਮਰਜੀ ਸਕਾ ਇਕੱਲਾ ਚਲੇ ਜਾ ਰਿਹਾ ਸਾਰਾ ਜੀ ਕਦੀ ਕੋਈ ਗੱਲ ਤੁਹਾਨੂੰ ਫੀਲ ਹੋਈ ਆ ਇਸ ਪ੍ਰੋਫੈਸ਼ਨਲ ਤੇ ਬਹੁਤ ਵਾਰ ਜੀ ਜਦੋਂ ਮੈਂ ਸਟਾਰਟਿੰਗ ਉਹੀ ਗੱਲ ਆ ਵੀ ਇਕੋ ਲੱਗਤ ਨਹੀਂ ਕੋਈ ਵੀ ਬੰਦਾ ਨਿਕਲ ਪਤਾ ਕੀ ਕਹਿੰਦਾ ਸੀ ਉਹ ਲੰਡੂ ਪੱਤਰਕਾਰ ਅਗਲੇ ਲੰਡੂ ਪੱਤਰਕਾਰ ਅੱਛਾ ਮੈਂ ਹੱਸ ਕੇ ਸਾਰਦਾ ਮੈਂ ਕਹਿੰਦਾ ਕੋਈ ਨਾ ਯਾਰ ਕਹਿ ਲੈਣ ਦੀ ਤਾਂ ਉੱਥੇ ਫੀਲ ਹੁੰਦਾ ਵੀ ਯਾਰ ਬੇਇੱਜ਼ਤੀ ਕਰ ਗਏ ਸਾਲੇ ਪਰ ਮੈਂ ਖੁਸ਼ ਹੋਇਆ ਦਾ ਮੈਂ ਕਹਾਂ ਕੋਈ ਚੱਕਰ ਨਹੀਂ ਹੈ ਗਿਆ ਚਲਾ ਜਾ ਹੌਲੀ ਹੌਲੀ ਬਣ ਜਾ ਕਿ ਧੀ ਗੱਲ ਹੈ ਫਿਰ ਮੈਂ ਅੱਗੇ ਜਾ ਕੇ ਕਹਿੰਦਾ ਉਹ ਬਾਈ ਜੀ ਨੂੰ ਸੀਟ ਦੋ ਓਏ ਬਾਈ ਜੀ ਪੱਤਰਕਾਰ ਸਾਹਿਬ ਪਹੁੰਚੇ ਨਹੀਂ ਮੈਂ ਕਹਿੰਦਾ ਯਾਰ ਖਰ ਤਾਂ ਬੇਇੱਜ਼ਤੀ ਰਹੀ ਨੇ ਪਰ ਮਿੱਠੀ ਮਿੱਠੀ ਕਰ ਰਹੇ ਨੇ ਵੀ ਇਹਦਾ ਹੱਲ ਕੀ ਹੈ ਅੱਜ ਹੁਣ ਉਹੀ ਬੰਦੇ ਨੂੰ ਐ ਪੁੱਛਦੇ ਨੇ ਬਾਈ ਕਮਾਈ ਕਿੰਨੀ ਹੋ ਜਾਂਦੀ ਹੈ YouTube ਤੋਂ ਕਿੰਨੇ ਕਰੋੜ ਪਿਆ ਕਮਾ ਲੈਣਾ ਮੈਂ ਕਿਹਾ ਫਿਰ ਮੈਂ ਦੇਖ ਲੈ ਮਾਂ ਗੁਰੀ ਸਾਹਿਬ ਚੜ੍ਹਦੇ ਸੂਰਜ ਨੂੰ ਸਲਾਮਾਂ ਨੇ ਇਹ ਭੁੱਲ ਜਾ ਅੱਜ ਕੋਈ ਵੀ ਹੁਣ ਜਿੱਥੇ ਕਿਤੇ ਜਾਣਦੇ ਆ ਆਲੇ ਪੋਤਾ ਕਮਾਈ ਕਿੰਨੀ ਆ ਅੱਛਾ ਆਲੇ ਨਹੀਂ ਪੋਤਾ ਵੀਰ ਮਿਹਨਤ ਕਿੰਨੀ ਕੀਤੀ ਸੀ ਕਦੇ ਆ ਜਵਾਕ ਨੂੰ ਖੜਾ ਆ ਲਿਆ ਰੋਂ ਮੈਂ ਮੈਂ ਬਹੁਤ ਜ਼ਿਆਦਾ ਮੈਂ ਨਾ ਹਜ ਤੱਕ ਕਦੀ ਸੀਰੀਅਸ ਹੋ ਕਦੇ ਤੁਸੀਂ ਮੇਰੇ ਸ਼ੋਅ ਦੇਖਿਓ ਹਾਂਜੀ ਇਸ ਵੇਲੇ ਮੈਂ ਕਦੇ ਹਜ ਤੱਕ ਕਦੀ ਸੀਰੀਅਸ ਨਹੀਂ ਹੋਇਆ ਕਿਸੇ ਵੀਡੀਓ ਚ ਮੈਂ ਫੁੱਲ ਕਾਮੇਡੀ ਮਤਲਬ ਜੀ ਕਾਮੇਡੀ ਵੀਡੀਓ ਸ਼ੂਟ ਕਰਦਾ ਸਾਰੇ ਆਪਣੇ ਕਾਮਣੇ ਜੱਟ ਸੌਦਾ ਆਪਣੇ ਵੀਡਾ ਹੁੰਦੀਆਂ ਨੇ ਬਟ ਜਿਹੜੀ ਪੜਾਅਸ ਨੇ ਪਰੋਂ ਨਿਕਲਦੇ ਫੇ ਸਕੂਨ ਮਿਲਦਾ ਆ ਹੁੰਦਾ ਵੀ ਇਹ ਨਹੀਂ ਅਸੀਂ ਵੀ ਆ ਚ ਆਪਣੇ ਜਿਵੇਂ ਕਿ ਸੋਚਦੀ ਨਹੀਂ ਮੈਂ ਵਾਰ-ਵਾਰ ਉੱਥੀ ਗੱਲ ਆ ਜਾਂਦੀ ਹੈ ਮੈਂ ਤਾਂ ਇੱਕੋ ਗੱਲ ਮਤੀ ہوئی ਹੈ ਕੋਈ ਰਿਸ਼ਤੇਦਾਰ ਨਹੀਂ ਕੋਈ ਦੋਸਤ ਮਿੱਤਰ ਨਹੀਂ ਖੜਨਾ लास्ट ਤੇ ਆਪਦੇ ਭੈਣ ਭਰਾ ਨੇ ਖੜਨਾ ਆਪਦੇ ਮਾਪਿਆਂ ਨੇ ਖੜਨਾ ਅੱਜ ਜੇ ਮੰਨ ਕੇ ਚਲੋ ਹੁਣ ਮੈਂ ਕੰਮ ਕਰਦਾ ਹਾਂ ਮੈਂ ਬੈਕਐਂਡ ਤੇ ਮੇਰਾ ਸਾਰਾ ਕੰਮ ਮੇਰਾ ਭਾਈ ਸੰਭਾਲਦਾ ਔਰ ਮੇਰੇ ਭਰਾ ਨੂੰ ਕਹਿੰਦੇ ਨੇ ਕਹਿੰਣਗੇ ਉਹ ਕੀ ਕਰਦਾ ਕਹਿੰਣਗੇ ਉਹ ਤਾਂ ਉਹਦੇ ਨਾਲ ਹੀ ਫਿਰਦਾ ਹੈ ਉਹਦਾ ਕੰਮ ਹੈ ਉਹ ਵੀ ਦੇਖੀ ਇੱਕ ਉਹ ਵਾਲਾ ਕੰਮ ਹੋ ਜਾਂਦਾ ਆਪਾਂ ਕਹਿੰਦੇ ਲੜਾਈ ਕਰਾਉਣੀ ਵੀ ਕਿਸੇ ਹੁਣ ਅਸੀਂ ਦੋਨੋਂ ਭਰਾ ਸਾਡੇ ਚ ਨਾ ਪਿਆਰ ਹੈ ਗਲੇ ਮਤਲਬ ਸਾਰਾ ਬੈਕਐਂਡ ਦੇ ਕੰਮ ਜਿੰਨੀ ਮੇਰੇ ਪੇਜ ਦੀ ਐਡੀਟਿੰਗ ਹੁੰਦੀ ਹੈ ਕੋਈ ਰੀਲਾਂ ਪਾਣੇ ਵੀਡੀਓ ਸਾਰਾ ਕੁਝ ਮੇਰਾ ਭਰਾ ਦੇਖਦਾ ਏ ਟੂ ਜ਼ेड ਚੀਜ਼ਾਂ ਸਾਡੇ ਵੀ ਉਹ ਕੀ ਕਰਦਾ ਤਾਂ ਬਿੱਲ ਆਉਦਣਾ ਫਿਰਦਾ ਇਹ ਤਾਂ ਇਹ ਕਮਾਉਂਦਾ ਹੈ ਉਹਦੇ ਪੱਲੇ ਤੇ ਲ ਕੀ ਹੈ ਜਾਣ ਕੇ ਮੈਂ ਕਹਿੰਦਾ ਯਾ ਸਾਨੂੰ ਭਰਾਵਾਂ ਨੂੰ ਤਾਂ ਤੋੜੋ ਪਰ ਚਲੋ ਵਾਹਿਗੁਰੂ ਦੀ ਬੇਨ ਵੀ ਸਾਡੇ ਭਰਾਵਾਂ 'ਚ ਪਿਆਰੀ ਨਾ ਮੇਰਾ ਭਰਾ ਇੰਨਾ ਕਿ ਨਜਾਇਜ਼ ਭੋਲਾ ਉਹ ਸਿਰਫ ਮੇਰੀ ਸੁਣਦਾ ਸਾਡੇ ਪਰਿਵਾਰ ਦੀ ਸੁਣਦਾ ਉਹ ਸੁਣਦਾ ਹੀ ਨਹੀਂ ਉਨੇ ਕਦੇ ਫੀਲਿੰਗ ਕਿਤੇ ਦੇਖ ਹੁਣ ਮੈਂ ਬੋਲ ਰਿਆਂ ਬਾਹਰ ਬੈਠੇ ਨੇ ਯਾਰ ਨੂੰ ਐ ਵੀ ਕੁਝ ਕਰਨੀ ਸਾਡੇ ਵਾਲੇ ਇੰਟਰਵਿਊ ਕਰ ਚੁੱਕੇ ਸੱਚੀ ਬਹੁਤ ਸਹੂਆ ਮੈਂ ਹੁਣ ਮਿਲਿਆ ਨਾ ਬਹੁਤ ਸਹੂਆ ਉਹ ਨਹੀਂ ਉਹ ਐ ਥੋੜੇ ਹੁਣ ਮੇਨਾਂ ਸ਼ੂਟ ਤੇ ਜਾਂਦਾ ਵਾ ਐ ਥੋੜੇ ਵੀ ਕਿਸੇ ਬਲਾ ਆਇਆ ਕਰਕੇ ਐਂ ਬੈਠਾ ਰੂਬਾ ਵਾਲੇ ਮੰਗ ਵਾ ਉਹਨਾਂ ਵੀ ਕਹਿੰਦੇ ਮੇਰੀ ਕੁੜੀ ਨੂੰ ਦੇਖਣਾ ਲੱਭ ਮੈਨੂੰ ਐ ਨਾ ਕਹਿੰਦੇ ਬਾੜਾ ਪੂੜਾ ਪਰ ਬਸ ਉਹ ਚੀਜ਼ਾਂ ਫੀਲ ਕਰਦਾ ਉਹ ਹੀ ਦੇਖਦਾ ਵੀ ਯਾਰ ਉਹਨੂੰ ਐ ਵੀ ਅਸੀਂ ਪੈਸਾ ਕਮਾ ਲਿਆ ਬਸ ਉਹ ਜਿੰਨਾ ਕਮਾਉਂਦਾ ਕਿਨੂੰ ਮੈਂ ਉਹ ਗਰੀਬੀ ਦੇ ਸਰਕਲ ਦੇਖੇ ਨੇ ਜਦੋਂ ਨਾਲ ਇੱਕ ਸਮਾਂ ਸੀ ਜਦੋਂ ਮ ਹਰਾ ਵੱਢ ਕੇ ਲੈ ਕੇ ਉਹ ਸਾਈਕਲ ਤੇ ਜਾਂਦਾ। ਉਹ ਟੇ ਟੇ ਇਕੱਠਾ ਹੁੰਦਾ ਫਿਰ ਵੀ ਸਾਈਕਲ ਤੇ ਜਾਂਦਾ ਕਿਉਂਕਿ ਪਤਾ ਸੀ ਵੀ ਮੋਟਰਸਾਂ ਨਾਲ ਕਰੇ ਜੁੜੇ ਤੇ ਸਾਤੋਂ। ਮੋਟਰਸਾਂ ਮੇਰੇ ਜਿਹੜੀ ਨੇ ਜੋੜਿਆ ਸੀ ਕਮਾਈ ਕਰਕੇ ਆਪਣੀ ਮਿਹਨਤ ਦੀ। ਤੇ ਉਹੋ ਵੀ ਚੀਜ਼ਾਂ ਫਿਰ ਮਾਂ ਨੂੰ ਰੜਕਦੇ ਨੇ ਆਉਂਦਾ ਵੀ ਨਾ ਯਾਰ। ਕੋਈ ਨਹੀਂ ਮੈਂ ਮਕਾਮ ਆ ਜਿੱਡਾ ਮਰਜੀ ਮੈਂ ਮਾੜਾ ਨਹੀਂ ਕਹਿੰਦਾ ਸਾਡੇ ਰਿਸ਼ਤੇਰ ਵੀ ਬੜੇ ਤਕੜੇ ਤਕੜੇ ਲੈਵਲ ਤੇ ਆਪਣੇ ਬਹੁਤ ਤਕੜੇ ਵੀ ਵੀ ਗਿੱਲੇ ਜ਼ਮੀਨ ਦੇ ਇਹਦੀ ਸਾਰਾ ਕੁਝ ਸਹੀ ਆ ਉਹਨਾਂ ਦਾ। ਪਰ ਮੈਂ ਇੱਕ ਚੀਜ਼ ਦੇਖੀਏ ਮੈਂ ਕਹਿੰਦਾ ਵੀ ਆਰ ਜਿੱਥੇ ਮਰਜੀ ਬੰਦਾ ਭੱਜ ਰਿਹਾ ਜੇ ਆਪਾਂ ਕਹਾਂਗੇ ਵੀ ਦੂਜਾ ਬ ਜਦੋਂ ਬਹੁਤ ਉਦਾਸ ਹੁੰਨੇ ਹੋ ਤਾਂ ਕਿਹਦੇ ਕੋਲ ਜਾਂਦੇ ਹੋ ਘਰੇ ਪਰਿਵਾਰ ਭਰਾ ਕੁੜੀ ਜੀ ਭਰਾ ਕੁੜੀ ਹਾਂ ਉਹਦੇ ਨਾਲ ਸਾਰੀ ਗੱਲਬਾਤ ਕਰਦੇ ਆਂ ਅਸੀਂ ਕੋਈ ਵੀ ਕੰਮ ਕਰਦੇ ਆਂ ਚਾਹੇ ਮੰਨ ਕੇ ਚਲੋ ਵੀ ਅਸੀਂ ਕੋ ਅੱਗੇ ਉਹ ਕੰਮ ਵਧਾਉਣਾ ਚਾਹੇ ਕੁਝ ਹੋਰ ਕਰਨੀ ਹੈ ਸਾਰੀ ਰਾਇ ਵੜੀ ਮੈਂ ਮੇਰੇ ਭਰਾ ਨਾਲ ਕਰਦਾ ਮੈਂ ਉਹਨੂੰ ਕਹਿੰਦਾ ਵੀ ਲੱਭੀ ਦੱਸ ਵੀ ਆਹ ਕਰ ਲਈ ਆਪਾਂ ਆਪਣੇ ਚੰਗਾ ਰਹੂਗਾ ਉਹ ਕੀ ਮੈਮ ਭਰਾ ਦਾ ਦਬਕਾ ਹੁੰਦਾ ਜੀ ਜੇ ਮੈਂ ਕਿਤੇ ਗਲਤ ਕਰੂੰਗਾ ਦੋਸਤ ਮਿੱਤਰ ਕਿਤੇ ਨਾ ਕਿਤੇ ਗਲਤੀ ਵੀ ਆਪਾਂ ਨੂੰ ਸਪੋਰਟ ਚੰਗੇ ਮੜ ਜ ਦੋਸਤ ਮਿੱਤਰ ਖੜੂਗਾ ਨਾਲ ਕੋਈ ਦੋਸਤ ਨੂੰ ਬਤਾ ਮੈਂ ਖੜਨਾ ਮੇਰਾ ਯਾਰ ਆ ਪਰ ਭਰਾ ਨੂੰ ਇਹ ਹੋਗਾ ਵੀ ਇਥੇ ਮੈਂ ਨਾ ਤੈਨਾਂ ਖੜਾ ਤੇ ਨਾ ਹੀ ਮੈਂ ਤੈਨੂੰ ਖੜਨ ਦੇਵਾਂ ਕਿਉਂਕਿ ਪ੍ਰਾਹ ਨੂੰ ਪਤਾ ਵੀ ਜੇ ਗੱਲ ਉਹ ਗੜਬੜ ਹੋਗੀ ਤਾਂ ਪੈਸਾ ਸਾਡਾ ਲੱਗੂ ਪਰ ਆਪਦੀ ਦੋਸਤ ਮੇਤਰ ਦੀ ਯਾਰੀ ਨਾ ਮਾਊਗਾ ਚਾਹੇ ਉਹ ਅਬਦਾ ਯਾਰ ਮੇਤਰ ਦਾ ਗਲਤੀ ਹੋਵੇ ਪਰ ਵੀ ਗਲਤੀ ਚ ਵੀ ਖੜੂਗਾ ਉਹਨੂੰ ਪਤਾ ਮੇਰਾ ਯਾਰ ਆ ਪਰ ਪ੍ਰਾਹ ਨਹੀਂ ਪ੍ਰਾਹ ਨੂੰ ਪਤਾ ਵੀ ਨਾ ਜੇ ਗੱਲ ਨੂੰ ਨੀਕੀ ਹੋਗੀ ਤਾਂ ਬਦਨਾਮੀ ਕੀਦੀ ਐ ਸਾਡੀ ਬਦਨਾਮੀ ਆ ਉਹ ਮੈਨੂੰ ਕੋ ਉਹ ਮੈਨੂੰ ਰੋਕ ਦਿੰਦਾ ਕਿਦਾਂ ਇਹ ਮੈਂ ਚਲੋ ਉਮਰ ਨਿਆਣੀ ਆ ਹਜੇ ਗਲਤੀਆਂ ਹੋ ਜਾਂਦੀਆਂ ਨੇ ਮੈਨੂੰ ਕੋਈ ਨਾ ਗੁਰੀ ਐ ਨਾਗਾ ਮੈਂ ਕਹਿੰਦਾ ਠੀਕ ਆ ਭਾਈ ਹੁਣ ਰੋਟੀ ਆ ਅਸੀਂ ਬਾਈ ਬਾਈ ਸਵੇਰੇ ਸ਼ਾਮਾਂ ਤੇ ਤਿੰਨੇ ਡੇਮ ਰੋਟੀ ਇਕੱਠੇ ਖਾਂਦੇ ਇਕੱਠੇ ਖਾਂਦੇ ਇਕੱਠੇ ਅਸੀਂ ਦੋਨੋਂ ਭਾਈ ਪੈਨੇ ਬੈਠਦੇ ਇਕੱਠੀਆਂ ਸਾਡੀਆਂ ਰਾਇ ਬਾੜੀਆਂ ਨੇ ਡੇਲੀ ਦੀਆਂ ਡੇਲੀ ਅਸੀਂ ਸਵੇਰੇ ਛੋਟਾ ਜਿਹਾ ਘਰ ਬਣਾ ਲੈਂਦੇ ਆ ਰਾਇ ਬਾੜ ਦਾ ਫੇਟਾ ਲੈਂਦੇ ਆ ਦੁਪਹਿਰੇ ਫੇਰ ਬਣਾ ਲੈਂਦੇ ਫੇਰ ਢਾ ਲੈਂਦੇ ਆ ਚਲ ਐ ਹੁੰਦਾ ਵੀ ਯਾਰ ਠੀਕ ਐ ਕਿਉਂਕਿ ਉਹਨੂੰ ਐਂਕ ਵੀ ਹੁਣ ਵਾਇਗ ਦੀ ਮਿਹਨਤ ਸਾਡੇ ਮਸਾ ਪੈ ਲੱਗਿਆ ਮਸਾ ਕੀ ਦੀ ਬੀ ਚੱਕੀ ਗਈ ਐ ਗਰੀਬੀ ਕੱਟਣੀ ਬਹੁਤ ਔਖੀ ਐ ਜੀ ਬਹੁਤ ਔਖੀ ਵਾਲੀ ਮੈਮ ਨੇ ਜੈ ਜੋਖੇ ਆਪਾਂ ਕਹਿ ਦਨੇ ਹੁੰਨੇ ਆ ਵੀ ਯਾਰ ਬੰਦਾ ਜਿਹੜਾ ਨਿਕਲਿਆ ਉਹ ਐਂਕ ਬੋਲਦਾ हां बस मैं और मैं कभी कोई सोचे नहीं जी असी दोनों ਭਰਾ ਮਨੇ ਇੱਕ ਚੀਜ਼ ਸੋਚੀ ਹੋਈ ਹੈ ਜੇ ਆਪਣੇ ਕਦੇ ਪੈਰ ਲਾਗੇ ਨਾ ਹੁਣ ਕਈ ਵੀ ਸਾਡੇ ਘਰ ਦੇ ਕਹਿੰਦੇ ਆ ਵੀ ਪੁੱਤ ਤੂੰ ਦਾ ਵੀ ਕਰ ਦੇ ਕੁਛ ਨਾ ਕੁਛ ਆ ਉਹਨਾਂ ਬਾਹਰ ਪੇ ਦੀ ਮੈਂ ਮਾਂ ਤਾਂ ਇਹ ਤਾਂ ਤੁਸੀਂ ਇਹਨੂੰ ਗਲਤੀ ਨਾ ਕਹੋ ਤੂੰ ਐ ਕਭੀ ਥੋੜੇ ਦੋਨਾਂ ਭਾਈਆਂ ਦੀ ਕਮਾਈ ਹੈ ਦੋਨਾਂ ਭਾਈਆਂ ਸੀ ਮੈਂ ਕਮਾ ਲਈ ਤਾਂ ਵੀ ਉਹਦੀ ਆ ਉਹਦੀ ਕਮਾਈ ਦਾ ਵੀ ਮੇਰੀ ਕਮਾਈ ਹੈ ਸਾਡੇ ਚ ਕੀ ਬੰਡੇ ਆ ਸਾਡੇ ਚ ਬੰਡੇ ਆ ਉਦੋਂ ਜਾਣਾ ਜਦੋਂ ਸਾਡੇ ਵਿਆਹ ਹੋਗੇ ਮੈਂ ਮੇਰੇ ਭਰਾ ਕਾ ਕਹਿੰਦਾ ਮੇਰੀ ਮੰਮੀ ਕਹਿੰਦੀ ਆ ਵੀ ਵੱਡੇ ਦਾ ਵਿਆਹ ਕਰਾਂਗੇ ਮੈਂ ਕਹਿੰਦਾ ਕਰ ਦੋ ਮੈਂ ਨਹੀਂ ਦਾ ਸਾਲ ਕਰਾਉਂਦਾ ਹਜੇ ਅੱਛਾ ਮੈਨੂੰ ਐਵੇਂ ਹੈ ਨਾ ਯਾਰ ਜੇ ਮੈਂ ਅੱਜ ਇੰਨੇ ਰੁਪਏ ਕਮਾਰੇ ਤਾਂ ਮੈਨੂੰ ਅਭੀ ਮੈਂ ਮੇਰੇ ਭਰਾ ਨੂੰ ਉਸ ਤੋਂ ਦੁੱਗਣੇ ਲੈਵਲ ਵਾਲੇ ਬਿਜ਼ਨਸ ਇੱਕ ਵਾਰੀ ਖੜੇ ਕਰਕੇ ਦੇਵਾਂ ਵੀ ਕੱਲ ਨੂੰ ਉੱਠ ਕੇ ਸਾਲਾ ਇਹ ਨਾ ਕਹੇ ਵੀ ਯਾਰ ਗੁਰੀ ਤਾਂ ਇੰਨਾ ਸੁਣਾ ਕਮਾਰੇ ਵੀ ਉਹਦਾ ਭਰਾ ਪਿੱਛੇ ਪਿੱਛੇ ਫਿਰਦਾ ਨਾ ਪਰ ਐ ਵੀ ਚਲੋ ਸਾਡੇ ਭਰਾਵਾਂ ਚ ਦੋਨਾਂ ਚ ਪਿਆਰ ਇੰਨਾ ਹੈਗਾ ਵੀ ਅਸੀਂ ਕਦੇ ਕੋਈ ਸੋਚੇ ਨਹੀਂ ਸਾਨੂੰ ਐ ਬਤੁਈ ਸਾਡੀ ਕਮਾਈ ਹੈ ਇਹ ਅਸੀਂ ਇਹ ਨਹੀਂ ਕਹੇ ਵੀ ਮੇਰੀ ਕਮਾਈ ਹੈ ਹੁਣ ਅੱਜ ਕੰਮ ਹੈ ਮੈਂ ਕਰਦਾ ਮੈਂ ਕਹਿੰਦਾ ਜੇ ਮੇਰਾ ਭਰਾ ਬੈਕਐਂਡ ਦੇ ਮੈਨੂੰ ਨਾ ਸਪੋਰਟ ਦੇਵੇ ਮ ਜਦੋਂ ਅਸੀਂ ਨਾ ਜਦੋਂ ਅਸੀਂ ਹੁਣ ਏਜੰਟਾਂ ਕੋਲੇ ਜਾਂਦੇ ਸੀ ਮੇਰਾ ਭਰਾ ਮੇਰੇ ਨਾਲ ਜਾਂਦਾ ਸੀਗਾ ਅਸੀਂ ਦੋਨੋਂ ਐ ਹੱਥ ਜੋੜ ਦਿੰਦੇ ਹੁੰਦੇ ਸੀਗੇ ਵੀ ਸਾਡੇ ਕੋਲ ਇੰਨਾ ਪੈਸਾ ਨਹੀਂ ਕਿ ਮੇਰਾ ਬਾਹਰ ਦਾ ਕਰ ਦੋ ਜੀ ਤਾਂ ਉਹਨੇ ਚੀਜ਼ਾਂ ਦੇਖਿਆ ਨੀ ਯਾਰ ਸਾ ਅਸੀਂ ਪੈਸੇ ਹੀ ਕਰਕੇ ਰਹੇ ਆ ਫਿਰ ਉਹਨਾਂ ਤਾਂ ਵੀ ਨਹੀਂ ਯਾਰ ਹੁਣ ਪੈਸਾ ਕਮਾਈਏ ਫਿਰ ਮੈਂ ਮੰਜੀ ਨਹੀਂ ਕਰਦਾਂ ਫਿਰ ਸਾਰੇ ਆ ਜਿਹੜੇ ਪਿਆਰ ਪੂਰ ਨੇ ਕਿਤੇ ਬਸਾਂ ਤਾਂ ਵੀ ਨਹੀਂ ਯਾਰ ਗੱਲ ਹੀ ਜਦੋਂ ਪੈਸੇ ਦੀ ਖੜੀ ਐ ਤਾਂ ਮੈਨੂੰ ਲੱਗਦਾ ਹੁੰਦਾ ਵੀ ਜਿੱਥੇ ਮਰਜੀ ਭੱਜ ਲੋ ਜਿੱਦਾਂ ਮਰਜੀ ਕੋਈ ਤੁਹਾਡਾ ਕੋਈ ਵੀ ਕੋਈ ਸਕੱ ਸਕੀਲ ਆ ਕੁਝ ਵੀ ਐ ਜਿੱਥੇ ਭਰਾ ਖੜੂ ਉਥੇ ਕੋਈ ਨਹੀਂ ਖੜਦਾ ਬ ਜਿਹਨੂੰ ਤੁਸੀਂ ਆਪਣੀ ਸਾਰੀ ਗੱਲਬਾਤ ਦੱਸੋਗੇ ਹੈਗੇ ਜੀ اچھا ਹਾਂ ਮੇਰੇ ਦੋ ਚਾਰ ਯਾਰ ਮਿੱਤਰ ਜਿਹਨੂੰ ਮੈਂ ਪੁੱਛਦਾ ਰਹਿਣਾ ਹੁੰਦਾ ਵੀ ਬਈ ਮੈਂ ਗਲਤ ਤਾਂ ਨਹੀਂ ਚੱਲ ਰਿਹਾ ਹੁਣ ਉਹੀ ਗੱਲ ਹੁੰਦੀ ਹੈ ਕਿਉਂਕਿ ਮਾਣੇ ਕੋਲ ਕਹਿੰਦੇ ਜੀ ਜਿਆਦਾ ਪੈਸਾ ਆ ਜੇ ਤਾਂ ਵੀ ਸੰਭਾਲਣਾ ਔਖਾ ਹੋ ਜਾਂਦਾ ਮੇਰੇ ਦੋਸਤ ਮਿੱਤਰ ਨੇ ਮੈਨੂੰ ਕੋਲ ਗੱਲਾਂ ਸ਼ੇਅਰ ਕਰਦਣਾ ਮੈਂ ਕਹਿੰਦਾ ਵੀ ਮੈਂ ਐਂ ਚ ਜਿਵੇਂ ਮੈਂ ਕਰਦਾ ਉਹ ਕਹਿੰਨੇ ਨਾ ਤੂੰ ਗਲਤ ਕਰਦਾ ਮੈਂ ਕਹਿੰਦਾ ਬਈ ਯਾਰ ਕਮਾਈ ਆ ਰਹੀ ਹੈ ਜਮਾ ਨਹੀਂ ਹੋ ਰਹੀ ਕੀ ਚੱਕਰ ਹੈ ਫਿਰ ਉਹ ਮੈਨੂੰ ਗਾਈਡ ਕਰਦੇ ਆ ਹੁਣ ਮੇਰੇ ਇੱਕ ਯਾਰ ਮਿੱਤਰ ਲਾੜੀ ਕੈਨੇਡਾ ਜਾ ਗਿਆ ਇਥੋਂ ਪਿੰਡਾ ਤੇ ਮੈਨੂੰ ਬਦਿਆ ਯਾਰ ਮਿੱਤਰ ਨੇ ਮੇਰੇ ਉਹ ਤੇ ਉਹ ਮੈਨੂੰ ਸਪੋਰਟ ਕਰਦੇ ਆ ਸ਼ੁਰੂ ਦੀ ਸਪੋਰਟ ਕਰਦਾ ਉਹ ਇਹ ਨਹੀਂ ਹੈਗਾ ਵੀ ਜੇ ਮਨਨੇ ਚੁਰ ਵੀ ਮੈਂ ਬਣ ਕੇ ਕਹੀ ਇਹ ਹੁੰਦਾ ਵੀ ਯਾਰ ਜਿਵੇਂ ਹੁਣ ਮੇਰਾ ਕੰਮ ਚੱਲੇ ਆ ਉਹਨਾਂ ਨੂੰ ਦੁੱਗਣੀ ਖੁਸ਼ੀ ਸੀ ਵੀ ਸਾਡੇ ਯਾਰ ਦਾ ਕੰਮ ਚੱਲੇ ਆ ਜਦੋਂ ਕਹਿੰਦੇ ਵੀ ਯਾਰ ਉਹਨਾਂ ਨੂੰ ਕੋਈ ਕਹਿੰਦਾ ਕਿ ਸਾਡਾ ਯਾਰ ਆ ਓਏ ਐ ਨਹੀਂ ਮਤਲਬ ਸਪੋਰਟ ਵਾਲੇ ਬੰਦੇ ਆ ਯਾਰ ਮਿੱਤਰ ਆਪਣੇ ਕੋਈ ਐਨਮ ਕੋਈ ਮਤਲਬ ਵਾਲਾ ਨਹੀਂ ਹੈਗਾ ਨਾ ਹੀ ਕਦੇ ਅਸੀਂ ਕੋਈ ਇਦਾਂ ਦਾ ਕੋਈ ਭੇਦ ਭਾਬ ਕੀਤਾ ਵੀ ਯਾਰ ਨਾ ਅਸੀਂ ਕਦੇ ਕੋਈ ਕਾਸਟ ਦੇ ਕੇ ਚੱਲੇ ਯਾਰ ਇਹ ਚ ਤੇ ਨਾ ਹੀ ਕਦੇ ਯਾਰੀ ਚ ਪੈਸਾ ਦੇਖਿਆ ਰਹੇ ਆ ਤਾਂ ਇਕੱਠੇ ਰਹੇ ਆ ਸ਼ੁਰੂ ਤੋਂ ਇੱਕਠੇ ਹੋਣ ਤੱਕ ਇੰਨੀ ਕੁ ਸੋਹਣੀ ਬੌਂਡਿੰਗ ਬਣੀ ਹੋਈ ਇੰਨਾ ਕੁ ਸੋਹਣਾ ਪਿਆਰ ਹੈ ਗੱਲਾਂ ਹੀ ਛੱਡ ਦੋ ਕੋਈ ਐਜਾ ਦੋਸਤ ਹੈਗਾ ਜਿਹਨੂੰ ਤੁਸੀਂ ਹੁਣੇ ਫੋਨ ਕਰ ਲੋਂਗੇ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਉਹ ਜਦੀ ਭੇਜ ਦੂੰਗਾ ਕੋਈ ਹੈਗਾ ਐਜਾ ਐਜੇ ਹੈਗੇ ਤਾਂ ਕਿ ਪਰ ਮੌਕੇ ਤੇ ਨਹੀਂ ਸਾਡੇ ਸਾਡੇ ਕਰਦੇ ਕਿਤੇ ਬੀਸ ਥਣਾਉ ਜੀ ਸਾਡੇ ਲਈ ਕਰ ਦਿੰਦੇ ਆ ਹੈਗੇ ਪਰ ਐਵੇਂ ਕਈ ਵੀ ਗਾਲ ਗੁੱਲ ਨਾ ਕੱਢ ਦੇਣਾ ਹਾਂ ਹਾਂ ਕਰ ਜ਼ਰੂਰ ਦਿੰਦੇ ਆ ਦੀ ਐਦਾਂ ਦੇ ਮਤਲਬ ਯਾਰ ਮਿੱਤਰ ਪੈਸਾ ਹੁਣ ਮੇਰਾ ਯਾਰ ਮਿੱਤਰ ਆ ਮੋ ਤੂੰ ਕਈ ਵੀ ਐ ਮੰਨ ਲਵੀ ਮੈਂ ਜੇ ਕਹਿੰਦਾ ਨਾ ਪੁੱਤਰ ਲੱਖ ਦੀ ਐਂਟਰੀ ਪਾਈ ਨਾਲ ਦਿਨਾ ਬਾਂਦ ਦਾ ਪਰ ਐ ਪਤਾ ਨਹੀਂ ਇੱਕ ਦਿ ਮਨੂ ਕਿਸੇ ਬੰਦੇ ਨਾਲ ਮਲਾਉਣਾ ਸੀ ਮੈਂ ਉਹ ਆਇਆ ਹੋਇਆ ਕੋ ਘਰੇ ਆ ਜਲਦੀ ਮੇਰੇ ਕੋਲ ਆ ਮੇਰੇ ਯਾਰ ਮੈਂ ਤੈਨੂੰ ਫੋਨ ਕੀਤਾ ਕੌਣਾ ਕਹਿੰਦਾ ਓਏ ਤੀਜ ਦਿਨ ਹੀ ਮੈਨੂੰ ਬੁਲਾ ਲੈ ਉਹ ਐ ਬੋਲ ਪਿਆ ਉਹ ਜੀ ਨੂੰ ਮਲਾਉਣਾ ਸੀ ਉਹ ਹਰਖ ਗਿਆ ਹੁਣ ਉਹਨੂੰ ਪਤਾ ਨਹੀਂ ਸੀ ਫੋਨ ਸਪੀਕਰ ਤੇ ਆ ਤੁਸੀਂ ਜਿਹੜਾ ਉਹਦੇ ਲਈ ਕੰਮ ਕਰਾਉਣਾ ਸੀ ਵੀ ਵਿਚਾਰੇ ਵਿੱਚ ਹੀ ਰਹਿ ਗਿਆ ਉਹ ਸ਼ੁਰੂਆਤ ਤਾਂ ਤੁਹਾਡੇ ਨਾਲ ਹੀ ਸੀਗੇ ਹਾਂ ਵੀ ਜਿਹੜੇ ਯਾਰ ਮਿੱਤਰ ਹੈਗੇ ਮੇਰੇ ਬਣਦੀ ਸਾਡੀ ਸਾਰਿਆਂ ਨਾਲ ਸੋਹਣੀ ਹੈ ਜੀ ਮਤਲਬ ਅਸੀਂ ਕਿਸੇ ਨਾ ਜਾਨ ਨਾ ਦਾ ਐਸਾ ਕੋਈ ਕੁਝ ਕੋਈ ਬਦਮਾਸ਼ੀ ਵਾਲਾ ਕੀੜਾ ਹੈ ਸਾਰੇ ਨਾਲ ਸੁਣੀ ਬਾਣੀ ਮਤਲਬ ਜਿਹੜੇ ਤਰਚਾਰ ਯਾਰ ਮਿੱਤਰ ਰਹਿ ਗਏ ਖਾਸ ਵਧੀਆਂ ਤਾਂ ਮਤਲਬ ਜਦੋਂ ਉਹ ਕਿਤਨਾ ਕਿਤੇ ਉਹ ਆਸ਼ਕੀ ਵਾਲਾ ਕੀੜਾ ਹੁੰਦਾ ਨਾ ਕਿਉਂਕਿ ਕੁਝ ਗੱਲਾਂ ਇਦਾਂ ਦੇ ਨੇੜੇ ਆਪ ਆਪਣੇ ਘਰੇ ਨਹੀਂ ਸ਼ੇਅਰ ਕਰ ਸਕਦੇ ਉੱਥੇ ਯਾਰ ਮਿੱਤਰ ਸਪੋਰਟ ਕਰਦੇ ਆ ਜਦੋਂ ਮੰਨ ਕੇ ਚਲੋ ਵੀ ਨਿਆਣਾ ਮਾਤ ਚ ਗਲਤੀਆਂ ਹੋਈਆਂ ਤਾਂ ਉੱਥੇ ਮੈਨੂੰ ਮੇਰੇ ਯਾਰਾਂ ਮਿੱਤਰਾਂ ਨੇ ਬਹੁਤ ਸਪੋਰਟ ਕੀਤਾ ਹੁਣ ਮੈਨੂੰ ਦੱਸਿਆ ਵੀ ਗੁਰੀ ਆ ਚੀ ਨਾ ਕਰ ਅੱਜ ਮਨ ਆਪਾਂ ਕਹਿ ਦਨੇ ਆਪਾਂ ਕਹਿਨੇ ਆ ਆਪਾਂ ਕਹਿਨੇ ਦੀ ਮੈਮ ਵੀ ਉਹ ਬੰਦਾ ਬੇਸੂਰਾ ਸੀ ਉਹਦਾ ਨਾਮ ਬੜਾ ਉਹਦਾ ਨਾਮ ਕੁੜੀ ਫਿੱਟ ਹੋਗੀ ਐਸਾ ਸਿਸਟਮ ਹੋ ਗਿਆ ਆਪਾਂ ਕਹਿੰਦੇ ਇਹ ਸਚਾਈ ਤਾਂ ਹੀ ਹੈ ਅੱਜ ਕੱਲ ਸੁੰਦਰਤਾ ਜ਼ਰੂਰੀ ਨਹੀਂ ਹੋ ਗਈ ਸੁੰਦਰਤਾ ਮੈਂ ਮੈਂ ਇੱਕ ਹੱਤੱਕ ਕੇ ਦੀ ਕੁੜੀਆਂ ਨੂੰ ਵਿਚਾਰੀ ਨੂੰ ਬਹੁਤ ਔਖਾ ਇਸ ਗੱਲ ਮੈਂ ਇੱਕ ਕਹਨਾ ਕੁੜੀ ਜੇ ਸੋਹਣੀਆ ਕੁੜੀ ਦੀ ਜ਼ਿੰਦਗੀ ਹੈ ਮਾੜੀ ਕੁੜੀ ਜਿਹੜੀ ਵਿਚਾਰੀ ਸੋਹਣੀ ਨਹੀਂ ਉਹਦੀ ਕੋਈ ਜ਼ਿੰਦਗੀ ਨਹੀਂ ਹਰੇਕ ਮੁੰਡਾ ਚ ਕੁੜੀ ਮੁੰਡੇ ਨੂੰ ਕੁੜੀ ਸੋਹਣੀ ਚਾਹੀਦੀ ਹੈ ਹਮ ਹਰੇਕ ਮੁੰਡੇ ਨੂੰ ਮੈਨੂੰ ਕੁੜੀ ਸੋਹਣੀ ਮਿਲੇ ਕਹਿੰਦਾ ਸਰ ਟੌਰ ਬੜੂਗੀ ਨਾ ਹਾਂ ਬਟ ਕੁੜੀ ਨੂੰ ਨਹੀਂ ਹੁੰਦਾ ਉਹ ਕੁੜੀ ਨਾ ਵਿਚਾਰਿਆਂ ਦਾ ਕਿਉਂਕਿ ਕੁੜੀ ਨੂੰ ਇਹ ਹੁੰਦਾ ਵੀ ਯਾਰ ਮੈਨੂੰ ਉਹ ਓਦਾਂ ਦਾ ਮਿਲ ਜਿਹੜਾ ਮੈਨੂੰ ਸਟੇਬਲ ਕਰਦੇ ਮਤਲਬ ਕੁੜੀਆਂ ਦੇ ਲੈ ਮੈਨੂੰ ਲੱਗ ਮੁੰਡਿਆਂ ਨੂੰ ਉਹਦੇ ਵੀ ਜ਼ਿਆਦਾ ਔਖੀ ਹੈ ਜੀ ਸਗਲਾ ਦੋਨੋਂ ਕਰਦੇ ਚਾਹੇ ਉਹ ਸਟੂਡੈਂਟ ਲਾਈਫ ਹੈ ਕੋਈ ਵੀ ਹੈ ਜੀ ਤੁਹਾਡੇ ਸ਼ੌਂਕ ਕੀ ਕੀ ਨੇ ਵੈਸੇ ਸ਼ੌਂਕ ਮੈਂ ਬਸ ਬਾਹਰ ਵਾਲੀ ਹੈ ਜੀ ਅੱਛਾ ਤੇ ਉਹ ਕਿਹੜਾ ਕੱਢਣਾ ਹੋਣਾ ਜ਼ਰੂਰ ਹਾਂ ਕਿਉਂਕਿ ਉਹ ਹੀ ਸੀ ਵੀ ਕਦੇ ਉਹ ਮਾਰੇ ਟਾਈਮ ਕਰਕੇ ਬਾਹਰ ਵਾਲਾ ਸ਼ੌਂਕ ਕਰਿਆ ਸੀ ਸੁਪਨਾ ਸੀ ਵੀ ਕੈਨੇਡਾ ਜਾਣਾ ਤੇ ਵਾਇਕੂ ਦੀ ਮਿਹਨਤ ਨਾਲ ਛੇਤੀ ਪੂਰਾ ਹੋ ਰਿਹਾ ਹੈ ਜੀ ਅੱਛਾ ਜਾ ਰਹੇ ਹੋ ਤੁਸੀਂ ਚਲੋ ਬਹੁਤ ਵਧੀਆ ਤੇ ਬਾਕੀ ਚਲੋ ਆਪਣਾ ਨੂੰ ਮੇਰੇ ਕੋਲ ਪ੍ਰੋਡਕਸ਼ਨ ਦਾ ਕੰਮ ਹੈਗਾ ਜੀ ਉਹਦੇ ਕਰਕੇ ਮਨ ਨੂੰ ਠੀਕ ਐ ਸੋਣਾ ਚੱਲੀ ਜਾਂਦਾ ਸ਼ੌਂਕ ਸੀਗੇ ਤੇ ਹੁਣ ਵਾਇਕੂ ਦੀ ਮਿਹਨਤ ਨਾਲ ਲੈ ਬਹੁਤ ਵਧੀਆ ਕੰਗ੍ਰੈਚੁਲੇਸ਼ਨਸ थैंक यू थैंक यू ਕਿ ਇਹਦੀ ਮਤਲਬ ਸਟਾਰਟਿੰਗ ਵਾਲਾ ਮਤਲਬ ਟਾਈਮ ਸੀ ਮਤਲਬ ਪਹਿਲਾ ਮੋਟਰਸਾਈਕਲ ਦੀ ਸੀ ਇਹਦੀ ਸਾਲ ਲੇਟ ਸਾਲ ਮੋਟਰਸਾਈਕਲ ਦਾ ਸ਼ੂਟ ਕੀਤੇ ਆ ਮੈਂ ਫਿਰ ਮੈਂ ਆਉਟਰਾ ਗੱਡੀ ਲੈ ਲਈ ਸੀ ਉਹਦਾ ਨਾ ਵੀ ਸੋਣਾ ਚੱਲੇ ਬਟ ਐ ਆ ਗਿਆ ਵੀ ਚਲੋ ਨਹੀਂ ਵੀ ਹੁਣ ਇਹ ਵੀ ਗੱਡੀ ਦੀ ਡਿਮਾਂਡ ਹੈਗੀ ਐ ਵੀ ਲੈ ਲਈ ਤੇ ਵਾਹਿਗੁਰੂ ਸੁੱਖ ਰੱਖੇ ਜਿਹੜੀ ਅਗਲੀ ਰੀਲ ਆ ਉਤਾਰਤੀ ਪਾਵਾਂਗੇ ਦੀ ਛੇਤੀ ਪੂਰਾ ਹੋਵੇ ਤੁਹਾਡਾ ਸੁਪਨਾ ਚਲ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹਾਂ ਬਸ ਮੇਰਾ ਇਹੀ ਸੁਨੇਹਾ ਵੀ ਜਿੰਨੇ ਵੀ ਵੀਡੀਓ ਦੇਖਦੇ ਹਨ ਮੇਰੇ ਵੀਰ ਭਰਾ ਚਾਹੇ ਉਹ ਸਟੂਡੈਂਟ ਹੈ ਮੈਂ ਖਾਸ ਕਰਕੇ ਉਹਨਾਂ ਨੂੰ ਪਤਾ ਮੈਂ ਕੰਮ ਵੀ ਸਟੂਡੈਂਟ ਲਾਈਫ ਤੇ ਕਰਦਾ ਸੋ ਜਿੰਨੇ ਵੀ ਆਇਲ ਸਪੀਡ ਦੇ ਸਟੂਡੈਂਟ ਹੈ ਮੈਂ ਕਹਿੰਦਾ ਯਾਰ ਚੀਜ਼ ਨਾ ਛੱਡੋ ਇੱਕ ਸੋਚ ਲੋ ਵੀ ਅਸੀਂ ਕੁਝ ਕਰਨਾ ਬਾਹਰ ਜਾ ਰਹੇ ਹੋ ਤਾਂ ਇਕੱਲਾ ਐਂ ਨਾ ਜਾਓ ਉੱਠ ਕੇ ਵੀ ਬਸ ਉੱਠ ਕੇ ਤਾਂ ਸਿੱਧਾ ਬਾਹਰ ਬਗ ਦੀ ਫਿਰ ਸੱਚੀ ਸਚਾਈ ਹੈ ਇਹ ਜਿਹੜੀਆਂ ਵੀਡੀਓ ਤੁਸੀਂ ਦੇਖਦੇ ਹੋ ਨਾ ਵੀਰ ਜਵਾਕ ਭੁੱਖੇ ਮਰਦੇ ਆ ਉਹ ਹਕੀਕਤ ਚ ਮਰਦੇ ਆ ਸੋ ਮੇਰੀ ਬੇਨਤੀ ਹੈ ਉਹਨਾਂ ਸਟੂਡੈਂਟ ਨੂੰ ਚਾਹੇ ਕੋਈ ਆਲਸ ਦਾ ਸਟੂਡੈਂਟ ਹੈ ਚਾਹੇ ਕੋਈ ਪੀ.ਡੀ ਦਾ ਸਟੂਡੈਂਟ ਹੈ 스킬 ਨਾਲ ਜ਼ਰੂਰ ਲੈ ਕੇ ਜਾਓ ਜੇ ਤੁਹਾਡੇ ਕੋਲ 스킬 ਹੈ ਤਾਂ ਤੁਸੀਂ ਇੱਥੇ ਵੀ ਨਹੀਂ ਭੁੱਖੇ ਮਰਦੇ ਬਾਹਰ ਵੀ ਨਹੀਂ ਮਰਦੇ ਮੈਂ ਬਾਹਰ ਨੂੰ ਪ੍ਰਮੋਟ ਨਹੀਂ ਕਰਦਾ ਵੱਟ ਮੈਂ ਕਹਿੰਨਾ ਚਾਹੇ ਪੰਜਾਬ ਚੋਂ ਪੰਜਾਬ ਜੇ ਤੁਸੀਂ 스킬ਰ ਆਈ ਕੰਮ ਕਰੋਗੇ ਨਾ ਫਿਰ ਤੁਸੀਂ ਭੁੱਖੇ ਨਹੀਂ ਮਰੋ ਮਿੱਤਰ ਜੇ ਤੁਸੀਂ ਗੱਲ ਐਂ ਸੋਚ ਲੈ ਬੀ ਆਰ ਪਾਸ ਇੱਕ ਬਗਜੀ ਸ਼ਾਰਟਕਟ ਮਾਰ ਦਈ ਸੀ ਕੈਨੇਡਾ ਪਹੁੰਚ ਜੀ ਉੱਥੇ ਜਾ ਕੇ ਅੜੀਆਂ ਅੜੀਆਂ ਭੰਨੀਆਂ ਜਾਣਗੀਆਂ ਸਹੀ ਤਰੀਕੇ ਨਾਲ ਬਹੋ ਜੋ ਚੰਗਾ ਪੈਸਾ ਆਰਾਮ ਨਾਲ ਕਮਾਓਗੇ ਨਾ ਕੈਨੇਡਾ ਅੱਜ ਸੋ ਮੇਰੇ ਬਹੁਤ ਵਧੀਆ ਲੱਗਿਆ ਤੁਹਾਨੂੰ ਸਭ ਨੂੰ ਮਿਲ ਕੇ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਨੂੰ ਜਿਉਣ ਦੇ ਬਾਬਤ ਸੋ ਮੇਰੀ ਵੀ ਜ਼ਰੂਰ ਬੇਨਤੀ ਹੈ ਪੇ ਸਟੂਡੈਂਟ ਮੈਕ ਮੇਰੇ ਆਪਣਾ ਪੋਡਕਾਸਟ ਆ ਗਿਆ ਕਿਰਪਾ ਕਰਿਓ ਬਖਸ਼ਿਸ਼ ਕਰਿਓ ਸਾਹਮਣੇ ਮੈਂ ਲਿੰਕ ਤੁਹਾਨੂੰ ਦੇ ਦਾਂ ਠੀਕ ਹੈ ਜ਼ਰੂਰ ਪੋਡਕਾਸਟ ਨੂੰ ਵਾਚ ਕਰਿਓ ਯਾਰ ਵਧੀਆ ਲੱਗਿਆ ਇੱਥੇ ਮਿਲ ਕੇ ਪੀਵੀ 27 ਜਿਹੜਾ ਮੀਡੀਆ ਬੜਾ ਸੋਹਣਾ ਕੰਮ ਕਰਦਾ ਜਿਹੜੀ ਮੇਨ ਜਿਹੜੇ ਵਧੀਆ ਉੱਠਦੇ ਆਇਆ ਉਹਨਾਂ ਨੂੰ ਸਪੋਰਟ ਕਰਦਾ ਮੈਨੂੰ ਬੜੀ ਥੋੜੀ ਵਧੀਆ ਲੱਗੀ ਜੀ ਬਹੁਤ ਬਹੁਤ ਸ਼ੁਕਰੀਆ ਦੇ ਥੈਂਕ ਯੂ ਸੋ ਮਚ